ਸਵਾਗਤ ਜੀ ਤੁਹਾਡਾ ਇੱਕ ਵਾਰ ਫਿਰ ਤੋਂ ਤੁਸੀਂ ਦੇਖ ਰਹੇ ਹੋ ਪ੍ਰਾਈਮੇਸ਼ੀਆ ਟੀਵੀ ਮੈਂ ਗੁਰਪ੍ਰੀਤ ਸਿੰਘ ਸੰਧਵਾਲੀ ਆ ਤੁਹਾਡੇ ਨਾਲ ਤੇ ਅਸੀਂ ਆਪਣੇ ਪ੍ਰੋਗਰਾਮ ਪ੍ਰਾਈਮ ਫੋਕਸ ਚ ਰੋਜ਼ ਦੀ ਤਰ੍ਹਾਂ ਹਾਜ਼ਰ ਹਾਂ ਨਾਲ ਆਪਣੇ ਵੀਰ ਪਰਮਜੀਤ ਬਾਠੂਰੀ ਹੋਰ ਬਾਤਸਾਬ ਕਿਦਾ ਜੜਦੀ ਕਲਾ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਮਾਰੇ ਸੇਤਾ ਕਿਦਾਂ ਸੇਤਾ ਪੂਰਨ ਅਨੰਦ ਜੀ ਕੱਲ ਨੂੰ ਮੋਜਾ ਮੋਜਾ ਆਨੇ ਨੇ ਉਹਦੇ ਬਣਦੀਆਂ ਵੇਖੋ ਕਰਨਿਆ ਵੀ ਇਹ ਕਦੋਂ ਤੁਸੀਂ ਸੋਚਿਆ ਵੀ ਹੁਣ ਤੁਸੀਂ ਹੌਲੀ ਹੌਲੀ ਹੁਣ ਪਹਿਲਵਾਨੀ ਵਾਲੇ ਪਾਸੇ ਵੀ ਜਾਣਾ ਦੇਖੋ ਜਦੋਂ ਜਦ ਤੁਹਾਡਾ ਸਰੀਰ ਢਿਲਾ ਰਹਿੰਦਾ ਨਾ ਹਨ ਵੀ ਇੱਕ ਕਹਵਾਨ ਚਾਹੀਦਾ ਹੈ ਇੱਕ ਕਹਵਾਨ ਇਹ ਗੱਲ ਠੀਕ ਹੈ ਨਹੀਂ ਮੈਨੂੰ ਇਹ ਵੀ ਸੋਚਿਆ ਮੈਂ ਕਿ ਜੇ ਲੀਡਰ ਬੰਦੇ ਦਾ ਨਾ ਨਾ ਉਹਨੇ ਕੀ ਪਤਾ ਕਿੱਥੇ ਫਸਾ ਦੇਣਾ ਮੜੇ ਜੇ ਸਰੀਰ ਤੇ ਚੱਲਣ ਜੋਗਾ ਹੋਵੇ ਚਾਰ ਚੜਕ ਚੱਲਣ ਜੋਗਾ ਨਾ ਇਹ ਨਹੀਂ ਕੀ ਚੱਲਣ ਜੋਗਾ ਹੋਵੇ ਮਤਲਬ ਨਹੀਂ ਮੈਂ ਤਾਂ ਸਾਰਿਆਂ ਨੂੰ ਪਤਾ ਕੀ ਚੱਲਣ ਜੋਗਾ ਹੋਵੇ ਇਹ ਗੱਲ ਥੋੜਾ ਮਤਲਬ ਇਹਦਾ ਮਤਲਬ ਜਿਹੜੇ ਦੋਸ਼ ਪਿਛਲੇ ਦਿਨੀ ਕੋਈ ਕਿਸੇ ਤੇ ਲਾਉਂਦਾ ਸੀ ਵੀ ਹਾਂਜੀ ਇਦਾਂ ਇਦਾਂ ਦਾ ਸਾਨੂੰ ਡਾਰਿਆ ਹੂੰ ਹੂੰ ਤੇ ਆਹੋ ਤੁਹਾਨੂੰ ਹੀ ਲੱਗਦਾ ਵੀ ਇਦਾਂ ਦਾ ਦੇਖੋ ਤੁਸੀਂ ਤਾਂ ਆਪ ਮਹਿੰਗੇ ਵਕੀਲ ਕਰ ਲੈਣੇ ਆ ਉਹੀਂ ਮੰਨਦਾ ਲੈਣੀ ਆ ਫਸਦੇ ਤਾਂ ਮੇਰੇ ਵਰਗੇ ਹੁੰਦੇ ਮੁੜ ਕੇ ਦੇ ਲੋ ਕੋ ਕਰਨੇ ਆ ਵੀ ਇਹੀ ਤਾਂ ਪਰ ਗੱਲ ਰੋਜ਼ ਕਰਦੇ ਆ ਵੀ ਉਹ ਕਹਿੰਦੇ ਜੀ ਫਲਾਣਾ ਫੜ ਲਿਆ ਢੀਂਡਾ ਫੜ ਲਿਆ ਚੱਕਰੇ ਆ ਵੀ ਜਦੋਂ ਅਗਲੇ ਬਦੇ ਦੀ ਪਹੁੰਚ ਆ ਹੂੰ ਹੂੰ ਇੱਕ ਬੜਾ ਪੁਰਾਣਾ ਫਾਰਮੂਲਾ ਮੇਰਾ ਖਲਾਗੇ ਵੀ ਕਈ ਵਾਰ ਆਪਸ ਜ਼ਿਕਰ ਕੀਤਾ ਉਹ ਫਾਰਮੂਲਾ ਇਹ ਹੈ ਕਿ ਕ腐ਪਸ਼ਨ ਕਿਉਂ ਨਹੀਂ ਮੁੱਕਦੀ ਜੀ ਕ腐ਪਸ਼ਨ ਕਰਨ ਵਾਲਾ ਕਹਿੰਦਾ ਵੀ ਮੈਂ 100 ਕਮਾਇਆ 100 ਕੋਲ ਨਹੀਂ ਰੱਖਣਾ 25 30 35 40 50 ਵੀ ਲਾਉਣੇ ਪੈਗੇ ਬਚਣ ਲਈ ਫਿਰ ਵੀ 50 ਬਚਤੇ ਆ ਜਾਨੀ ਸੌਦਾ ਪੂਰਾ ਖਰਾ ਖਰਾ ਆ ਮਤਲਬ ਤੁਸੀਂ ਇਹ ਦੇਖੋ ਵੀ ਮੈਂ ਨਾ ਵੀ ਜਿਹੜਾ ਬੰਦਾ ਇਦਾਂ ਸੋਚਦਾ ਵੀ ਕਰਪਸ਼ਨ ਦੇ ਹਿਸਾਬ ਨਾਲ ਵੀ ਜੇ ਮਾਲਾ 100 ਦਾ ਮਤਲਬ ਵੀ 100 ਰੁਪਈਆ ਵੀ ਹੋ ਸਕਦਾ 100 ਕਰੋੜ ਵੀ ਹੋ ਸਕਦਾ ਉਹਦੇ ਚੋ ਜਿੰਨੇ ਪਰਸੈਂਟੇਜ ਦੇ ਹਿਸਾਬ ਨਾਲ ਅਗਲੇ ਨੇ ਖਰਚਤੇ ਬਾਕੀ ਤੇ ਉਹਦੀ ਬਚਤੀ ਹੈ ਨਾ ਤੇ ਮੇਰੇ ਖਿਆਲ ਨਾਲ ਜੇ ਇਤੋਂ ਵਧੀਆ ਸੌਦਾ ਕਿਹੜਾ ਹੋ ਸਕਦਾ ਵੀ ਨਾ ਤੁਸੀਂ ਕੁਝ ਲਾਇਆ ਨਾ ਤੁਹਾਨੂੰ ਕੋ ਫੇਰ ਨਾ ਪਾ ਉਹਦਾ ਕਿਹੜਾ ਵੀ ਕਣਕਬੀਜੀ ਆ ਵੀ ਉਹੋ ਮਾਰਾ ਜ ਆਖਰੀ ਟਾਈਮ ਦਿਹਾੜਾ ਆ ਗਿਆ ਇਹ ਗੱਲ ਤੁਹਾਡੀ ਠੀਕ ਐ ਸੰਤੋਲੀਆ ਸਭ ਕੇ ਸੌਦਾ ਖਰਾਈ ਆ ਮੈਂ ਦੋ ਉਹ ਦਰਨਾ ਤੁਹਾਨੂੰ ਦਿੰਨਾ ਕਿ ਹੋਰ ਵੀ بڑے ਸੌਦੇ ਖਰੇ ਕਰਦੇ ਆ ਬੰਦੇ ਮੈਨੂੰ ਸਮਝ ਨਹੀਂ ਆਉਂਦੀ ਕਿ ਸਾਡੀਆਂ ਸਰਕਾਰਾਂ ਉਹਨਾਂ ਨੂੰ ਨੱਥ ਕਿਉਂ ਨਹੀਂ ਪਾਉਂਦੀਆਂ ਸਰਕਾਰਾਂ ਦੇ ਵਿੱਚ ਲੀਡਰ ਹੁੰਦੇ ਨੇ ਲੀਡਰ ਸਾਡੇ ਕੋਲ ਹੁੰਦੇ ਆ ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ UGC ਮਨਚੇਤਾ ਆ ਗਿਆ ਤੁਹਾਡੀ ਗੱਲ ਤੋਂ UGC ਵਾਲੇ ਉਹ ਨੇ ਜਿਹੜੇ ਦੇਸ਼ ਦੀਆਂ ਸਾਰੀਆਂ ਕਾਲਜ ਯੂਨੀਵਰਸਟੀਆਂ ਨੂੰ ਜਣੀ ਰਨ ਕਰਦੇ ਆ ਚਲਾਉਂਦੇ ਆ ਉਹੀ ਅਧਿਕਾਰਤ ਬਾਡੀ ਆ ਸਿਲੇਬਸ ਟੀਚਰ ਪੇਪਰ ਡੇਟਸ਼ੀਟ ਨਿਜ਼ਮ ਕਾਇਦਾ ਕਾਨੂੰਨ ਸਾਰਾ ਕੁਝ ਜੁਜੀਸੀ ਵਾਲਿਆਂ ਨੇ ਭਾਰਤ ਦੇ ਵਿੱਚ ਨਾ ਥੋੜੇ ਘੰਟੇ ਪਹਿਲਾਂ ਇੱਕ ਲਿਸਟ ਜਾਰੀ ਕੀਤੀ ਉਹ ਕਹਿੰਦੇ ਜੀ ਆ 24 ਵਿਦਿਅਕ ਸੰਸਥਾਵਾਂ 20 ਜਮਾ 4 ਬਰਾਬਰ 24 ਕਿ ਭਾਰਤ ਦੇਸ਼ ਦੇ ਵਿੱਚ ਆ ਜਿਹੜੀਆਂ 24 ਵਿਦਿਅਕ ਸੰਸਥਾਵਾਂ ਨੇ ਇਹ ਫਰਜ਼ੀ ਨੇ ਇਹ ਜਾਲੀ ਨੇ ਇਹਨਾਂ ਤੋਂ ਬਚ ਕੇ ਰੋ ਖੁਦ ਮੁਖਤਿਆਰ ਸੰਸਥਾਵਾਂ ਨੇ ਅਸੀਂ ਇਹਨਾਂ ਨੂੰ ਮੰਨਤਾ ਨਹੀਂ ਦਿੰਦੇ ਠੀਕ ਹੈ ਸਮਝ ਆ ਗਈ ਗੱਲ ਦੀ ਬਹੁਤ ਚੰਗਾ ਫਰਜ਼ ਨਿਭਾਇਆ UGC ਨੇ UGC ਵੀ ਕਿਸੇ ਡਿਪਾਰਟਮੈਂਟ ਦੇ ਅੰਦਰ ਹੈ ਕਿਸੇ ਵਿਭਾਗ ਦੇ ਅਧੀਨ ਹੈ ਮੈਨੂੰ ਇਹ ਸਮਝ ਨਹੀਂ ਆਉਂਦੀ ਕਿ ਭਾਰਤ ਵਰਗੇ ਮੁਲਕ ਦੇ ਵਿੱਚ ਜਿੱਥੇ ਕਰੋਨਾ ਕਾਲ ਦੇ ਸਮੇਂ ਲੋਕ ਕਿ ਖਾਸ ਤਨਾਂ ਦੇ ਛੱਪੜ ਦੇ ਵਿੱਚ ਨਾਉਣ ਚਲੇ ਗਿਆ ਸੀ ਭਾਰਤ ਦੇ ਇੱਕ ਸੂਬੇ ਦੇ ਵਿੱਚ ਕਿ ਪਾਈਏ ਉੱਥੋਂ ਨਾ ਹੋਵਗੇ ਤੁਹਾਨੂੰ ਕਰੋਨਾ ਨਹੀਂ ਹੋਣਾ ਤੁਹਾਨੂੰ ਯਾਦ ਹੋਣਾ ਕਿ ਪੰਜਾਬ ਵਰਗੇ ਸੂਬੇ ਦੇ ਵਿੱਚ ਜਿਹੜਾ ਕਿ ਭਾਰਤ ਦੇ ਬਾਕੀ ਸੂਬਿਆਂ ਦੇ ਮੁਕਾਬਲ ਤਨ ਥੋੜੇ ਜਿਆਦਾ ਵੱਧ ਵਿਕਸਤ ਥੋੜੇ ਜਿਆਦਾ ਵੱਧ ਵਿਗਿਆਨਿਕ ਅਗਾਹ ਵਧੂ ਮੰਨਿਆ ਜਾਂਦਾ ਉੱਥੇ ਲੋਕ ਇੱਕ ਰਖਤ ਦੇ ਥੱਲੇ ਜਾ ਕੇ ਇਸ ਕਰਕੇ ਖੜਦੇ ਸੀ ਕਿ ਭਾਈ ਇੱਥੋਂ ਇੱਕ दैਵੀ ਕਿਸਮ ਦੇ ਛਿੱਟੇ ਪੈਂਦੇ ਆ ਤੇ ਜਦੋਂ ਉਹ ਛਿੱਟੇ ਪੈਂਦੇ ਆ ਫਿਰ ਛੋਟੀਆਂ ਬਿਮਾਰੀਆਂ ਦੂਰ ਹੋ ਜਾਂਦੀਆਂ ਬਾਅਦ ਚ ਪਤਾ ਲੱਗਾ ਕਿ ਉੱਥੇ ਇੱਕ ਵਿਸ਼ੇਸ਼ ਕਿਸਮ ਦੇ ਛੋਟੇ ਛੋਟੇ ਜੀਵ ਸੀ ਤੇ ਜਦੋਂ ਕੋ ਥੱਲੇ ਜਾਂਦਾ ਸੀ ਤਾਂ ਇੱਕ ਖਾਸ ਤਰ੍ਹਾਂ ਦਾ ਤਰਲ ਪਦਾਰਥ ਛੜਦੇ ਸੀ ਉਹ ਪੈਂਦਾ ਚਲੋ ਮੇਰੇ ਕਹਿਣ ਦਾ ਭਾਵੇਂ ਹੈ ਕਿ ਜਦੋਂ ਸਰਕਾਰਾਂ ਨੂੰ UGC ਨੂੰ ਪਤਾ ਹੈ ਕਿ ਆ ਜਾਲੀ ਵਿਦਿਅਕ ਸੰਸਥਾਵਾਂ ਨੇ ਫਰਜ਼ੀ ਨੇ ਤੁਸੀਂ ਉਹਨਾਂ ਵਿਦਿਅਕ ਸੰਸਥਾਵਾਂ ਦੇ ਡਿਪਲੋਮੇ ਡਿਗਰੀਆਂ ਸਰਟੀਫਿਕੇਟ ਕਬੂਲ ਹੀ ਨਹੀਂ ਕਰਨੇ ਮਾਨਤਾ ਹੀ ਨਹੀਂ ਦੇਣੀ ਨਾ ਉਹਨਾਂ ਡਿਪਲੋਮੇ ਡਿਗਰੀਆਂ ਦੇ ਰਾਹੀਂ ਤੁਸੀਂ ਵਿਦੇਸ਼ ਦਾ ਵੀਜ਼ਾ ਲੈ ਸਕਦੇ ਹੋ ਸਟੱਡੀ ਲਈ ਨਾ ਤੁਸੀਂ ਨੌਕਰੀ ਲੈ ਸਕਦੇ ਹੋ ਨਾ ਅੱਗੋਂ ਵੱਡੀਆਂ ਯੂਨੀਵਰਸਿਟੀਆਂ ਦੇ ਵਿੱਚ ਦਾਖਲਾ ਲੈ ਸਕਦੇ ਹੋ ਹੁਣ ਲਿਸਟ ਤਾਂ ਜਾਰੀ ਕਰ ਦਿੱਤੀ ਪਰ ਹਰ ਬੰਦੇ ਦੇ ਘਰੇ ਅਖਬਾਰ ਨਹੀਂ ਜਾਂਦਾ ਹਰ ਬੰਦੇ ਦੇ ਘਰੇ ਟੀਵੀ ਨਹੀਂ ਚੱਲਦਾ ਹਰ ਬੰਦੇ ਦੇ ਘਰੇ ਇਹ ਲਿਸਟ ਨਹੀਂ ਪਹੁੰਚਣੀ ਅਗਲਾ ਹੋ ਸਕਦਾ ਕਿ ਉੱਥੇ ਜਾ ਕੇ ਆਪਣੇ ਨਿੱਕੇ ਨਣੇ ਦਾਖਲ ਕਰਾ ਦੇ ਤੁਸੀਂ ਬੰਨ੍ਹਦੀ ਕਰਦੇ ਹੋ ਉਦਾਂ ਦੀ ਜਿਹੜੇ ਖੁਦਮੁਖਤਿਆਰ ਸੰਸਾਮਾ ਨੇ ਜਿਨ੍ਹਾਂ ਦੀਆਂ ਡਿਗਰੀਆਂ ਨੂੰ ਤੁਸੀਂ ਮਾਨਤਾ ਹੀ ਨਹੀਂ ਦਿੰਦੇ ਤੁਹਾਡੇ ਦੇਸ਼ ਦੇ ਵਿੱਚ ਉਹ ਬੋਰਡ ਲਾ ਕੇ ਖੁੱਲ ਕੇ ਤਾਂ ਜਾਣ ਐਜੂਕੇਸ਼ਨ ਦੇ ਕਿੱਦਾਂ ਦੇਣ ਕਿਸੇ ਨੂੰ ਡਿਗਰੀ ਡਿਪਲੋਮਾ ਜਿਹੜਾ ਜਾਂ ਤਾਂ ਉਹਨਾਂ ਦੇ ਉੱਤੇ ਨਿਯਮ ਲਾਗੂ ਕਰੋ ਕਿ ਉਹ ਆਪਣੇ ਬੋਰਡ ਦੇ ਉੱਤੇ ਉਹ ਅਖਬਾਰਾਂ 'ਚ ਇਸ਼ਤਿਹਾਰ ਦਿੰਦੇ ਆ ਟੀਵੀ ਦੇ ਉੱਤੇ ਰੇਡੀਓ ਦੇ ਉੱਤੇ ਇਸ਼ਤਿਹਾਰ ਦਿੰਦੇ ਆ ਵੱਡੇ ਵੱਡੇ ਬੋਰਡ ਲਾਉਂਦੇ ਆ ਉਹਨਾਂ ਦੇ ਉੱਤੇ ਨਿਯਮ ਲਾਗੂ ਕਰੋ ਕਿ ਤੁਸੀਂ ਸਾਡੇ ਦੇਸ਼ ਦੀ ਜ਼ਮੀਨ ਦੇ ਉੱਤੇ ਜੇ ਆ ਕੰਮ ਕਰਨਾ ਹੈ ਤਾਂ ਸਭ ਤੋਂ ਮੋਟਾ ਕਰਕੇ ਉੱਪਰ ਲਿਖੋ ਕਿ ਸਾਡੀ ਵਿਦਿਅਕ ਸੰਸਥਾ ਦੇ ਵਿੱਚ ਪੜ੍ਹੇ ਹੋਏ ਵਿਦਿਆਰਥੀ ਨੂੰ ਅਸੀਂ ਕੋਈ ਡਿਗਰੀ ਜਾਂ ਡਿਪਲੋਮਾ ਨਹੀਂ ਦਿੰਦੇ ਜੇ ਦਿਨੇ ਵੀ ਆ ਤਾਂ ਉਹ ਸਰਕਾਰੀ ਨੌਕਰੀ ਲਈ ਮਾਨਤਾ ਪ੍ਰਾਪਤ ਨਹੀਂ ਉਹ ਅਗਲੀ ਪੜ੍ਹਾਈ ਲਈ ਮਾਨਤਾ ਪ੍ਰਾਪਤ ਨਹੀਂ ਤੇ ਵਿਦੇਸ਼ ਦੇ ਵਿੱਚ ਜਾਣ ਵਾਲੇ ਵਿਦਿਆਰਥੀਆਂ ਦੇ ਵੀ ਉਹ ਡਿਗਰੀ ਜਾਂ ਡਿਪਲੋਮਾ ਕਿਸੇ ਕੰਮ ਨਹੀਂ ਆਉਂਦਾ ਤੇ ਜੇ ਆਪਾਂ ਇਦਾਂ ਨਹੀਂ ਕਰਦੇ ਇਹਦਾ ਮਤਲਬ ਹੈ ਕਿ ਲੋਕਾਂ ਨੂੰ ਬਲਦੀ ਦੇ ਬੁੱਥੇ ਦਿੰਨੇ ਆ ਨਹੀਂ ਦੇਖੋ WhatsApp ਤੁਹਾਡਾ ਮੁੱਦਾ ਠੀਕ ਆ ਤੁਹਾਡੀ ਟੈਨਸ਼ਨ ਠੀਕ ਆ ਪਰ ਗੱਲ ਇਹ ਆ ਵੀ ਇਹ ਸਿਸਟਮ ਕੱਲਾ UGC ਵਾਲਾ ਤੇ ਨਹੀਂ ਨਾ ਟੁਕਦਾ ਇਹ ਤੇ ਪਿੰਡੋਂ ਸ਼ੁਰੂ ਹੋ ਜਾਂਦਾ ਅੱਛਾ ਬਦਾਂ ਸ਼ੁਰੂ ਕਰਕੇ ਦੱਸਦਾ ਕਿ ਕਿਦਾਂ-ਕਿਦਾਂ ਚੱਲਦਾ ਠੀਕ ਹੈ ਹੁਣ ਕਾਰਨ ਇਹ ਆ ਵੀ ਮੰਨ ਲਓ ਕੋ ਦਿਨ ਸੋਧਿਆ ਕੋਈ ਹੈ ਨਾ ਤੇ ਪਤਾ ਵੀ ਯਾਰ ਇੱਧਰ ਦੀ ਹੁਣ ਜਿਆਦਾ ਚਾਰ ਪਰੌਣੇ ਆਉਣੇ ਆ ਜਾਂ ਵੀ ਮੰਨ ਲਓ ਕੋਈ ਵੇਹੇ ਕੋਈ ਧਾਰਮਿਕ ਸਮਾਗਮ ਉਦੋਂ ਸੰਗਤਾਂ ਨੂੰ ਲੰਘਣਾ ਹੂੰ ਹੂੰ ਰੂੜੀ ਥੋੜਾ ਚੁਕਾ ਦੇ ਨੇ ਉਦੋਂ ਮਤ ਥੋੜੀ ਪਿੱਛੇ ਕਰਕੇ ਕਨਾਤ ਲਾ ਕੇ ਤੇ ਵੈਲਕਮ ਲਿਖ ਦੇਈਦਾ ਬਸ ਉਹਦਾ ਵੀ ਹੁਣ ਦਾ ਟਾਈਮ ਟਪਾ ਲੋ ਵੀ ਮੇਰਾ ਸਾਡਾ ਕੰਮ ਸੀ ਗਲੀ ਤੱਕ ਸਾਨੂੰ ਕੋਈ ਲੈਣ ਦਾ ਨਹੀਂ ਐਸ ਪਾਸੇ ਦੀ ਆਪ ਬੂਸਰੇ ਪਾਸੇ ਚਲੇ ਜੀ ਇਹਦੇ ਤੁਸੀਂ ਦੇਖੋ ਵੀ ਸੜਕ ਦੇ ਉੱਤੇ ਲਿਖਿਆ ਦਾ ਪਿੱਛੇ ਬੋਰਡ ਲਾਗਦਾ ਅੱਗੇ ਪੁਲ ਤੰਗ ਹੈ ਭਾਈ ਸਾਹਿਬ ਹੌਲੀ ਚੱਲੋ ਉਹ ਕਹਿੰਦੇ ਪੁਲ ਨਹੀਂ ਚੌੜਾ ਕਰਨਾ ਹੌਲੀ ਚੱਲਣਾ ਉਸ ਤੋਂ ਬਾਅਦ ਅੱਗੇ ਜਾਵੜਦੇ ਆ ਕਿੰਨਾ ਰੋਲਾ ਪਿਆ ਜੀ ਵੀ ਤਮਾਕੂ ਤੋਂ ਕੈਂਸਰ ਹੁੰਦਾ ਉਹ ਕਹਿੰਦੇ ਪੁੜੀ ਤੇ ਸਾਰੀ ਦੇ ਕੈਂਸਰ ਦੀਆਂ ਫੋਟੋਆਂ ਬਾਹਰ ਦਿਓ ਸ਼ਰਾਬ ਦੀ ਬੋਤਲ ਤੇ ਲਿਖ ਦਿਓ ਸ਼ਰਾਬ ਲਈ ਸਿਹਤ ਲਈ ਹਾਨੀ ਕਰੇ ਬੰਦ ਨਹੀਂ ਕਰਨੀ ਸੇਮ ਚੀਜ਼ ਇੱਥੇ ਯੂਜੀਸੀ ਵਾਲੇ ਉਹ ਕਹਿੰਦੇ ਵੀ ਅਸੀਂ ਅਖਬਾਰ ਵਿੱਚ ਇਸ਼ਤਿਹਾਰ ਦੇਤਾ ਵੀ ਫੁਲਾਨੀ ਫੁਲਾਨੀ ਯੂਨੀਵਰਸਿਟੀ ਜਾਲੀ ਆ ਅਹੀਂ ਬੰਦ ਨਹੀਂ ਕਰਾਉਣ ਜਾਣਾ। ਜੋ ਮੈਨੂੰ ਇਹ ਲੱਗਦਾ ਹੁੰਦਾ ਵੀ ਇਹ ਬਿਮਾਰੀ ਇੱਕ ਥਾਂ ਤੇ ਨਹੀਂ ਹੈਗੀ ਇਹ ਕਈਆਂ ਥਾਵਾਂ ਤੇ ਹੁਣ ਇਹਨੂੰ ਰੱਖਿਆ ਕਿਉਂ ਆ? ਇਹ ਇਦਾਂ ਕਿਉਂ ਆ? ਇਹ ਤੇ ਮੇਰਾ ਕਹਨਾ ਸਰਕਾਰੀ ਤੰਤਰੀ ਸਮਝਾ ਸਕਦਾ। ਨਹੀਂ ਸੰਧਾਲੀਆ ਸਾਹਿਬ ਮੈਂ ਤਾਂ ਬੜਾ ਜਣੀ ਹੈਰਾਨ ਹੁਣਾ। ਇੱਕ ਪਿਛਲੇ ਸਾਲ ਵੀ ਮੈਂ ਗੱਲ ਕਹੀ ਸੀ ਕਿ ਜਿੰਨੇ ਸਕੂਲ ਕਾਲਜ ਨੇ ਉਹਨਾਂ ਸਾਰਿਆਂ ਦੇ ਵਿੱਚ ਮੋਟਾ ਕਰਕੇ ਨੋਟਿਸ ਬੋਰਡ ਦੇ ਉੱਤੇ ਇਹ ਚਿਪਕਾ ਦਿਓ। ਕੋਈ ਬੱਚਾ 10ਵੀਂ ਪਾਸ ਕਰਦਾ ਕੋਈ 12ਵੀਂ ਪਾਸ ਕਰਦਾ ਕੋਈ ਗ੍ਰੈਜੂਏਟ ਹੁੰਦਾ ਕੋਈ ਵੀ ਪੜ੍ਹਾਈ ਕਰਦਾ ਉਹ ਨਾਲ ਚਿਪਕੇ ਹੋਵੇ ਉਹ ਪੜੇ ਕਿ ਪਈ ਆ 24th ਅਮਾ ਦੇ ਉੱਤੇ ਮੈਂ ਦਾਖਲਾ ਨਹੀਂ ਲੈਣਾ ਦੂਸਰੀ ਗੱਲ ਹੋ ਸਕਦਾ ਹੈ ਕਿ ਬਹੁਤ ਸਾਰੇ ਲੋਕ ਇਹ ਸਮਝ ਲੈਣ ਕਿ ਖਬਰ ਦੇ ਵਿੱਚ ਲਿਖਿਆ ਹੁੰਦਾ ਕਿ 24 ਸਾਮਾ ਨੇ ਜਿਨ੍ਹਾਂ ਨੂੰ ਮਾਨਤਾ ਪ੍ਰਾਪਤ ਨਹੀਂ ਤੇ ਨਾਲ ਲਿਖਿਆ ਹੁੰਦਾ ਇਹਦੇ ਵਿੱਚ ਉਹ ਪੰਜਾਬ ਦੀ ਕੋਈ ਸੰਸਥਾ ਨਹੀਂ ਬਿਲਕੁਲ ਠੀਕ ਹੈ ਪੰਜਾਬ ਦੀ ਕੋਈ ਯੂਨੀਵਰਸਿਟੀ ਕਾਲਜ ਨਹੀਂ ਹੋਣਾ ਪਰ ਇਹਦਾ ਮਤਲਬ ਇਹ ਨਹੀਂ ਕਿ ਪੰਜਾਬੀ ਲੁੱਟੇ ਨਹੀਂ ਜਾ ਸਕਦੇ ਹਮ ਯੂਨੀਵਰਸਿਟੀ ਮੰਨ ਲਓ ਕਰਨਾਟਕ ਚਾ ਬਿਹਾਰ ਚਾ ਯੂਪੀ ਚਾ ਜਾਂ ਦਿੱਲੀ ਚਾ ਦਿੱਲੀ ਦੀਆਂ ਵੀ ਯੂਨੀਵਰਸਿਟੀਆਂ ਹੁੰਦੀਆਂ ਵਿੱਚ ਦੇਸ਼ ਦੀ ਰਾਜਧਾਨੀ ਹੈ ਉਹਨਾਂ ਨੇ ਆਪਣਾ ਐਜੂਕੇਸ਼ਨ ਸੈਂਟਰ ਇਥੇ ਖੋਲ ਦੇਣਾ ਡਿਸਟੈਂਸ ਐਜੂਕੇਸ਼ਨ ਸੈਂਟਰ ਲਿਖ ਦਿੰਦੀ ਹੈ ਜੀ ਸਾਡਾ ਇਥੇ ਇੱਕ ਕੈਂਪ ਹੈਗਾ ਬਰਨਾਲੇ ਹੈ ਜੀ ਲੁਧਿਆਣੇ ਹੈ ਜੀ ਜਲੰਧਰ ਹੈ ਜੀ ਪਟਿਆਲੇ ਹੈ ਜਿਹੜਾ ਮਰਜੀ ਸ਼ਹਿਰ ਹੈ ਜਾਨੀ ਕਿ ਹੋ ਸਕਦਾ ਹੈ ਕਿ ਖਬਰ ਦੇ ਵਿੱਚ ਇਦਾਂ ਹੋਵੇ ਕਿ ਪੰਜਾਬ ਦੇ ਵਿੱਚ ਇਹਨਾਂ ਦੇ ਵਿੱਚੋਂ ਕੋਈ ਵੀ ਵਿਦਿਅਕ ਅਦਾਰਾ ਨਹੀਂ ਪਰ ਹੋ ਸਕਦਾ ਹੈ ਕਿ ਪੰਜਾਬ ਦੇ ਵਿੱਚ ਉਹਨਾਂ ਦੇ ਵਿੱਚੋਂ ਕਈ ਵਿਦਿਅਕ ਅਦਾਰਨੀਆਂ ਬ੍ਰਾਂਚਾਂ ਹੋਣ ਤੇ ਜਦੋਂ ਬ੍ਰਾਂਚਾਂ ਹੋਣ ਤੇ ਬੰਦਾ ਕਹੂਗਾ ਯਾਰ ਪੰਜਾਬ ਦੀ ਤਾਂ ਕੋਈ ਹੈ ਹੀ ਨਹੀਂ ਕੋਈ ਗੱਲ ਨਹੀਂ ਲਾਓ ਦਾਖਲਾ ਇਥੇ ਫੀਸ ਕੱਟ ਜੇ ਅਗਲੇ ਕੰਨੇ ਦੇ ਆਉਣ ਦੀ ਵੀ ਲੋੜ ਨਹੀਂ ਬਹੁਤੀ ਕੋਈ ਗੱਲ ਨਹੀਂ ਡਿਗਰੀ ਭ ਇਹ ਬੜੀ ਗੱਲ ਹੈ ਵੀ ਜਿਹੜਾ ਜਿੰਨਾ ਦੇ ਨੋਟਿਸ ਬੋਰਡ ਤੇ ਤੁਸੀਂ ਲਾਉਣ ਦੀ ਗੱਲ ਕਰਦੇ ਹੋ ਸਕੂਲਾਂ ਦੇ ਕਾਲਜਾਂ ਦੇ ਲੈ ਵੀ ਉਹਨਾਂ ਦਾ ਕਗਲਾਂ ਦਾ ਫੋਨ ਆਉਂਦਾ ਹੋਊਗਾ ਜੇ ਅਗਲੇ ਕਹਿੰਦੇ ਨੇ ਹੁਣਗੇ ਵੀ ਯਾਰ ਖਬਰ ਜੀ ਆਈ ਸਾਰ ਅਸੀਂ ਫਿਰ ਤੁਹਾਡੀ ਯੂਨੀਵਰਸਿਟੀ ਦਾ ਜਾਂ ਤੁਹਾਡੇ ਉਧਰ ਸੈਂਟਰ ਦਾ ਨਾਮ ਲਾ ਦੀ ਜੀ ਇੱਥੇ ਵੀ ਲਿਖ ਕੇ ਵੀ ਇੱਥੇ ਵੀ ਬੱਚੇ ਨਾਮ ਦਾਖਲਾ ਲੈਣ ਉਹ ਨਹੀਂ ਨਹੀਂ ਇਦਾਂ ਬਿਲਕੁਲ ਨਹੀਂ ਕਹਣਾ ਕੋਈ ਨਿਸ਼ਾਮੀ ਮਿਲਦੇ ਆ ਕਾਰਨ ਇਹ ਹੈ ਨਾ ਦੇਖੋ ਇੱਕ ਚੀਜ਼ ਹੁੰਦੀ ਹੈ ਐਥਿਕਸ ਐਥਿਕਸ ਇਹ ਕਹਿੰਦੇ ਆ ਕਿ ਵੀ ਯਾਰ ਜਿਸ ਤੁਸੀਂ ਪੇਸ਼ੇ ਚੋਂ ਉਸ ਪੇਸ਼ੇ ਦੀਆਂ ਕੁਝ ਜ਼ਿੰਮੇਵਾਰੀਆਂ ਨੇ ਕੁਝ ਉਹਦੀਆਂ ਲਿਮਿਟੇਸ਼ਨਸ ਨੇ ਮੁਸ਼ਕਲ ਪਰ ਆਪਣੇ ਪਤਾ ਨਹੀਂ ਕਿਉਂ ਸਮਾਜ ਨੇ ਇਦਾਂ ਬਣਾ ਲਿਆ ਉਹ ਕਹਿੰਦੇ ਪੇਸ਼ਾ ਕੋਈ ਹੋਵੇ ਉਹਦੀ ਕੋਈ ਮਜਬੂਰੀ ਨਹੀਂ ਕੋਈ ਲਿਮਿਟੇਸ਼ਨ ਨਹੀਂ ਕੋਈ ਉਹਦੀ ਕੋਈ ਦਾਇਰਾ ਨਹੀਂ ਇੱਕੋ ਇੱਕ ਚੀਜ਼ ਮੁੱਖ ਰੱਖਣੀ ਉਹ ਆ ਪੈਸਾ ਹਮ ਹਮ ਹੁਣ ਤੁਸੀਂ ਇਹ ਦੇਖੋ ਵੀ ਕਈ ਵਾਰ ਆਪਾਂ ਦੇਖਦੇ ਵਿੱਚ ਜੋ ਡਾਕਟਰੀ ਪੇਸ਼ੇ ਦੀ ਗੱਲ ਕਰਦੇ ਹਾਂ ਡਾਕਟਰ ਬਹੁਤ ਚੰਗੇ ਚੰਗੇ ਵੀ ਨੇ ਇੰਨੇ ਕਹਿ ਲੋਗੇ ਵੀ ਇਮਾਨਦਾਰ ਨੇ ਜਾਂ ਕਰੋਗੇ ਵੀ ਆਪਣੀ ਡਿਊਟੀ ਪ੍ਰਤੀ ਇਮਾਨਦਾਰ ਨੇ ਵੀ ਬੰਦਾ ਕਹਿੰਦਾ ਵੀ ਯਾਰ ਸੱਚੀਉਂ ਕਹਿੰਦੇ ਵੀ ਜੇ ਰੱਬ ਤੋਂ ਬਾਅਦ ਕੋਈ ਹੈ ਤਾਂ ਉਹ ਡਾਕਟਰ ਹੈ ਹਨਾ ਪਰ ਦੂਜੇ ਪਾਸੇ ਗੱਲ ਇਹ ਆ ਵੀ ਉਹ ਬੰਦਾ ਕਹਿੰਦਾ ਵੀ ਯਾਰ ਨਹੀਂ ਠੀਕ ਆਉਣ ਇਹਨੇ ਪੈਸੇ ਲਾ ਕੇ ਡੇਰੀ ਲਈ ਕਾਕੇ ਨੂੰ ਹਸਪਤਾਲ ਖੋਲ੍ਹ ਕੇ ਦਿੱਤਾ ਉਧਰ ਬੈਂਕ ਦੀ ਨਹੀਂ ਦੀ ਕਿਸ਼ਤ ਜਾਂਦੀ ਇਹ ਬੰਦਾ ਤੁਸੀਂ ਨੇ ਵੀ ਨਵਜ ਵੇਖ ਕੇ ਦਵਾਈ ਦੇ ਦਿੱਤੀ ਏਦਾਂ ਕਹਦਾ ਦੇਖੋ 40 50 ਟੈਸਟ ਹੀ ਦੇ ਕੇ ਕਰਾ ਲਿਆ ਹੁਣ ਉਹੀ ਚੀਜ਼ ਐਜੂਕੇਸ਼ਨ ਡਿਪਾਰਟਮੈਂਟ ਵਾਲਿਆਂ ਦੀ ਉਹ ਕਹਿੰਦੇ ਵੀ ਭਾਈ ਸਾਹਿਬ ਅਸੀਂ ਆਦਾਰਾ ਖੋਲ੍ਹਿਆ ਅਸੀਂ ਡਿਗਰੀ ਦੇਣੀ ਅਸੀਂ ਸਰਟੀਫਿਕੇਟ ਦੇਣਾ ਵੀ ਏਦਾਂ ਕਹਦਾ ਹੋ ਗਿਆ ਹੁਣ ਅਸੀਂ ਥੋੜਾ ਠੇਕਾ ਲਿਆ ਵੀ ਇਹਨਾਂ ਦਾ ਮੁੰਡਾ ਜਿਹੜਾ ਅਸੀਂ ਦੱਸਾਂਗੇ ਵੀ ਉੱਥੇ ਨਾ ਜਾਈਂ ਤੂੰ ਦੇਖ ਪੇਗਾ ਉਹ ਕਹਿੰਦਾ ਵੀ ਅਸੀਂ ਇਦੀ ਚੱਲੇ ਇਦੀ ਨਾ ਜਲੇ ਸਾਡੇ ਨਾਲ ਠਟੇ ਖੂ ਜਾਵੇ ਅਸੀਂ ਪੀਛਲੇ ਮਤਲਬ ਇਹ ਜਿਹੜਾ ਆਪਾਂ ਇਹ ਕਹਿੰਦੇ ਸਾਰਿਆਂ ਦਾ ਹੋ ਗਿਆ ਪਰ ਇਹ ਬਹੁਤੇ professions ਚ ਆ ਗਿਆ ਪਰ ਉਤੋਂ ਤੋਂ ਕਿਹਾ ਇਹ ਜਾਂਦਾ ਵੀ ਅਸੀਂ ਸੇਵਾ ਕਰਦੇ ਭਾਵੇਂ ਰਾਜਨੀਤੀ ਤੋਂ ਲਾ ਲਓ ਤੁਸੀਂ ਭਾਵੇਂ ਡਾਕਟਰੀ ਪੇਹਾ ਭਾਵੇਂ ਤੁਸੀਂ ਸਿੱਖਿਆ ਦੀ ਗੱਲ ਕਰ ਲਓ ਭਾਵੇਂ ਹੋਰ ਕੋਈ ਵੀ ਪੇਸ਼ਾਈ ਵੀ ਅਸੀਂ ਲਾ ਲਓ ਉਹਦੇ ਵਿੱਚ ਜਿਹੜਾ ਪੈਸਾ ਮੁੱਖ ਰੱਖਿਆ ਗਿਆ ਨਾ ਵੀ ਯਾਰ ਮੈਨੂੰ ਮਿਲ ਗਏ ਜਾਂ ਮੈਂ ਵੜ ਲਾਂ ਜਾਂ ਮੁਰਗੀ ਹੁਣ ਮੈਂ ਨਿਚੋੜਦਾ ਆ ਕਰਾਂ ਉਹ ਆਦਤ ਮਾੜੀ ਜਦ ਤੱਕ ਉਹ ਨਹੀਂ ਛੱਡੀ ਜਾਂਦੀ ਉਨੀ ਦੇਰ ਤੱਕ ਕੋਈ ਇਲਾਜ ਨਹੀਂ ਹੈਗੇ ਇਸ ਚੀਜ਼ ਦਾ ਨਹੀਂ ਗੱਲ ਠੀਕ ਹੈ ਸੰਧਾਲੀਆ ਸਾਹਿਬ ਮੈਂ ਇੱਕ ਗੱਲ ਤੁਹਾਡੇ ਤੋਂ ਹੋਰ ਸਮਝਣੀ ਚਾਹੁੰਦਾ ਜ਼ਰੂਰੀ ਹੈ ਜੀ ਅੱਜ ਮੈਂ ਵੇਲਾ ਨਹੀਂ ਹੈ ਅੱਛਾ ਜੀ ਅੱਜ ਕੋ ਰੈਲੀ ਹੈ ਨੀ ਰੋਡ ਸ਼ੋਅ ਹੈ ਨੀ ਕੋਈ ਕੰਮ ਹੈ ਕੰਮ ਹੈ ਕੰਮ ਦੇ ਮੇਰੇ ਸਾਣਾ ਜੇ ਸਾਣਾ ਨਾ ਕੰਮ ਚੱਲਣ ਡਿਆ ਉਸ ਨਾਲ ਉਦਾਂ ਹੀ ਵੇਲੇ ਹੋ ਜਾਣੇ ਬੰਦੇ ਕਈ ਵਾਰੀ ਆਪਾਂ ਘਰਾਂ ਦੇ ਵਿੱਚ ਗੱਲ ਕਰਦੇ ਬੀਬੀ ਤੂੰ ਇਹਨਾਂ ਦੀਆਂ ਗੱਲਾਂ ਦੇ ਵਿੱਚ ਦਖਲ ਨਾ ਦੇਆ ਕਰ ਬੀਬੀ ਕੋਈ ਗੱਲ ਨਹੀਂ ਇਹ ਹੁਣ ਸਮਾਂ ਥੋੜਾ ਜਿਹਾ ਬਦਲ ਗਿਆ ਹਰ ਗੱਲ ਦੇ ਉੱਤੇ ਟੋਕਾ ਟਕਾਈ ਠੀ ਛੋਟੀ ਉਮਰ ਦੀਆਂ ਬੀਬੀਆਂ ਉਹਨਾਂ ਨੇ ਕਹਲੇ ਵੀ ਕੋਈ ਗੱਲ ਨਹੀਂ ਮਾਤਾ ਦੀ ਮਾਤਾ ਨੇ ਸਾਰੀ ਉਮਰ ਕੱਢੀ ਐ ਇਦਾਂ ਹੀ ਕੱਢੀ ਐ ਹੁਣ ਤੁਸੀਂ ਐਵੇਂ ਆ ਪੋਚੇ ਪੂਚੇ ਵਾਲੇ ਫਰਸ਼ਾਂ ਉਦੋਂ ਆ ਗਈਆਂ ਕੱਚੇ ਵਿਹੜਿਆਂ ਦੇ ਵਿੱਚ ਇਹਨਾਂ ਨੇ ਝਾੜੂ ਫੇਰੇ ਉਹ ਵੀ ਕੋਈ ਗੱਲ ਨਹੀਂ ਕਿੱਡੀ ਗੱਲ ਐ ਕਰੀ ਫੇਰ ਕਪੜਾ ਫੇਰਦੇ ਆਗੇ ਸਮਝ ਉਹਨਾਂ ਨੂੰ ਵੀ ਨਹੀਂ ਆਉਂਦੀ ਨਿਆਣਾ ਮੂੰਹ ਚ ਗੂਠਾ ਪਾਉਂਦਾ ਹੀ ਜਾਂ ਨਿਆਣੇ ਨੂੰ ਕਹਿੰਦਾ ਕਿ ਭਾਈ ਰੋਟੀ ਹੱਥ ਤੋਂ ਖਾਣੀ ਆ ਸਾਡੇ ਤੋਂ ਤਾਂ ਨਹੀਂ ਕੋ ਮੰਦਾ ਆਮ ਹੀ ਘਰਾਂ ਚ ਆਪਣੇ ਮੈਨੂੰ ਇਹ ਨਹੀਂ ਸਮਝ ਆਉਂਦੀ ਕਿ ਜੇ ਸਾਡੇ ਤੋਂ ਤਾਂ ਇਹ ਕੋਈ ਨਹੀਂ ਮੰਨਦਾ ਪਰ ਉਹ ਬੰਦੇ ਸਾਰਿਆਂ ਨੂੰ ਕਿਵੇਂ ਬਣਾ ਲੈਂਦੇ ਆ ਉਹ ਬੰਦੇ ਜਾਨੀ ਦੂਜੇ ਪਾਸੇ ਸਾਰੇ ਹੀ ਬੰਦੇ ਉਹਨਾਂ ਦੇ ਪਿੱਛੇ ਲੱਗ ਜਾਂਦੇ ਆ ਸਾਰਿਆਂ ਨੂੰ ਹੀ ਹਿਸਾਬ ਕਿਤਾਬ ਜਿਆ ਸਮਝ ਆ ਜਾਂਦਾ ਨਹੀਂ ਯਾਰ ਇਹ ਇਹ ਜਿੱਦਾਂ ਕਹਿੰਦੇ ਠੀਕ ਹੈ ਜਾਨੀ ਜੇ ਕਾਰਜਾਲੀ ਬਣਾਉਣੇ ਉਹਨਾਂ ਦੇ ਮਗਰ ਲੱਗ ਚਲੋ ਇੱਕ ਦੋ ਨੰਬਰ ਦੇ ਵਿੱਚ ਵਿਦੇਸ਼ ਭੇਜਦਾ ਉਹਦੇ ਮਗਰ ਲੱਗ ਚਲੋ ਜੇ ਕੋਈ ਕਈ ਪਿੰਡਾਂ ਦੇ ਵਿੱਚੋਂ ਗੱਲਾਂ ਬਾਤਾਂ ਪਿਛਲੇ ਸਮੇਂ 'ਚ ਹੋਈਆਂ ਸੀ ਉਥੇ ਆ ਕੇ ਜੇ ਉਹ ਅਜੇ ਉਹ ਸਕੀਮ ਲਾਗੂ ਹੀ ਨਹੀਂ ਸੀ ਸਰਕਾਰ ਨੇ ਅਜੇ ਐਲਾਨ ਕੀਤਾ ਹੀ ਨਹੀਂ ਸੀ ਉਹ ਪਹਿਲੀ ਫਾਰਮ ਭਰ ਕੇ 100-100 ਰੁਪਈਆ ਲੈ ਗਏ ਜਾਨੀ ਉਹ ਉਹ ਕਿਹੜੀ ਗਿੱਦੜ ਸਿੰਗੀ ਹੁੰਦੀ ਆ ਤੁਹਾਡੇ ਕੋਲੇ ਕਿ ਤੁਸੀਂ ਰਹਿਨੇ ਸ਼ਹਿਰ 'ਚੋਂ ਵੱਡੇ ਸ਼ਹਿਰ ਉਹਨੂੰ ਪਿੰਡ ਦੇ ਇੱਕ ਮੁਹੱਲੇ ਦੇ ਇੱਕ ਘਰ ਦੇ ਵਿੱਚਲਾ ਵੋਟਰ ਜਿਹੜਾ ਹੈ ਉਹਨੂੰ ਵੀ ਕਿੱਦਾਂ ਆਪਣੇ ਵਾਲੇ ਪਾਸੇ ਕਰਨਾ ਤੁਹਾਨੂੰ ਟਾਈਮ ਨਹੀਂ ਪਤਾ ਲੱਗ ਜਾਂਦਾ ਤੁਸੀਂ ਟਾਈਮ ਨਹੀਂ ਉਹਨੂੰ ਪਿੱਛੇ ਲਾ ਲੇ ਤੁਸੀਂ ਚੰਡੀਗੜ੍ਹ ਬੈਠ ਕੇ ਪ੍ਰੈਸ ਕਾਨਫਰੰਸ ਕਰਨੀ ਹੈ ਉਹ ਫਾਜ਼ਿਲਕਾ ਦੇ ਬਾਰਡਰ ਲਾਗਲੇ ਪਿੰਡ ਦੇ ਵਿੱਚ ਤੱਕ ਵੀ ਤੁਹਾਡੀ ਗੂੰਜ ਪੈਣੀ ਹੈ ਉਸ ਬੰਦੇ ਨੇ ਵੀ ਕਹਣਾ ਲੈ ਐਦਾਂ ਥੋੜੀ ਹੁੰਦਾ ਮੈਂ ਅੱਜ ਸੁਣਖਿਆ ਆ ਯਾਨੀ ਇਹ ਕਹਾਣੀ ਕੀ ਹੈ ਯਾਨੀ ਸਮਝਾਓ ਥੋੜਾ ਜੀ ਨਹੀਂ ਨਹੀਂ ਸਮਝਣ ਵਾਲੀ ਗੱਲ ਹੀ ਕੋਈ ਨਹੀਂ ਕਿਉਂਕਿ ਕਾਰਨ ਹੈ ਨਾ ਵੀ ਜੇ ਇਹ ਗੱਲ ਕਹਾਣੀ ਸਮਝੀ ਫਿਰ ਤਾਂ ਰਾਜ਼ ਖੁੱਲ ਗਿਆ ਨਾ ਸਾਰਾ ਇਸ ਕਰਕੇ ਉਹ ਕਹਿੰਦੇ ਵੀ ਕੁਛ ਈ ਸਾ ਢੱਕੀ ਦਿਜਣੀ ਚਾਹੀਦੀ ਹੁੰਦੀ ਇਸ ਕਰਕੇ ਉਹ ਟੱਕੀ ਰਹੀਦੀ ਰਹਿਣ ਦਿਓ ਮੁਸ਼ਕਲ ਹੈ ਨਾ ਵੀ ਹਰੇਕ ਬੰਦੇ ਦਾ ਆਪਣਾ ਆਪਣਾ ਲਾਲਚ ਆ ਤੇ ਲਾਲਜ ਬੁਰੀ ਬਲਾ ਹੈ ਮੇਰੇ ਖਿਆਲ ਨਾਲ ਜੋ ਜਵਾਗ ਨੂੰ ਪੜਾਉਣਾ ਸ਼ੁਰੂ ਕਰ ਦਿੰਦੇ ਆ ਪਰ ਜਿੱਦ ਨੂੰ ਕਿਤਾਬ ਬੰਦ ਹੋ ਜਾਂਦੀ ਹੈ ਜਾਂ ਰद्दी ਵਾਲੇ ਵੇਚ ਦਿੰਦੇ ਆ ਉਹਦੇ ਨਾਲ ਹੀ ਲਾਲਜ ਬੁਰੀ ਬਲਾ ਹੈ ਦੀ ਸਿੱਖਿਆ ਵੀ ਵੇਚੀ ਜਾਂਦੀ ਆ ਸਮਝਦਾ ਕੋਈ ਨਹੀਂ ਸਮਝਦਾ ਕੋਈ ਨਹੀਂ ਬੰਦਾ ਹਰੇਕ ਲਾਲਜ ਦੇ ਵਿੱਚ ਪੈਂਦਾ ਭਾਵੇਂ ਉਹ ਕੋਈ ਕ腐ਸ਼ਨ ਵਾਲੇ ਪਾਸੇ ਪੈ ਜਾਏ ਭਾਵੇਂ ਵੋਟ ਵਾਲੇ ਪਾਸੇ ਪੈ ਜਾਏ ਭਾਵੇਂ ਕੋਈ ਹੋਰ ਧੰਦੇ ਵਾਲੇ ਪਾਸੇ ਪੈ ਜਾਏ ਜੀ ਹਾਂ ਜਿਨਾ ਚਿਰ ਚੱਲਦਾ ਰਹਿੰਦਾ ਉਹਨਾਂ ਚਿਰ ਨੂੰ ਲੱਗਦਾ ਲੈ ਇਦੀ ਨਾਲ ਦਾ ਯਾਤਰ ਕੋਈ ਨਹੀਂ ਤੇ ਜਿੱਦਨ ਫਿਰ ਉਹ ਟੰਗਿਆ ਜਾਂਦਾ ਉਦੋਂ ਫਿਰ ਉਹੋ ਹੀ ਬੰਦੇ ਪਰੇ ਹੋ ਕੇ ਗੱਲਾਂ ਕਰਨ ਲੈ ਅਹੀਂ ਤੁਹਾਨੂੰ ਉਦੋਂ ਨਹੀਂ ਦੱਸਦਾ ਫਿਰ ਨੇ ਕਾਬੂ ਆ ਜਾਣਾ ਟਾਈਮ ਨਹੀਂ ਟਾਈਮ ਨਹੀਂ ਇੱਕ ਮੈਂ ਤੁਹਾਡੇ ਲਈ ਵੀ ਸਲਾਹ ਦੇਣੀ ਤੁਹਾਨੂੰ ਥੋੜੀ ਪੁਰਖ ਮੈਂ ਤਾਂ ਮੈਂ ਮੈਂ ਵਿਲੇ ਹੀ ਆ ਮੈਂ ਚਾਹੇ ਸਲਾਹ ਲੈ ਲਓ ਚਾਹੇ ਦੇ ਦਿਓ ਪਰ ਅਜ ਕਰੀ ਹੋ ਕੋ ਇਹਨਾਂ ਕੁਛ ਦੇਖੋ ਆਮ ਤੌਰ ਤੇ ਲੀਡਰਾਂ ਨੂੰ ਲੱਗਦਾ ਹੁੰਦਾ ਕਿ ਸਾਡੀ ਕਿਹੜੀ ਗੱਲ ਹੈ ਪਰ ਪੰਗਾ ਪੈ ਜਾਂਦਾ ਕਿ ਯਾਰੀ ਬਹੁਤਾ ਲਾਲਚ ਸੰਧਾਲਿਆ ਸਭ ਠੀਕ ਨਹੀਂ ਹੁੰਦਾ ਮੈਂ ਬਾਰ ਬਾਰ ਕਹਿੰਨਾ ਤੁਸੀਂ ਆਪਦੇ ਤੇ ਰਹਣ ਮੈਨੂੰ ਵੀ ਨਾਲ ਸੇਕ ਲੱਗਦਾ ਹੀ ਫੇ ਹੂੰ ਚਾਰਖੰਡ ਦਾ ਇੱਕ ਮੁੱਖ ਮੰਤਰੀ ਇਹ ਨਾਮ ਹੈ ਹੇਮੰਤ ਸਰੇਨ ਸ਼ੀਬੂ ਸਰੇਨ ਬੜਾ ਇੱਕ ਅ ਰਚਰਚਾ ਚਾਇਆ ਸੀ ਪਰਿਵਾਰ ਦਾ ਮੈਂਬਰੀ ਇਹਨਾਂ ਦਾ ਇਹ ਉਹ ਤੋਂ ਅਗਲੀ ਪੀੜ੍ਹੀ ਚ ਹੈ ਹੇਮੰਤ ਸਰੇਨ ਮੁੱਖ ਮੰਤਰੀ ਬਣ ਗਿਆ ਡੇਢ ਕ ਸਾਲ ਹੈ ਜੀ ਰਹਿੰਦਾ ਉਹਦੀ ਸਰਕਾਰ ਦਾ ਤੇ ਥੋੜੇ ਮਹੀਨੇ ਪਹਿਲਾਂ ਭਾਰਤੀ ਕਿਉਂਕਿ ਚਾਰਖੰਡ ਮੁਕਤੀ ਮੋਰਚਾ ਦਾ ਨਾਲ ਉਹਦੇ ਲਾਲੂ ਪ੍ਰਸਾਦ ਯਾਦਵ ਦੀ ਪਾਰਟੀ ਅਤੇ ਕਾਂਗਰਸ ਤਿੰਨ ਧਿਰਾਂ ਦੀ ਸਾਂਝੀ ਸਰਕਾਰ ਹੈ ਮੁੱਖ ਮੰਤਰੀ ਉਹ ਹੁਣ ਥੋੜੇ ਮਹੀਨੇ ਪਹਿਲਾਂ ਉੱਥੇ ਭਾਰਤੀ ਜਨਤਾ ਪਾਰਟੀ ਦੇ ਇੱਕ ਸਾਬਕਾ ਸੀਐਮ ਨੇ ਰਘੂ ਵਰਦਾਸ ਉਹ ਰਾਜਪਾਲ ਸਾਹਿਬ ਕੋ ਗਏ ਇਲੈਕਸ਼ਨ ਕਮਿਸ਼ਨ ਕੋ ਗਏ ਕਹਿੰਦੇ ਜੀ ਇੱਕ ਗੱਲ ਕਰਨੀ ਹੈ ਬੀਜਪੀ ਦੇ ਲੀਡਰ ਨੂੰ ਉਹ ਕਹਿੰਦੇ ਦੱਸੋ ਜੀ ਕਹਿੰਦੇ ਇੱਕ ਸ਼ਿਕਾਇਤ ਕਰਨੀ ਹੈ ਉਹ ਕਹਿੰਦੇ ਦੱਸੋ ਉਹ ਕਹਿੰਦੇ ਜੀ ਦੇਖੋ ਬੜੀ ਤਕੜੀ ਮਰਿਆਦਾ ਬੜਾ ਤਕੜਾ ਕਾਨੂੰਨ ਹੈ ਕਿ ਜਿਹੜਾ ਬੰਦਾ ਮੁੱਖ ਮੰਤਰੀ ਹੈ ਐਮ ਐਲ ਏ ਹੈ ਐਮ ਪੀ ਹੈ ਜਾਂ ਕੈਬਨਟ ਮੰਤਰੀ ਹੈ ਉਹ ਦੋਰੇ ਲਾਭ ਦੇ ਅਹੁਦੇ ਤੇ ਇੱਕੋ ਵੇਲੇ ਨਹੀਂ ਰਹਿ ਸਕਦਾ ਕਿ ਜਾਨੀ ਤੁਸੀਂ ਇੱਕ ਪਾਸੇ ਐਮ ਐਲ ਏ ਮੰਤਰੀ ਜਾਂ ਮੁੱਖ ਮੰਤਰੀ ਹੋ ਦੂਜੇ ਪਾਸੇ ਕੋਈ ਹੋਰ ਵੀ ਲਾਭ ਲੈ ਲਓ ਇਹ ਹੋ ਨਹੀਂ ਸਕਦਾ ਇਹ ਕਾਨੂੰਨ ਤੋਂ ਬਾਹਰ ਹੈ ਉਹ ਕਹਿੰਦੇ ਹਾਂ ਜੀ ਉਹ ਕਹਿੰਦੇ ਪਰ ਜਿਹੜਾ ਆਪਣਾ ਮੁੱਖ ਮੰਤਰੀ ਹੈ ਹੇਮੰਤ ਸਰੇਨ ਇਹ ਮੁੱਖ ਮੰਤਰੀ ਵੀ ਸੀ ਤੇ ਨੇ ਚੁੱਪਚੀ ਪੀਤੇ ਆ ਪੱਥਰਾਂ ਦੀ ਖੱਟ ਦਾ ਮਹਿੰਗਾ ਠੇਕਾ ਵੀ ਲੈ ਲਿਆ ਆਪਣੇ ਸੂਬੇ 'ਚ ਮੁੱਖ ਮੰਤਰੀ ਦੇ ਨਾਲ ਠੇਕਾ ਅਲਾਰਟ ਹੋ ਗਿਆ ਇਹ ਮਈ ਮਹੀ ਦੀ ਗੱਲ ਹੋਣੀ ਹੈ ਕਿਤੇ ਅਪ੍ਰੈਲ ਮਈ ਦੀ ਉਹਦੇ ਤੋਂ ਬਾਅਦ ਲੱਗਦਾ ਸੀ ਕੰਮ ਹੋ ਜਾਣਾ ਰਾਜਪਾਲ ਸਾਹਿਬ ਨੇ ਇਲੈਕਸ਼ਨ ਕਮਿਸ਼ਨ ਨੂੰ ਕਿਹਾ ਜਾਂਚ ਪੜਤਾਲ ਕਰੋ ਜਾਂਚ ਪੜਤਾਲ ਕਰਕੇ ਮਾ ਦਿਓ ਖਾਂ ਰਿਪੋਰਟ ਜਿਹੜਾ ਕਿ ਕਾਨੂੰਨ ਦੇ ਮੁਤਾਬਕ ਗੱਲ ਬਣਦੀ ਹੈ ਕਿ ਨਹੀਂ ਬਣਦੀ ਉਦੋਂ ਹੀ ਲੱਗਦਾ ਸੀ ਪੰਗਾ ਪੈ ਗਿਆ ਇਲੈਕਸ਼ਨ ਕਮਿਸ਼ਨ ਨੇ ਰਿਪੋਰਟ ਦਿੱਤੀ ਰਾਜਪਾਲ ਨੂੰ ਕਿ ਭਾਈ ਇਹ ਬੰਦੇ ਨੇ ਖੱਟ ਦਾ ਠੇ ਹੈ ਮੁੱਖ ਮੰਤਰੀ ਹੈ ਇਹ ਬੰਦਾ ਡਿਜ਼ਰਵ ਨਹੀਂ ਕਰਦਾ ਇਹਦੀ ਵਿਧਾਨ ਸਭਾ ਦੀ ਮੈਂਬਰੀ ਰੱਦ ਕਰ ਦਿਓ ਮੁੱਖ ਮੰਤਰੀ ਦੀ ਤੇ ਰਾਜਪਾਲ ਸਾਹਿਬ ਨੇ ਰਿਪੋਰਟ ਪੜ੍ਹੀ ਤੇ ਰਿਪੋਰਟ ਪੜ੍ਹ ਕੇ ਉਹਨਾਂ ਨੇ ਕਿਹਾ ਨਹੀਂ ਜੀ ਵਿਧਾਨ ਸਭਾ ਦੀ ਮੈਂਬਰੀ ਰੱਦ ਹੁਣ ਦੋ ਤਿੰਨ ਚੀਜ਼ਾਂ ਨੇ ਦੇਖੋ ਇੱਕ ਪਾਸੇ ਮੁੱਖ ਮੰਤਰੀ ਦਾ ਰਤਬਾ ਸਾਰੇ ਜ਼ੂਬੇ ਦੇ ਫੈਸਲੇ ਖੱਡ ਕੇ ਇਹਨੂੰ ਅਲਾਟ ਹੋਣੀ ਉਹ ਵੀ ਘਰ ਨੂੰ ਲੈਣ ਲੱਗ ਪਿਆ ਭਾਈ ਮੇਰੇ ਨਾਂ ਹੀ ਖੱਡ ਅਲਾਟ ਕਰ ਦਿਓ ਕਿਹੜਾ ਕਿਸੇ ਨੂੰ ਪਤਾ ਲੱਗਣਾ ਹੁਣ ਅਜੇ ਵਿਸਤਾਰ ਦੇ ਵਿੱਚ ਕੋਈ ਰਿਪੋਰਟ ਨਹੀਂ ਆਈ ਜੇ ਤਾਂ ਇਹ ਵੀ ਕਹਿ ਦਿੱਤਾ ਕਿ ਭਾਈ 5 ਸਾਲ ਤੇਰੇ ਚੋਣ ਲੜਨ ਤੇ ਬੈਨ ਬੰਦਾ ਗਿਆ ਜੇ ਚੋਣ ਲੜਨ ਤੇ ਬਹਿਨ ਨਾ ਲਾਇਆ ਅੱਜ ਬੰਦਾ ਅਸਤੀਫਾ ਦੇ ਕੇ ਭਲਕ ਨੂੰ ਮੁੱਖ ਮੰਤਰੀ ਵੇਹ ਬਣ ਜੂਗਾ ਕਿ ਪਾਈ ਮੈਂ 6 ਮਹੀਨਿਆਂ ਦੇ ਵਿੱਚ ਵਿੱਚ ਚੋਣ ਲੜ ਲੈਣਾ ਹੁਣ ਜੇ ਚੋਣ ਲੜ ਲੂਗਾ ਦੁਬਾਰਾ ਇਲੈਕਸ਼ਨ ਹੋ ਜਾਣੀ ਜਿੱਦ ਦਾ ਹਰਦਾਬਾਦ ਦੀ ਗੱਲ ਹੈ ਹੂੰ ਹੂੰ ਤੀਸਰਾ ਸੁਪਰੀਮ ਕੋਰਟ ਚਲੇ ਜਾਏ ਪਰ ਇੰਨੀ ਗੱਲ ਜ਼ਰੂਰ ਹੈ ਕਿ ਜਦੋਂ ਇੱਕ ਵੱਡੇ ਅਹੁਦੇ ਦੇ ਉੱਤੇ ਬੈਠਾ ਬੰਦਾ ਅਸੀਨ ਬੰਦਾ ਖੁਦ ਖੱਡਾਂ ਦੇ ਠੇਕੇ ਲੈਣ ਦੇ ਵਿੱਚ ਇੰਟਰਸਟ ਰੱਖਦਾ ਹੋਊਗਾ ਪਰ ਸੂਬਾ ਤਾਂ ਚੱਲ ਪਿਆਗਾ ਨੂੰ ਤੇ ਬਾਕੀ ਸਾਰਾ ਕੁਝ ਠੀਕ ਸੀਗਾ ਇਹਨਾਂ ਜਦੋਂ ਇਹੋ ਜੀ ਘਟਨਾ ਵਾਪਰ ਜੇ ਫੇਰ ਮਾਈਆਂ ਗੱਲਾਂ ਕਰ ਆ ਗਲਤੇ ਪੜਦਾ ਪੈ ਗਿਆ ਭੈਣ ਜੀ ਹੋਰ ਕੀ ਹੋਇਆ ਮੇਰੇ ਨਾਂ ਤੇ ਲੈ ਲਿੰਦਾ ਖੱਡ ਆਹੋ ਵੀ ਜੇ ਉਹਦੇ ਨਾਂ ਦੇ ਵੀ ਨਾਂ ਲੈਂਦਾ ਖੱਡ ਤੇ ਯਾਰ ਘਰ ਜਿੱਕੇ ਦੇ ਥੋੜੇ ਬੰਦੇ ਹੁੰਦੇ ਆ ਆਵਾਜ਼ ਹੀ ਮਾਰਨੀ ਹੁੰਦੀ ਆ ਵੀ ਹਾਂ ਵੀ ਬਾਦਰ ਕਿਦਾਂ ਅੱਜ ਕੀ ਕਰਦਾ ਵੀ ਉਹ ਕਹਿੰਦਾ ਜਨਾਬ ਆਹ ਚੀਜ਼ਾਂ ਬਣਾ ਰਿਹਾ ਇਦਾਂ ਕਰ ਵੀ ਤੂੰ ਨਾ 10 ਮਿੰਟ ਇੱਥੇ ਬਹਿਣਾ ਤੇਰੇ ਕੋਲ ਆ ਕਾਗਜ਼ਾਂ ਦੇ ਸਾਈਨ ਕਰਾਉਣੇ ਉਹਦੇ ਕੋਲੋਂ ਕਾਗਜ਼ਾਂ ਦੇ ਸਾਈਨ ਕਰਾ ਲੈਣ ਫਿਰ ਇਹਣਾ ਵੀ ਤੂੰ ਇਦਾਂ ਕਰ ਅੱਜ ਤੂੰ ਰੋਟੀ ਨਾ ਬਣਾ। ਨਹੀਂ ਆ ਕਿੱਧਰੋਂ ਗੱਲ ਲੈ ਗਿਆ ਤੁਸੀਂ? ਰੋਟੀ ਆਪਾਂ ਬਾਹਰੋਂ ਮੰਗਾ ਲੈਂਦੇ ਆ। ਅੱਛਾ। ਮਾਦਾ ਬਈ ਗੱਲ ਹੀ ਕੀ ਦੀ ਵੀ ਸਲਾਹਾਂ ਕਹੀ ਹੁੰਦੀਆਂ ਨੇ। ਹਮ ਹਮ। ਹੁਣ ਚਲੋ ਜੇ ਉਹਨੂੰ ਨਹੀਂ ਇੰਨੀ ਸਮਝ ਆਈ ਵੀ ਨਹੀਂ ਕੋਈ ਬੰਦਾ ਜਾਂ ਇਹ ਕੱਲ ਹੋ ਰਹੀ ਹੋ ਸਾਦੀ ਹੈ। ਠੀਕ। ਕਿਸੇ ਵੇਲੇ ਘਰ 'ਚ ਸਲਾਹ ਕੀਤੀ ਹੋਵੇ ਵੀ ਉਹ ਕਹਿੰਦੇ ਵੀ ਯਾਰ ਆਹ ਹੁਣ ਇੱਕ ਨਵੀਂ ਚੀਜ਼ ਲੈਣੀ ਹੈ। ਉਹ ਜੀ ਦੇ ਨਾਂ ਤੇ ਵੀ ਹੈਗੀ ਆ ਉਹਦੇ ਨਾਂ ਤੇ ਵੀ ਇਹਦੇ ਨਾਂ ਦੇ ਬੰਦਾ ਕੋਈ ਬਚਿਆ ਨਹੀਂ ਜਨਾਬ ਤੁਸੀਂ ਬਚੇ ਆ ਚਲੋ ਫੇ ਮੇਰੇ ਨਾਂ ਦੇ ਲੈ ਲਓ ਇਹ ਹੋ ਸਕਦਾ ਵੀ ਹੁਣ ਬੰਦਾ ਕੋਈ ਬਚਿਆ ਹੀ ਨਾ ਹੋਵੇ ਤੇ ਇਸ ਕਰਕੇ ਆਪਣੇ ਨਾਂ ਤੇ ਖੱਡ ਲਾਟ ਕਰਾ ਲਈ ਉਹਨਾਂ ਨੇ ਇੱਕ ਪੰਗਾ ਹੋਰ ਪੈਣਾ ਅੱਛਾ ਜੇ ਉਹਨਾਂ ਨੂੰ ਕਹਿ ਦਿੱਤਾ ਜਾਂਦਾ ਕਿ ਤੁਸੀਂ ਨਹੀਂ ਇਲੈਕਸ਼ਨ ਲੜ ਸਕਦੇ ਉਹ ਮੁੱਖ ਮੰਤਰੀ ਵੀ ਨਹੀਂ ਰਹਿ ਸਕਦੇ ਫਿਰ ਕਹਿੰਦੇ ਆ ਕਿ ਮਾਂ ਬਾਪ ਤਾਂ ਹੁਣ ਬਜ਼ੁਰਗ ਹੋ ਗਏ ਆ ਉਹਨਾਂ ਦੀ ਧਰਮ ਪਤਨੀ ਆ ਬੀਬੀ ਕਲਪਨਾ ਹੁਣ ਕਲਪਨਾ ਸੁਰੇਨ ਕਿ ਉਹਨੂੰ ਚੀਫ ਮਿਨਿਸਟਰ ਬਣਾਉਣਗੇ ਹੇਮੰਤ ਸਰੇ ਨੂੰ ਰਿਜ ਇਦਾਂ ਦੀ ਗੱਲ ਬਣੀ ਮੈਂ ਪਹਿਲਾਂ ਵੀ ਦੱਸਿਆ ਕਿ ਕਾਂਗਰਸ ਰਾਸ਼ਟਰਵਾਦੀ ਜਨਤਾਦਲ ਰਾਸ਼ਟਰੀ ਜਨਤਾਦਲ ਤੇ ਇਹਨਾਂ ਦੀ ਝਾਰਖੰਡ ਮੁਕਤੀ ਮੋਰਚੇ ਦੀ ਸਾਂਝੀ ਸਰਕਾਰ ਹੈ 81 ਐਮਐਲਏ ਨੇ ਉੱਥੇ ਟੋਟਲ 44 ਨਾਲ ਸਰਕਾਰ ਬਣਦੀ ਹੈ ਬੀਜੇਪੀ ਕੋ ਕਹਿੰਦੇ 26 ਆ 16 ਘਟਦੇ ਆ ਤੇ ਇਹ ਵੀ ਪਤਾ ਲੱਗਿਆ ਕਿ ਝਾਰਖੰਡ ਮੁਕਤੀ ਮੋਰਚਾ ਦੇ ਕਈ ਸੀਨੀਅਰ ਆਗੂ ਜਿਨ੍ਹਾਂ ਦੀ ਗਿਣਤੀ 12 ਆ ਉਹ ਬੰਦੇ ਜੇ ਇਹਨਾਂ ਨੇ ਆਪਣੀ ਧਰਬਤਨੀ ਨੂੰ ਮੁੱਖ ਮੰਤਰੀ ਬਣਾਇਆ ਜਿੱਦਾਂ ਲਾਲੂ ਪ੍ਰਸਾਦ ਯਾਦਵ ਨੇ ਰਾਵੜੀ ਦੇਵਰੀ ਨੂੰ ਬਣਾਇਆ ਸੀ ਉਹ ਫਿਰ ਕਹਿੰਦੇ ਅਹੀਂ ਗੁੱਸੇ ਆ ਬਾਈ ਜੇ 12 ਉਹ ਗੁੱਸੇ ਹੋ ਗਏ 10 11 ਕਹਿੰਦੇ ਕਾਂਗਰਸ ਦੇ ਵੀ ਅੰਦਰ ਖਾਤੇ ਥੋੜੇ ਜਿਹਾ ਉਹ ਵੀ ਗੁੱਸੇ ਆ 13 14 ਬੰਦੇ ਆ 13 14 ਚਾਹੀਦੇ ਆ ਯਾਨੀ ਮੈਨੂੰ ਨਹੀਂ ਪਤਾ ਇਦਾਂ ਹੋਵੇ ਯਾਨੀ ਮੈਨੂੰ ਲੱਗਦਾ ਹੈ ਕਿ ਕਿਤੇ ਇਦਾਂ ਨਾ ਹੋਵੇ ਨਹੀਂ ਨਾਲ ਰਹਿ ਰਹਿ ਕੇ ਫਰਕ ਪੈ ਗਿਆ ਵਾਟਸਾ ਦਾ ਬਿਲਕੁਲ ਦੋਈ ਸਹੀ ਸਮਝ ਗਏ ਮੈਂ ਇਹ ਕਹਿ ਨਹੀਂ ਲੱਗਾ ਮੈਂ ਹੈ ਵੀ ਜਿਨ੍ਹਾਂ ਨੇ ਅਗਲਾ ਨੇ ਐਡੀ ਖੱਡ ਦੀ ਕਹਾਣੀ ਕੱਢ ਕੇ ਤੇ ਲਾਇਆ ਬੰ ਹੁਣ ਉਹ ਸਵੇਰੇ ਕਹੇ ਵੀ ਲੈ ਵੀ ਅੱਜ ਤੁਸੀਂ ਮੈਨੂੰ ਲਾਇਆ ਦੇ ਸਵੇਰੇ ਮੈਂ ਮੁੱਖ ਮੰਤਰੀ ਬਣ ਜਾਂ ਇੰਦਾ ਕਿਦਾਂ ਉਹ ਕਹਦੇ ਵੀ ਸਰਕਾਰ ਸਾਡੀ ਵੀਰ ਜੀ ਤੇ ਸਾਡੀ ਸਰਕਾਰ ਦੇ ਹੁੰਦਿਆਂ ਹੁਣ ਤੁਸੀਂ ਕਹੋ ਵੀ ਇੱਕ ਹੋਰ ਸਰਕਾਰ ਬਣਾ ਕੇ ਤੇ ਤੁਸੀਂ ਦੁਬਾਰਾ ਮੁੱਖ ਮੰਤਰੀ ਬਣ ਜਾਓਗੇ ਐ ਨਹੀਂ ਹੁਣ ਇੰਦਾ ਕਿਦਾਂ ਐਵੇਂ ਉਹਨਾਂ ਨੇ ਕੱਚੀਆਂ ਗੋਲੀਆਂ ਤੇ ਨਹੀਂ ਛੇੜੀਆਂ ਸੋ ਇਹ ਬਨ ਕੇ ਚੱਲੀ ਵੀ ਹਿੰਮਤ ਸਿੰਘ ਸਾਹਿਬ ਦੇ ਹੁਣ ਗਏ ਭਾਵੇਂ ਆਪ ਗਏ ਕਹਿ ਲਓ ਭਾਵੇਂ ਪਾਰਟੀ ਗਈ ਕਹਿ ਲਓ ਭਾਵੇਂ ਟੱਬਰ ਚੋਂ ਕੋਈ ਜੀ ਗਿਆ ਕਹਿ ਲਓ ਵੀ ਹੁਣ ਉਹ ਕੋਲ ਮਲਾ ਕੇ ਸਮਝਣ ਵੀ ਪਾਸ ਸੁਣਨਾ ਮਤਲਬ ਆਹੋ ਯਾਨੀ ਉਹ ਟੈਲੀਫੋਨ ਕਰਿਆ ਕਰਨ ਉਹਦੇ ਬਿਠਾ ਕੇ ਨੂੰ ਹਾਂ ਵੇਲੇ ਹੀ ਹੁੰਨੇ ਉਹ ਵੀ ਆ ਵੀਰ ਜੀ ਕਿਦਾਂ ਫੇ ਹੋਰ ਕੁਝ ਨਹੀਂ ਬਾਰਡਾ ਨਹੀਂ ਖੇਡ ਲਈ ਤੇ ਅੱਜ ਕੱਲ ਕਿਹੜੀ ਗੇਮ ਹੈ ਇੱਕ ਲੂਡੋ ਖੇਡਦੇ ਮਰਖੇ ਫੋਨ ਤੇ ਇੱਕ ਬੰਦਾ ਉਧਰੇ ਇੱਕ ਉਧਰੇ ਇੱਕ ਉਧਰੇ ਉਹ ਵੀ ਠੀਕ ਹਾਂ ਲੂਡੋ ਖੇਡ ਰਹੇ ਆਂ ਆਨਲਾਈਨ ਲੂਡੋ ਖੇਡਾ ਕਰੋ ਨਾਲੇ ਕੀ ਲੈਣਾ ਹੁਣ ਮੈਂ ਬਥੇਰਾ ਕੁਝ ਕਰ ਲਿਆ ਚਲੋ ਆਪਾਂ ਖਬਰਾਂ ਵਾਲੇ ਪਾਸੇ ਹੋਰ ਮੁੜੀਏ ਮਾੜਾ ਜਾਂ ਦੇਖੋ ਕਿਉਂਕਿ ਜਦੋਂ ਸਰਕਾਰ ਟੁੱਟਣ ਦੀ ਗੱਲ ਚੱਲਦੀ ਸੀ ਨਾ ਉਹਦੇ ਵਿੱਚੇ ਹੀ ਫਿਰ ਇੱਕ ਹੋਰ ਜਿਹੜੀ ਗੱਲ ਚੇਤੇ ਆਉਣੀ ਸੀਗੀ ਤੇ ਚੇਤੇ ਆ ਗਈ ਈਡੀ ਵਾਲਿਆਂ ਨੇ ਇਨਫੋਰਸਮੈਂਟ ਡਾਇਰੈਕਟੋਰੇਟ ਵਾਲਿਆਂ ਨੇ ਕਹਿੰਦੇ ਆ ਕਿ ਮੰਗਿਆ ਕਿ ਆ ਸ਼ਿਕਾਇਤ ਦਿਓ ਜਿਹੜੀ ਸੰਗਤ ਸਿੰਘ ਗਿਲਜੀਆਂ ਦੇ ਖਿਲਾਫ ਹੋਈ ਐ ਜਿਹੜੀ ਸਾਧੂ ਸਿੰਘ ਧਰਮਸੋਧ ਦੇ ਖਿਲਾਫ ਹੋਈ ਐ ਉਹ ਕਹਿੰਦੇ ਜੀ ਜਾਂਚ ਪੜਤਾਲ ਤੁਸੀਂ ਕਰਨੀ ਐ ਆਈ ਸਿਰਫ ਪੈਸਿਆਂ ਦਾ ਲੈਣ ਦੇਣ ਦੇਖਣਾ ਕਿਉਂਕਿ ਇਨਫੋਰਸਮੈਂਟ ਡਾਇਰੈਕਟੋਰੇਟ ਵਿੱਤੀ ਮਾਮਲਿਆਂ ਦੇ ਉੱਤੇ ਬਹੁਤ ਜ਼ਿਆਦਾ ਤਿੱਖੀ ਅੱਖ ਰੱਖਦਾ ਕਿ ਆ ਜਿਹੜੀ ਗੱਲਬਾਤ ਚੱਲਦੀ ਐ ਕਿ ਇੰਨੇ ਕਰੋੜ ਦਾ ਕਪੜਾ ਇੰਨੇ 100 ਕਰੋੜ ਦਾ ਕਪੜਾ ਕਿ ਕਿਸੇ ਨੇ ਪੈਸੇ ਦਿੱਤੇ ਹੋਣਗੇ ਕਿਸੇ ਨੇ ਪੈਸੇ ਲਿੱਤੇ ਹੋਣਗੇ ਹੁਣ ਜਿਨੇ ਦਿੱਤੇ ਆ ਤੇ ਜਿਨੇ ਲਿੱਤੇ ਆ ਕਿਉਂ ਕੋਣ-ਕੋਣ ਨੇ ਉਹ ਪੈਸੇ ਕਿੱਥੋਂ ਆਏ ਕਿੱਥੇ ਜਮਾ ਕਰਾਏ ਹੁਣ ਜਿਸ ਤਰੀਕੇ ਦੇ ਨਾਲ ਈਡੀ ਨੇ ਵੀ ਆਕਸ਼ ਕੰਜਾ ਕੱਸ ਲਿਆ ਗਿਲਜੀਆਂ ਸਾਬ ਤਾਂ ਜ਼ਮਾਨਤ ਤੇ ਨੇ ਧਰਮਸੂਦ ਸਾਹਿਬ ਨਾਬੇ ਨੇ ਪਰ ਘਰੇ ਨਹੀਂ ਹੈਗੇ ਜੇਲ੍ਹ 'ਚ ਨੇ ਹੁਣ ਸ਼ਕੰਜਾ ਕੱਸਿਆ ਜਾਊ ਥੋੜੀ ਜਿਹਾ ਮੈਨੂੰ ਲੱਗਦਾ ਨਹੀਂ ਨਹੀਂ ਸ਼ਕੰਜਾ ਕੱਸਿਆ ਜਾਊਗਾ ਗੱਲ ਇਹ ਹੈ ਵੀ ਬਹੁਤਾ ਫਿਗਰ ਬਾਕੀਆਂ ਨ ਹੋ ਜਾਣਾ ਕਿਉਂਕਿ ਕੁਝ ਦੋਕ ਅੰਦਰ ਨੇ ਕੁਝ ਦੋਕ ਦੇ ਅੰਦਰ ਉਡਦੇ ਆਸਾਰ ਨੇ ਤੇ ਜੇ ਈਡੀ ਵਾਲੇ ਇਦਾਂ ਹੀ ਹਰੇਕ ਦਾ ਹਿਸਾਬ ਦਾ ਪੁੱਛਦੇ ਰੇ ਤੇ ਫਿਰ ਤੇ ਇਹ ਗੱਲ ਉਦਾਂ ਹੀ ਹੋ ਗਈ ਨਾ ਵੀ ਜਦਾਂ ਉਹ ਕਹਿੰਦਾ ਹੁੰਦਾ ਵੀ ਯਾਰ ਆ ਕਬਜ਼ਾ ਲੈਣਾ ਜੀ ਇਸ ਕਮਰੇ ਦਾ ਆਮ ਨਹੀਂ ਦੇਖਣਾ ਕਬਜ਼ਾ ਉਹ ਕਹਿੰਦਾ ਯਾਰ ਇਦਾਂ ਅਗਰ ਵੀ ਜਿੰਦਰਾ ਅਸੀਂ ਤੇ ਆਪਣਾ ਮਾਰਿਆ ਤੂੰ ਉੱਤੋਂ ਦੀ ਮਾਰ ਲਾਇ ਜਿੰਦਰਾ ਹੈਨਾ ਉਹਦੇ ਵਿੱਚ ਕੀ ਹੁੰਦਾ ਵੀ ਜੇ ਉਹ ਦੋ ਜਿੰਦਰੇ ਵੱਜੇ ਉਹਨੇ ਤੇ ਇੱਕ ਅਗਲਾ ਖੋਰ ਵੀ ਦੇਵੇ ਤੇ ਦੂਜੇ ਦਾ ਕਬਜ਼ਾ ਕਮਰੇ ਦਾ ਹੁਣ ਇੱਧਰ ਇਸ ਸੰਸਾਰ ਦੇ ਵਿੱਚ ਆਪਾਂ ਇਹ ਵੇਖੀ ਵੀ ਜੇ ਅੱਜ ਨਹੀਂ ਕੱਲ ਕੱਲ ਨਹੀਂ ਪਰਸੋਂ ਘੁੰਮ ਦੇ ਘਮਾਉਂਦੇ ਵਿਜੀਲੈਂਸ ਵਾਲਿਆਂ ਦੀ ਚਾਰ ਸ਼ੀਟ ਚੋਂ ਬਚਦੇ ਬਚਾਉਂਦੇ ਬੰਦੇ ਨਿਕਲ ਵੀ ਜਾਣ ਉਹਨੇ ਜਨੂੰ ਵੀ ਇਡੀ ਵਾਲਿਆਂ ਨੇ ਤਰੀਕ ਪਾ ਦਿਆ ਕਰਨ ਵੀ ਆਸ ਦਿਨ ਤੁਸੀਂ ਉੱਥੇ ਪਹੁੰਚੋ ਵੀ ਅਸੀਂ ਵੇਲੇ ਹੋਣਾ ਕੁਝ ਪੁੱਛਕਿਸ਼ ਕਰ ਜਿੰਨੇ ਵੀ ਖਾਧੀਆਂ ਨਾ ਗਜਰਾ ਉਹਦੇ ਢਿਡਪੀੜ ਹੋਣੀ ਹੋਣੀ ਹਾਂ ਪਰ ਮੈਂ ਇੱਕ ਬੇਨਤੀ ਜ਼ਰੂਰ ਕਰਾਂ ਵੀ ਚੰਗੀ ਗੱਲ ਲੋਕ ਇਹਦੇ ਨਾਲ ਖੁਸ਼ ਹੁੰਦੇ ਆ ਵੀ ਯਾਰ ਜਿਹੜਾ ਬੰਦਾ ਵੀ ਦੇਸ਼ ਦਾ ਸਟੇਟ ਦਾ ਲੋਕਾਂ ਦੇ ਟੈਕਸ ਦਾ ਪੈਸਾ ਖਾਂਦਾ ਜਾਂ ਉਹਨਾਂ ਦੇ ਹੱਕ ਦਾ ਪੈਸਾ ਖਾਂਦਾ ਉਹਦੇ ਤੇ ਜ਼ਰੂਰ ਕਾਰਵਾਈ ਹੋਵੇ ਪਰ ਉਹ ਹੋਵੇ ਇਮਾਨਦਾਰੀ ਨਾਲ ਇਸ ਕਰਕੇ ਨਾ ਹੋਵੇ ਵੀ ਪਹਿਲਾਂ ਡਰਾ ਲੈਣਾ ਜਿ ਉਹਨਾਂ ਕਹੇ ਵੀ ਨਹੀਂ ਨਹੀਂ ਮਾਰਾਂ ਮੈਂ ਤੇ ਤੁਹਾਡਾ ਹੀ ਆ ਤੇ ਵੇਣ ਲੈ ਕੋਈ ਗੱਲ ਨਹੀਂ ਇਹ ਸਾਡੇਆਂ ਦੇ ਫਿਰ ਕਿਹੜੀ ਗੱਲ ਹੈ ਕੋਈ ਗੱਲ ਨਹੀਂ ਹੋਰ ਚਾਹੀਦਾ ਕੁਝ ਹੂੰ ਹੂੰ ਉਹ ਨਾ ਕੰਮ ਹੋ ਨੀ ਨੀ ਉਹਦੇ ਤੋਂ ਥੋੜੇ ਚਾ ਬਚਾ ਜੇ ਹੋ ਜਵੇ ਤਾਂ ਸੰਧਾਲੀਆ ਸਭ ਚੰਗਾ ਹੀ ਆ ਬਾਕੀ ਮਹਾਰਾਜ ਆਪ ਜਾਣਦਾ ਹੈ ਕਿ ਬਚਾ ਕਿਧਰਲੇ ਪਾਸੇ ਹੋਣਾ ਇੱਕ ਪੰਜਾਬ ਪੁਲਿਸ ਦੇ ਵਿੱਚ ਅਧਿਕਾਰੀ ਹੁੰਦੇ ਸੀ ਨਾਮ ਬਲਵਿੰਦਰ ਸਿੰਘ ਸੇਖੋ ਮੇਰੇ ਖਿਆਲ ਡੀਐਸਪੀ ਸੀਗੇ ਹੂੰ ਬੜਾ ਰੌਲਾ ਰੱਪਾ ਪਿਆ ਮੇਰੇ ਖਿਆਲ ਫਿਰ ਮੁਰਕੇ ਨੌਕਰੀ ਖਤਮ ਹੋ ਗਈ ਇਲੈਕਸ਼ਨ ਵੀ ਲੜੀ ਉਹਨਾਂ ਨੇ ਇੱਕ ਦੋ ਥਾਵਾਂ ਤੋਂ ਐਤਕੀ ਪਰ ਚਲੋ ਸਫਲ ਨਹੀਂ ਹੋਏ ਤੱਤੇ ਬਿਆਨ ਉਹਨਾਂ ਦੇ ਬੜੇ ਹੁੰਦੇ ਆ ਦੋਸ਼ ਲਾਉਂਦੇ ਸੀ ਵੱਡੇ ਭਾਰਤ ਹੁਣ ਕਿਉਂਕਿ ਭਾਰਤ ਪੂਸ਼ਨਾ ਆਸ਼ੂ ਹੋ ਰਹੀ ਰਿਮਾਂਡ ਤੇ ਨੇ ਵਿਜੀਲੈਂਸ ਦੇ ਤੇ ਰਿਮਾਂਡ ਖਤਮ ਹੋਣ ਵਾਲਾ ਤੇ ਇਹਨੇ ਨੂੰ ਬਾਹਰ ਕਾਂਗਰਸੀਆਂ ਦਾ ਧਰ ਨਾ ਲੱਗਾ ਪੱਕਾ ਉਹ ਬੈਠੇ ਆ ਉੱਥੇ ਕਿ ਭਾਈ ਅਸੀਂ ਆਸ਼ੂ ਸਾਹਿਬ ਦੇ ਸਮਰਥਨ ਦੇ ਵਿੱਚ ਕਾਂਗਰਸੀਆਂ ਦਾ ਬੱਬਰ ਸ਼ੇਰ ਹੈ ਨਾ ਭਾਰਤ ਪੂਸ਼ਨਾ ਆਸ਼ੂ ਕਿ ਉਹਨਾਂ ਦੇ ਸਮਰਥਨ 'ਚ ਬੈਠੇ ਆ ਡੀਐਸਪੀ ਸੇਖੋਰੀ ਜਿਹੜੇ ਡੀਐਸਪੀ ਸੀ ਉਹ ਗਏ ਤੇ ਉਹਨਾਂ ਦੇ ਨਾਲ ਕਈ ਹੋਰ ਬੰਦੇ ਸੀ ਜਿਹੜੇ ਕਹਿੰਦੇ ਜੀ ਪਿਛਲੀ ਸਰਕਾਰ ਨੇ ਜਾਂ ਤਾਂ ਬਰਖਾਸਤ ਕੀਤੇ ਆ ਜਾਂ ਸਸਪੈਂਡ ਕੀਤੇ ਆ ਪੰਜਾਬ ਪੁਲਿਸ ਦੇ ਬੰਦੇ ਉਹ ਕਹਿੰਦੇ ਜੀ ਵਿਜੀਲੈਂਸ ਦੇ ਕੋਲ ਗਏ ਆਸ਼ੂ ਸਾਹਿਬ ਦੇ ਖਿਲਾਫ ਤੇ ਸੇਖੋਂ ਹੋਰਾਂ ਨੇ ਉੱਥੇ ਕਹਿੰਦੇ ਜੀ ਤਿੰਨ ਚਾਰ ਸ਼ਿਕਾਇਤਾਂ ਦਿੱਤੀਆਂ ਇੱਕ ਤਾਂ ਕੋ ਬੰਬ ਕਾਂਡ ਹੋਇਆ ਸੀ ਪਤਨੀ ਕਿਹੜੀ ਮੰਡੀ ਦੇ ਵਿੱਚ ਦੋ ਤਿੰਨ ਬੰਦਿਆਂ ਦੀ ਮੌਤ ਦਾ ਮਸਲਾ ਹੋਰ ਇੱਕ ਦੋ ਮਸਲੇ ਤੇ ਜਦੋਂ ਜਾਣ ਲੱਗੇ ਅੰਦਰਲੇ ਪਾਸੇ ਨੂੰ ਕਾਂਗਰਸੀ ਦੇਖੇ ਬੈਠੇ ਲਲਕਰਾ ਮਾਰਿਆ ਰਾਜਾ ਵੜਿੰਗ ਹੋਰਾਂ ਨੂੰ ਖਾਸ ਤੌਰ ਦੇ ਉੱਤੇ ਚੈਲੰਜ ਕੀਤਾ ਕਿ ਭਾਈ ਆਜੋ ਕਬਾਇਆ ਸਾਹਿਬ ਨੂੰ ਕਬਾਇਆ ਸਾਹਿਬ ਤੁਹਾਡੀ ਸਰਕਾਰ ਨਹੀਂ ਜੇ ਹੁਣ ਹੁਣ ਨਹੀਂ ਤੁਹਾਡੀ ਸਰਕਾਰ ਜਾਣੀ ਕਹਿਣ ਦਾ ਭਾਵ ਕਿ ਉਹਨਾਂ ਨੇ ਇਸ ਤਰੀਕੇ ਦੇ ਨਾਲ ਮਹਿਸੂਸ ਕਰਾਉਣ ਦੀ ਗੱਲ ਕੋਸ਼ਿਸ਼ ਕੀਤੀ ਕਿ ਅੱਗੇ ਸਰਕਾਰ ਥੋੜੀ ਸੀ ਤੁਸੀਂ ਕਿਸੇ ਤੇ ਕਾਰਵਾਈ ਨਹੀਂ ਹੋਣ ਦਿੱਤੀ ਤੇ ਹੁਣ ਆਹ ਦੇਖਿਓ ਮੈਂ ਸ਼ਿਕਾਇਤ ਦੇ ਕੇ ਆਇਆ ਕਹਿੰਦੇ ਮੈਂ ਸਬੂਤ ਵੀ ਦੇ ਕੇ ਆਇਆ ਵਿਜੀਲੈਂਸ ਨੂੰ ਤੇ ਸਭ ਤੋਂ ਵੱਡੀ ਗੱਲ ਕਹਿੰਦੇ ਵਿਜੀਲੈਂਸ ਨੇ ਮੇਰੀਆਂ ਸ਼ਿਕਾਇਤਾਂ ਸਵੀਕਾਰ ਹੀ ਕਰ ਲਈਆਂ ਲੈ ਲਈਆਂ ਜਾਂਚ ਪੜਤਾਲ ਕਰਨਗੇ ਹੁਣ ਕਹਿੰਦੇ ਪੰਗਾ ਪੈ ਗਿਆ ਲੋ ਵੈਸੇ ਸੇਖੋਂ ਸਾਹਿਬ ਉਹ ਹੁਣ ਨਹੀਂ ਪਹਿਲਾਂ ਵੀ ਚਰਚਾ ਚ ਆਈ ਸੀ ਐਂਡ ਪਹਿਲਾਂ ਜਿੱਡਾ ਉਹਨਾਂ ਦਾ ਪੇਚਾ ਲੁਧਿਆਣੇ 'ਚ ਪਿਆ ਸੀਗਾ ਉਸ ਸਾਹਬ ਨਾਲ ਉਦੋਂ ਬੜੇ ਲੋਕ ਇਸ ਗੱਲ ਦੀ ਗੱਲ ਚਰਚਾ ਕਰਦੇ ਸੀ ਵੀ ਯਾਰ ਵੱਡਿਆਂ ਬੰਦਿਆਂ ਦਾ ਪੇਚਾ ਪਿਆ ਹੂੰ ਹੂੰ ਜਦੋਂ ਵੱਡਿਆਂ ਬੰਦਿਆਂ ਦਾ ਪੇਚਾ ਪਿਆ ਹੋਵੇ ਉਦੋਂ ਫਿਰ ਅਗਲੇ ਦੀਆਂ ਲੱਤਾਂ ਬਾਹਰ ਚੱਲਦੀਆਂ ਹੀ ਤਾਂ ਹੀ ਪੇਚਾ ਪੌਂਦਾ ਜੀ ਹੁਣ ਉਦੋਂ ਜਿਨ੍ਹਾਂ ਦਾ ਭਾਈ ਸਾਹਿਬ ਟੌਰ ਸੀ ਉਹਨਾਂ ਨੇ ਆਪਣੇ ਸਾਹਮਣੇ ਚਲਾ ਲਿਆ ਕੰਮ ਹੁਣ ਜੇ ਸੇਖੋਂ ਸਾਹਿਬ ਨੇ ਉੱਥੇ ਬੈਠੇ ਬੰਦਿਆਂ ਨੂੰ ਇਸ਼ਾਰਾ ਕਰਕੇ ਉਹ ਇੰਨੇ ਕਿ ਲਲਕਰੇ ਮਾਰੇ ਆ ਉਹਦੇ ਲਲਕਰੇ ਕਿਤੇ ਅੰਦਰ ਦੱਬੇ ਹੀ ਸੀ ਤਾਂ ਹੀ ਵਜਿਆ ਜੀ ਕਿਉਂਕਿ ਇਹ ਲਲਕਰੇ ਤੇ ਉਦੋਂ ਵੀ ਮਾਰ ਸਕਦੇ ਅਗਲਾ ਬੰਦਾ ਪਰ ਉਦੋਂ ਨੂੰ ਪਤਾ ਸੀ ਭਾਈ ਸਾਹਿਬ ਸਰਕਾਰ ਆਉਣ ਅਗਲਿਆਂ ਦੀ ਕੀ ਕਰਨਾ ਹੂੰ ਹੂੰ ਪਰ ਇੱਕ ਗੱਲ ਐ ਵੀ ਜੇ ਹੁਣ ਸੇਖੋਂ ਸਾਹਿਬ ਕੁਸ਼ਿਕਾਇਤਾਂ ਦੇ ਕੇ ਆਏ ਉਹਨਾਂ ਦੇ ਵਿੱਚ ਵੀ ਕੁਝ ਸੱਚਾਈ ਐ ਉਹਨਾਂ ਦੇ ਅਕੋਰਡਿੰਗਲੀ ਕੀ ਕਾਰਵਾਈ ਹੁੰਦੀ ਕੀ ਨਹੀਂ ਹੁੰਦੀ ਇਹਦਾ ਟਾਈਮ ਦੱਸੂ ਪਰ ਜੇ ਕੁਝ ਨਿਕਲਿਆ ਆਉਂਦਾ ਉਹਨਾਂ ਦੇ ਵਿੱਚੋਂ ਤੇ ਇੱਕ ਵੱਡਾ ਸਵਾਲ ਉਹ ਜਿਹੜੇ ਬਾਹਰ ਧਰਨੇ ਦੇ ਬੈਠੇ ਉਹਨਾਂ ਤੇ ਵੀ ਹੋਣਾ ਵੀ ਭਾਈ ਸਾਹਿਬ ਜੇ ਤੁਹਾਡੀ ਸਰਕਾਰ ਤੇ ਹੁੰਦਾ ਇਹ ਸਾਰਾ ਕੁਝ ਉਦੋਂ ਚੱਲਦਾ ਰਿਹਾ ਸੀ ਤੇ ਫਿਰ ਤੁਸੀਂਾਂ ਕਿਉਂ ਨਾ ਕਾਰਵਾਈ ਕੀਤੀ ਹੁਣ ਤੇ ਇੱਥੇ ਠੀਕ ਐ ਧਰਨਾ ਦੇਣੇ ਨਹੀਂ ਜਿੱਦਾਂ ਦੀ ਸ਼ਬਦਾਬਲੀ ਉਹਨਾਂ ਰਾਜਾ ਵੜੈਂਗੋੜਾ ਦੇ ਲਈ ਵਰਤੀ ਜਾਂ ਜਿੱਦਾਂ ਕਾਂਗਰਸੀਆਂ ਨੂੰ ਉਹਨਾਂ ਲਲਕਾਰਾ ਮਾਰਿਆ ਕਿ ਭਾਈ ਹੁਣ ਦੇਖਿਓ ਕੀ ਹੁੰਦਾ ਕੰਮ ਅੱਗੇ ਤੱਕ ਜਾਣਾ ਕਿਉਂਕਿ ਨਾ ਤਾਂ ਰਾਜਾ ਵੜਿੰਗਸਾ ਪਛਾੜਦੇ ਹੁੰਦੇ ਆ ਤੇ ਨਾ ਸੇਖੋਂ ਸਾਹਿਬ ਪਛਾੜਦੇ ਹੁੰਦੇ ਆ ਆਪਣੀ ਗੱਲਬਾਤ ਤੋਂ ਹੁਣ ਥੋੜ੍ਹਾ ਜਿਹਾ ਮਾਮਲਾ ਜਿਹੜਾ ਅਗਲੇ ਪਾਸੇ ਨੂੰ ਚਲੇ ਜਾਣਾ ਹਾਂ ਇੱਕ ਗੱਲ ਦੀ ਚਰਚਾ ਲੋਕਾਂ ਦੇ ਵਿੱਚ ਬਹੁਤ ਜ਼ਿਆਦਾ ਹੈ ਕਿ ਵਿਜੀਲੈਂਸ ਨੂੰ ਭਾਰਤ ਪੂਸ਼ਣ ਆਸ਼ੂ ਹੋਰਾਂ ਦਾ ਜਿੰਨੇ ਦਿਨ ਦਾ ਰਿਮਾਂਡ ਮਿਲਿਆ ਸੀ ਕਿ ਉਹ ਰਿਮਾਂਡ ਤਾਂ ਮੁਕੰਮਲ ਹੋ ਚੱਲਾ ਤੇ ਅਜੇ ਤੱਕ ਉਹਨਾਂ ਦਾ ਪੀਏ ਮੀਨਿਮਲ ਉਤਰ ਉਹ ਕਾਬੂ ਨਹੀਂ ਆਇਆ ਉਹ ਕਹਿੰਦੇ ਪੀਏ ਹੈ ਨਹੀਂਗਾ ਹੁਣ ਮੀਨਿਮਲ ਉਤਰ ਕਾਬੂ ਨਹੀਂ ਆਇਆ ਤੇਲੂਰਾਮ ਠੇਕੇਦਾਰ ਉਦੋਂ ਇਹਨਾਂ ਦੇ ਆਸ਼ੂ ਸਾਹਿਬ ਦੇ ਵਕੀਲ ਨੇ ਕਿਹਾ ਸੀ ਕਿ ਉਹ ਬੰਦਾ ਕਹਿੰਦਾ ਮੇਰੇ ਕੋਲ ਟੱਕੇ ਨਾ ਡੈਰੀ ਤੇ ਦਸਖਤ ਕਰਾਏ ਆ ਟੱਕੇ ਨਾ ਡੈਰੀ ਮੇਤੋ ਲਿਖਾਈ ਹੈ ਇਹ ਪਹਿਲਾਂ ਡੈਰੀ ਹੈ ਹੀ ਨਹੀਂ ਸੀ ਇਹ ਆਪ ਖਰੀਦ ਕੇ ਲਿਆਏ ਆ ਹੁਣ ਇਹ ਵਿਜੀਲੈਂਸ ਦੇ ਲਈ ਵੀ ਇੱਕ ਪਰਖ ਦੀ ਘੜੀ ਹੈ ਕਿ ਭਾਈ ਭਾਰਤ ਪੂਸ਼ਣ ਆਸ਼ੂ ਹੋਰਾਂ ਨੂੰ ਦੁਬਾਰਾ ਰਿਮਾਂਡ ਤੇ ਲੈ ਪਾਉਂਦੇ ਆ ਜਾਂ ਉਹਨਾਂ ਨੂੰ ਜੇਲ੍ਹ ਭੇਜ ਦਿੱਤਾ ਜਾਂਦਾ ਜਾਂ ਜ਼ਮਾਨਤ ਦਿੱਤੀ ਜਾਂਦੀ ਹੈ ਬਹੁਤ ਔਖਾ ਜਾ ਹੋਇਆ ਪਿਆ ਕੰਮ ਕਿਉਂਕਿ ਪਹਿਲੇ 3 ਦਿਨਾਂ ਦੇ ਵਿੱਚ ਬਹੁਤਾ ਕੁਝ ਕਹਿੰਦੇ ਜੀ ਲੱਭਿਆ ਨਹੀਂ ਹਾਂ ਨੇ ਚਲੋ ਸਮਾਂ ਆ ਜਾਣਾ ਜਦੋਂ ਲੱਭ ਗਿਆ ਫਿਰ ਉਸ ਹੱਬ ਨਾਲ ਕਾਰਵਾਈ ਹੋ ਜੂਗੀ ਪਰ ਜੇ ਆਪਾਂ ਕਾਂਗਰਸ ਪਾਰਟੀ ਦੀ ਗੱਲ ਕਰੀਏ ਤੇ ਕਾਂਗਰਸ ਪਾਰਟੀ ਦੇ ਜਿਹੜੇ ਪਹਿਲੇ ਸੀਨੀਅਰ ਲੀਡਰ ਸੀਗੇ ਉਹਨਾਂ ਦੇ ਬਿਆਨ ਵੀ ਹੁਣ ਕੋ ਬਹੁਤੇ ਚੰਗੇ ਨਹੀਂ ਜਾਖੜ ਸਾਹਿਬ ਦੀ ਗੱਲ ਮੈਂ ਸੁਣ ਰਿਹਾ ਉਹ ਕਹਿੰਦੇ ਵੀ ਕਾਂਗਰਸ ਤੇ ਲਗਭਗ ਹੁਣ ਖਤਮ ਵਾਲੀ ਕਹਾਣੀ ਹੈ ਉਹ ਕਹਿੰਦੇ ਵੀ ਜੋ ਜੋ ਕੁਝ ਉਹਨਾਂ ਨੇ ਕੀਤਾ ਸੀ ਉਹ ਸਾਰਾ ਕੁਝ ਭੁਗਤ ਦੇ ਪਏ ਰਾਜਾ ਵੜਿੰਗ ਸਾਹਿਬ ਬਾਰੇ ਤੋ ਕਹਿੰਦੇ ਵੀ ਮਾਰਨ ਦਾ ਪ੍ਰਧਾਨ ਹੀ ਕੋਈ ਨਹੀਂ ਮੰਨਦਾ ਹੈ ਨਾ ਹੁਣ ਤੁਸੀਂ ਦੇਖੋ ਵੀ ਜਾਖੜ ਸਾਹਿਬ ਚਲੇ ਭਾਵੇਂ ਕਾਂਗਰਸ ਤੋਂ ਬਾਹਰ ਗਏ ਬੀਜੇਪੀ ਚਲੇ ਗਏ ਪਰ ਦੇਰ ਉਹਨਾਂ ਦਾ ਕਿਤੇ ਨਾ ਕਿਤੇ ਜੀ ਕਾਂਗਰਸ 'ਚ ਧੜਕਦਾ ਬਿਆਨ ਹੋ ਇਧਰ ਦਿੰਦੇ ਆ ਉਹ ਕਹਿੰਦੇ ਵੀ ਹੁਣ ਤੇ ਤੁਸੀਂ ਮੰਨ ਕੇ ਚਲੋ ਵੀ ਕਾਂਗਰਸ ਦਾ ਨਾਮ ਉਹ ਨਿਸ਼ਾਨੀ ਰਹਿਣਾ ਹੋ ਮਤਲਬ ਜਿਸ ਹਿਸਾਬ ਨਾਲ ਹੀ ਕੰਮ ਖਿਲਰ ਗਿਆ ਨਾ ਇਹ ਕਹਿੰਦੇ ਵੀ ਹੁਣ ਇਕੱਠਾ ਹੁਣ ਔਖਾ ਜੀ ਮਤਲਬ ਇਹ ਉਹ ਲੀਡਰ ਨੇ ਜਿਹੜੇ ਪੰਜਾਬ ਤੋਂ ਬਿਲੋਂਗ ਕਰਦੇ ਨੇ ਤੇ ਅਜੇ ਆ ਚੰਦ ਮਹੀਨੇ ਪਹਿਲਾਂ ਤੱਕ ਪੰਜਾਬ 'ਚ ਕਾਂਗਰਸ ਦੀ ਸਰਕਾਰ ਸੀ ਉਹਨਾਂ ਦੇ ਬਿਆਨ ਨੇ ਆਪਣੀ ਉਸ ਪਾਰਟੀ ਦੇ ਬਾਰੇ ਜਿਹਨੂੰ ਉਹ ਛੱਡ ਚੁੱਕੇ ਹਨ ਹੁਣ ਮੈਂ ਤਾਂ ਇਹ ਜ਼ਿਕਰ ਕਰਦਾ ਵੀ ਇਹ ਹੋ ਗਿਆ ਖੇਤਰੀ ਲੈਵਲ ਦੇ ਲੀਡਰਾਂ ਦਾ ਬਿਆਨ ਇਸੇ ਤਰ੍ਹਾਂ ਦੇ ਬਿਆਨ ਜਿਹੜੇ ਹੁਣ ਨੈਸ਼ਨਲ ਲੈਵਲ ਦੇ ਉੱਪਰ ਲੀਡਰ ਨੇ ਉਹ ਦੇ ਕੇ ਪਾਸੇ ਹੋ ਗਏ ਗੁਲਾਮ ਨਬੀ ਆਜ਼ਾਦ ਸਾਹਿਬ ਚਿੱਠੀ ਵੀ ਲੰਮੀ ਜੋੜੇ ਲਿਖੀ ਜਿੰਨੀ ਕਿ ਮੀਡੀਆ ਚ ਆਈ ਤੇ ਜਿਹੋ ਜਿਹੇ ਗੱਲਾਂ ਉਹਨਾਂ ਨੇ ਕਹੀਆਂ ਨੇ ਉਹਦੇ ਤੋਂ ਤੇ ਲਗਭਗ ਇਹੋ ਗੱਲ ਜਾਪਦੀ ਆ ਵੀ ਅਜੇ ਗੁਲਾਮ ਨਬੀ ਆਜ਼ਾਦ ਸਾਹਿਬ ਗਏ ਨੇ 5-4 ਐਮਐਲਏ ਨੇ ਹੋਰ ਉਹਨਾਂ ਨੇ ਜਿਹੜੀ ਕਿ ਸਾਬਕਾ ਐਮਐਲਏ ਸੀ ਕਿ ਉਹਨਾਂ ਦੀ سپورਟ ਦੇ ਵਿੱਚ ਉਹਨਾਂ ਨੇ ਵੀ ਅਸਤੀਫਾ ਦੇਤਾ ਇਹਦੇ ਤੋਂ ਇਹ ਗੱਲ ਜਾਪਦੀ ਆ ਵੀ ਇੱਕ ਹੁੰਦਾ ਨਾ ਵੀ ਯਾਰ ਉਹ ਬੋਰੀ ਹੌਲੀ-ਹੌਲੀ ਉੱਡਣ ਲਈ ਹੈ ਪਰ ਗੁਲਾਮ ਨਬੀ ਆਜ਼ਾਦ ਸਾਹਿਬ ਵਰਗੇ ਬੰਦੇ ਨੇ ਜਦੋਂ ਪਾਸੇ ਖਾਦੇ ਬੁਰੇ ਵਾਲਾ ਆਹੋ ਮਾੜਾ ਜੇ ਕਰਿਆ ਅਗਰ ਕਰ ਕਰਨੀ ਵਾਹ ਦੇਖੋ ਸੰਧਾਲੀਆ ਸਾਹਿਬ ਬਹੁਤ ਜਦੋਂ ਆਪਾਂ ਪਿਛਲੇ ਦਿਨ ਇੱਕ ਪ੍ਰੋਗਰਾਮ ਕੀਤਾ ਸੀ ਉਹਦੇ ਵਿੱਚ ਕਿਹਾ ਸੀ ਰਾਹੁਲ ਗਾਂਧੀ ਖاموش ਕਿਉਂ ਮੋਦੀ ਸਾਹਿਬ ਤੇ ਕੇਜਰੀਵਾਲ ਸਾਹਿਬ ਦੇ ਚਰਚੇ ਨੇ ਬਹੁਤ ਦੇ ਲੋਕਾਂ ਨੇ ਕਿਹਾ ਇਦਾਂ ਥੋੜੀ ਹੁੰਦੀ ਆ ਰਾਹੁਲ ਗਾਂਧੀ ਸਾਹਿਬ ਦੀ ਚੜ੍ਹਾਈ ਆ ਜੀ ਰਾਹੁਲ ਗਾਂਧੀ ਸਾਹਿਬ ਇਦਾਂ ਅਸੀਂ ਤਾਂ ਕਹਿੰਨੇ ਹੋਣ ਅਸੀਂ ਤਾਂ ਕਹਿੰਨੇ ਰਹਿਣ ਪਰ ਉਹਨਾਂ ਦੇ ਕੁੰਬੇ ਦੇ ਅੰਦਰੋਂ ਜੋ ਕੁਝ ਨਿਕਲ ਕੇ ਸਾਹਮਣੇ ਆ ਰਿਹਾ ਕੋ ਬੜਾ ਇੰਪੋਰਟੈਂਟ ਹੁਣ ਤੁਸੀਂ ਦੇਖੋ ਜੇ ਕੋਈ ਬੰਦਾ ਕਹੇ ਤਾਂ ਕਿ ਆ ਯਾਰ ਗੁਲਾਮ ਨਬੀ ਆਜ਼ਾਦ ਅਸਤੀਫਾ ਦੇ ਗਏ ਆ ਪਿਛਲੇ ਦਿਨ ਜੈਬੀਰ ਸ਼ੇਰਗਿੱਲ ਨੇ ਵੀ ਤਾਂ ਦਿੱਤਾ ਹੀ ਸੀ ਤਾਂ ਕਿ ਆ ਗੁਲਾਮ ਨਬੀ ਆਜ਼ਾਦ ਅਸਤੀਫਾ ਦੇ ਗਾਇਆ ਜੋਤਰਾ ਦਿੱਤੀ ਸਿੰਧੀਆਂ ਨੇ ਵੀ ਤਾਂ ਦਿੱਤਾ ਹੀ ਸੀ ਕਿ ਤਾਂ ਕਿ ਆ ਗੁਲਾਮ ਨਬੀ ਆਜ਼ਾਦ ਅਸਤੀਫਾ ਦੇ ਗਾਇਆ ਜਾਖੜ ਸਾਹਿਬ ਹੀ ਗਏ ਨਾ ਫਰਕ ਹੈ ਪਹਿਲਾ ਫਰਕ ਇਹ ਹੈ ਕਿ ਜੰਮੂ ਕਸ਼ਮੀਰ ਦੇ ਉਹ ਲੀਡਰ ਨੇ ਉਹ ਜੰਮੂ ਕਸ਼ਮੀਰ ਜਿਹੜਾ ਹੁਣ ਦੋ ਹਿੱਸਿਆਂ 'ਚ ਹੈ ਤੇ ਦੂਸਰੀ ਗੱਲ ਕੀ ਉਹਦੇ ਇੱਕ ਹਿੱਸੇ ਦੇ ਵਿੱਚ ਬੜੀ ਛੇਤੀ ਵੋਟਾਂ ਨੇ ਤੇ ਕਾਂਗਰਸ ਪਾਰਟੀ ਨੇ ਇੰਚਾਰਜ ਗੁਲਾਮ ਨਬੀ আজাদ ਨੂੰ ਬਣਾਇਆ ਸੀ ਕਿ ਪਾਈ ਇੱਥੇ ਵੋਟਾਂ ਆਪਾਂ ਇਲੈਕਸ਼ਨ ਲੜਨੀ ਆ ਤੁਸੀਂ ਸੰਭੋ ਦੋ ਘੰਟਿਆਂ ਚੋਂ ਬੰਦਾ ਅਸਤੀਫਾ ਦੇ ਗਿਆ ਸੀ ਦੂਸਰਾ ਉਹ ਬੰਦਾ 37 ਸਾਲ ਲਗਾਤਾਰ 37 ਸਾਲ ਕਾਂਗਰਸ ਪਾਰਟੀ ਦਾ ਜਨਰਲ ਸੈਕਟਰੀ ਰਿਹਾ 30 ਸਾਲ ਜਮਾ 5 ਸਾਲ ਜਮਾ 2 ਸਾਲ ਜਣੀ ਕਿ ਬਹੁਤ ਲੰਮਾ ਅਰਸਾ ਹੁੰਦਾ ਤੇ ਕਾਂਗਰਸ ਪਾਰਟੀ ਬਹੁਤ ਸਾਰੀਆਂ ਥਾਵਾਂ ਤੇ ਜਿੱਥੇ ਸੂਬਿਆਂ ਚ ਰਫੜ ਪਿਆ ਹੁੰਦਾ ਸੀ ਪਾਰਟੀ ਦਾ ਇੰਟਰਨਲ ਅੰਦਰੂਨੀ ਉੱਥੇ ਗੁਲਾਮ ਨਬੀ ਆਜ਼ਾਦ ਨੂੰ ਭੇਜਦੇ ਹੁੰਦੇ ਸੀ ਕਿ ਆਜ਼ਾਦ ਸਾਹਿਬ ਜਰਾ ਜਾਈਏਗਾ ਸੰਭਾਲिएगा ਸਥਿਤੀ ਖਰਾਬ ਹੋ ਰਹੀ ਹੈ ਚਲੋ ਉਹ ਜਾਂਦੇ ਸੀ ਸੰਭਾਲਦੇ ਸੀ ਇਹਦੇ ਤੋਂ ਇਲਾਵਾ ਉਹ ਕਾਂਗਰਸ ਪਾਰਟੀ ਦੇ ਤਿੰਨ ਪ੍ਰਧਾਨ ਮੰਤਰੀਆਂ ਨੇ ਕੰਮ ਕਰ ਚੁੱਕਿਆ ਇੰਦਰਾ ਗਾਂਧੀ ਨਾ ਨਰਸਿਮਰਾਓ ਨਾ ਡਾਕਟਰ ਮਨਮੋਹਨ ਸਿੰਘ ਹੋ ਰਿਹਾ ਨਾ ਮੰਤਰੀ ਰਾਏ ਇਹਨਾਂ ਦੇ ਵਿੱਚ ਕਈ ਵਾਰ ਮੁੱਖ ਮੰਤਰੀ ਰਿਹਾ ਜੰਮੂ ਕਸ਼ਮੀਰ ਦੇ ਉਹ ਇੱਕ ਵਾਰੀ 3 ਸਾਲ ਹਾਂ ਹਾਂ ਜਾਣੀ ਕਿ ਬਹੁਤ ਸਾਰੇ ਅਹੁਦੇ ਉਹਨਾਂ ਨੇ ਇੱਕ ਦੱਸਿਆ ਵੀ ਜਿਹੜੀ ਚਿੱਠੀ ਲਿਖੀ ਹੁਣ ਤੁਸੀਂ ਚਲੋ ਉਹ ਬੰਦਾ ਅਸਤੀਫਾ ਦੇ ਗਿਆ ਉੱਪਰੋਂ ਇਲੈਕਸ਼ਨ ਹੈ ਕਾਂਗਰਸ ਪਾਰਟੀ ਦੀ ਸੰਕਟ ਹੈ ਚਾਰ ਪੰਜ ਸਾਬਕਾ ਐਮਐਲਏ ਉਹਨਾਂ ਦੇ ਨਾਲ ਚਲੇ ਗਿਆ ਉਹ ਕਹਿੰਦੇ ਮੈਂ ਖੇਤਰੀ ਪਾਰਟੀ ਬਣਾਉਣੀ ਠੀਕ ਹੈ ਪਰ ਪੰਜ ਸਫਿਆਂ ਦੀ ਚਿੱਠੀ ਲਿਖੀ ਪੰਜ ਸਫਿਆਂ ਦੀ ਤੇ ਲਿਖੀ ਸਿੱਧੀ ਬੀਬੀ ਸੋਨੀਆ ਗਾਂਧੀ ਨੂੰ ਉਹ ਕਹਿੰਦੇ ਜੀ ਬੀਬੀ ਸੋਨੀਆ ਗਾਂਧੀ ਜੀ ਤੁਸੀਂ ਜਦੋਂ ਸਿਗੇ ਚੇਅਰਪਰਸਨ ਡਾਕਟਰ ਮਨਮੋਨ ਸਿੰਘ ਉਹਦੀ ਸਰਕਾਰ ਵੀ ਬਣੀ ਵਧੀਆ ਢੰਗ ਦੇ ਨਾਲ ਤੁਸੀਂ ਕੰਮ ਕੀਤਾ ਥੋੜੇ ਤੇ ਇਤਰਾਜ਼ ਕੋਈ ਨਹੀਂ ਪਰ ਕਹਿੰਦੇ ਅੱਜ ਮੈਂ ਕਹਿਣਾ ਚਾਹੁੰਨਾ ਕਿ 2013 ਜਦੋਂ ਤੁਸੀਂ ਰਾਹੁਲ ਗਾਂਧੀ ਨੂੰ ਉਪ ਪ੍ਰਧਾਨ ਬਣਾ ਲਿਆ ਤੁਸੀਂ ਕਹਿੰਦੇ ਤਾਂ ਸਫਲ ਹੋਈ ਸੀ ਤੁਹਾਡੇ ਲੱਗੇ ਸਲਾਹਕਰ ਸੀ ਚੰਗੇ ਤੁਹਾਨੂੰ ਸਲਾਹਾਂ ਦਿੰਦੇ ਸੀ ਠੀਕ ਤੁਸੀਂ ਫਿਰ ਅੱਗੇ ਕਰਦੇ ਸੀ ਕੰਮ ਪਰ ਜਦੋਂ ਕਹਿੰਦੇ ਜੀ ਰਾਹੁਲ ਗਾਂਧੀ ਉਰੇ ਆ ਗਏ ਇਹਨਾਂ ਨੇ ਪੁਰਾਣੇ ਸਲਾਹਕਰ ਚੱਕ ਕੇ ਪਰੇ ਮਾਰੇ ਨਵੇਂ ਬੰਦੇ ਨਾਲ ਜੋੜ ਲਏ ਨਵੇਂ ਬੰਦਿਆਂ ਦੀਆਂ ਸਲਾਹਾਂ ਹੀ ਇਦਾਂ ਦੀਆਂ ਉਹਨਾਂ ਨੇ ਪੁਰਾਣਾ ਕੁਟਿਆ ਕਰਨ ਨਹੀਂ ਦਿੱਤਾ ਤੇ ਹੁਣ ਕਹਿੰਦੇ ਆ ਤੁਹਾਡੇ ਸਾਹਮਣੇ ਹੀ ਆ ਉਹਨਾਂ ਨੇ ਸਿੱਧਾ ਹੀ ਕਿਹਾ ਕਿ ਕਾਂਗਰਸ ਪਾਰਟੀ ਨੂੰ ਤਬਾਹ ਬੀਬੀ ਸੋਨੀਆ ਗਾਂਧੀ ਜੀ ਤੁਹਾਡੇ ਪੁੱਤ ਰਾਹੁਲ ਗਾਂਧੀ ਨੇ ਕੀਤਾ ਤੇ ਜੇ ਇਦਾਂ ਹੀ ਚਾਪਲੂਸੀ ਦਾ ਦੌਰ ਜਾਰੀ ਰਿਹਾ ਤੇ ਹੋਰ ਵੀ ਦਬਾਅ ਹੋ ਜਾਣਾ ਹੁਣ ਉਹਨਾਂ ਤਾਂ ਕਹਿਤਾ ਜੈ ਹਰਮਬੀਸ਼ਰ ਇਹ ਕਹਿੰਦਾ ਲਾ 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 ਇਹ ਗੱਲ ਕਿਦਾਂ ਕਿੰਨੇ ਲੀਡਰ ਬਿਆਨ ਗਲਤ ਦੁੱਤਾ ਹਾਲਾਂਕਿ ਸਾਰਿਆਂ ਨੂੰ ਪਤਾ ਕਿ ਤੁਹਾਡੀਆਂ ਸੀਟਾਂ 50 55 ਆਉਂਦੀਆਂ ਕਿਸੇ ਦੀ ਤਾਂ ਕਮਜ਼ੋਰੀ ਹੈਗੀ ਹੈ ਕਿਸੇ ਦੀ ਤਾਂ ਗਲਤੀ ਹੈਗੀ ਹੈ ਤੁਹਾਡਾ ਹਿਮਾਚਲ ਪ੍ਰਦੇਸ਼ ਵਾਲਾ ਇੰਚਾਰਜ ਅਸਤੀਫਾ ਦੇ ਜਾਂਦਾ ਜੰਮੂ ਕਸ਼ਮੀਰ ਵਾਲਾ ਅਸਤੀਫਾ ਦੇ ਜਾਂਦਾ ਤੁਹਾਡੇ ਪੱਲੇ ਕੀ ਰਹਿੰਦਾ ਹੁਣ ਇਸ ਸਾਰੀ ਸਥਿਤੀ ਚ ਸੰਧਾਲਿਆ ਸਾਹਿਬ ਜੇ ਤਾਂ ਕਾਂਗਰਸ ਪਾਰਟੀ ਸੰਭਲ ਗਈ ਠੀਕ ਹੈ ਜੇ ਇੱਕ ਇੱਕ ਕਰਕੇ ਐਦਾਂ ਹੀ ਖੜਾਹੀ ਉੱਡਦੇ ਰਹਿ ਪੱਲੇ ਕੱਖ ਨਹੀਂ ਰਹਿਣਾ ਨਹੀਂ ਬਿਲਕੁਲ ਗੱਲ ਠੀਕ ਆ ਦੇਖੋ ਜੈਰਾ ਮਰਮੇਸ਼ ਤੋਂ ਬਾਅਦ ਦਾ ਸ਼ੋਅ ਗੈਲੋਤ ਹੋ ਰਹੀ ਹੂੰ ਹੂੰ ਮੁੱਖ ਮੰਤਰੀ ਰਾਜਸਥਾਨ ਵਾਲੇ ਅੱਜਕੱਲ ਉਹ ਵੀ ਬੜਾ ਨੇੜੇ ਨੇ ਜੀ ਉਹ ਕਹਿੰਦੇ ਦੇਖੋ ਗੱਲ ਇਹ ਆ ਵੀ ਇਹ ਕਹਿੰਦੇ ਚਾਪਲੂਸਾਂ ਨਾਲ ਘਰੇ ਨੇ ਰਾਹੁਲ ਗਾਂਧੀ ਹੋਰੀ ਕਹਿੰਦੇ ਚਾਪਲੂਸ ਕਹਿਣਾ ਸ਼ਬਦ ਠੀਕ ਨਹੀਂ ਜਿਹੜੇ ਲੋਕ ਨੇੜੇ ਹੁੰਦੇ ਨੇ ਉਹ ਚਾਪਲੂਸ ਨਹੀਂ ਹੁੰਦੇ ਜੀ ਫਿਰ ਉਹਨਾਂ ਨੇ ਉਦਾਹਰਨ ਦਿੱਤੀ ਹੂੰ ਹੂੰ ਕਿ ਰਾਹੁਲ ਗਾਂਧੀ ਹੋਰਾਂ ਦੇ ਆਯਾ ਜੀ ਜਾਂ ਚਾਚਾ ਜੀ ਸੰਜੀਤ ਗਾਂਧੀ ਹੁਣੀ ਜੀ ਉਹ ਕਹਿੰਦੇ ਉਹਨਾਂ ਦੇ ਸਾਥੀ ਸੀ ਗੁਲਾਮ ਨਬੀ আজাদ ਸਾਹਿਬ ਤੇ ਉਹਨਾਂ ਦੇ ਨਾਲ ਰਹਿੰਦੇ ਹੁੰਦੇ ਕਹਿੰਦੇ ਜੇ ਉਹਨਾਂ ਨੂੰ ਕੋਈ ਇਹ ਕਹੇ ਵੀ ਤੁਸੀਂ ਸੰਜੀਤ ਗਾਂਧੀ ਦੇ ਚਾਪਲੂ ਸੀਗੇ ਉਸ ਟਾਈਮ ਤੇ ਤੇ ਸੰਜੀਤ ਗਾਂਧੀ ਹੁਣੀ ਉਹਨਾਂ ਨੂੰ ਪਾਸੇ ਕਰ ਦਿੰਦੇ ਤੇ ਅੱਜ ਗੁਲਾਮ ਨਬੀ আজাদ ਦਾ ਕਿਸੇ ਨੇ ਨਾ ਹੀ ਨਹੀਂ ਸਜਣਾ ਲਾ ਲੌਜਿਕ ਉਹਨਾਂ ਦਾ ਠੀਕ ਹੋ ਸਕਦਾ ਵੀ ਜੇ ਅੱਜ ਰਾਹੁਲ ਗਾਂਧੀ ਹੁਣੀ ਦੇ ਨੇੜੇ ਜਿਹੜੇ ਲੋਕ ਨੇ ਉਹਨਾਂ ਨੂੰ ਚਾਪਲੂਸ ਕਹਿ ਕੇ ਰਾਹੁਲ ਗਾਂਧੀ ਹੁਣੀ ਪਾਸੇ ਕਰ ਦਣ ਤੇ ਕੱਲ ਨੂੰ ਕੋ ਵੱਡਾ ਲੀਡਰ ਨਹੀਂ ਨਿਕਲੂਗਾ ਹੁਣ ਗੱਲ ਇਹ ਆ ਵੀ ਜੇ ਉਦੋਂ ਕੋਈ ਗੱਲ ਗਲਤ ਸੀਗੀ ਤੇ ਉ ਜੇ ਹੁਣ ਕੋਈ ਗੱਲ ਗਲਤ ਹੁੰਦੀ ਆ ਤੇ ਹੁਣ ਵੀ ਕਹੀ ਜਾਣੀ ਚਾਹੀਦੀ ਐ ਗੱਲ ਤੇ ਹੋ ਰਹੀ ਆ ਨਾ ਵੀ ਜੇ ਇਹਦੇ ਪਾਰਟੀ ਬੜੀ ਤਰੱਕੀ ਤੇ ਜਾ ਰਹੀ ਆ ਤੁਸੀਂ ਬੜਾ ਸਾਰਾ ਕੁਝ ਦਰਸਤ ਕਰ ਰਹੇ ਹੋ ਵਿੱਚੋਂ ਕੋਈ ਇਜਤਰਾਜ਼ ਹੋ ਹੀ ਨਹੀਂ ਰਿਹਾ ਫਿਰ ਤਾਂ ਆਪਾਂ ਮੰਨਦੇ ਆ ਵੀ ਯਾਰ ਇੱਕ ਦੋ ਬੰਦੇ ਜਿਹੜੀਆਂ ਐਵੇਂ ਗੱਲਾਂ ਕਰਦੇ ਵੀ ਇਹ ਕੋਈ ਚੁੱਕਣਾ ਜੋ ਹੋ ਸਕਦੇ ਜੀ ਪਰ ਜਦੋਂ 22 ਤੇ ਹੀ ਲੀਡਰ ਤੁਹਾਡੇ ਪਹਿਲਾਂ ਜਿਹੜੇ ਮਗਰ ਤੋਰੇ ਫਿਰਦੇ ਨੇ ਖੇਤਰੀ ਪਾਰਟੀਆਂ ਦੇ ਵਿੱਚ ਆਪਾਂ ਦੇਖ ਲਿਆ ਵੀ ਖੇਤਰੀ ਸਟੇਟਾਂ ਦੇ ਵਿੱਚ ਜਿਹੜੀਆਂ ਕਾਂਗਰਸ ਪਾਰਟੀ ਦੀਆਂ ਇਕਾਈਆਂ ਨੇ ਉੱਥੇ ਤੁਹਾਡੇ ਸੀਨੀਅਰ ਲੀਡਰ ਭੱਜ ਜਾਂਦੇ ਨੇ ਇਹਦਾ ਮਤਲਬ ਕੁਝ ਨਾ ਕੁਝ ਤੇ ਐਸੀ ਗੜਬੜ ਹੈ ਹੁਣ ਬਿਆਨ ਨੂੰ ਕਾਊਂਟਰ ਕਰਨ ਨਾਲੋਂ ਚੰਗਾ ਵੀ ਜਿਹੜੇ ਬੰਦੇ ਬਿਆਨ ਦਿੰਦੇ ਨੇ ਚਿੱਠੀਆਂ ਲਿਖਦੇ ਨੇ ਉਹਨਾਂ ਦੀ ਗੱਲ ਸਮਝ ਲਓ ਹੂੰ ਹੂੰ ਸੁਣ ਲਓ ਇਹ ਕੋਰ ਲੌਜੀਕ ਉੱਤੇ ਜਾਂਦਾ ਉਹ ਕਹਿੰਦਾ ਜੀ ਉਹ ਤਾਂ ਸਾਨੂੰ ਉਦੋਂ ਹੀ ਪਤਾ ਲੱਗਿਆ ਸੀ ਰਾਸਵਰ ਜੀ ਜਦੋਂ ਇਹ ਰਿਟਾਇਰ ਹੋਏ ਨੇ ਗੁਲਾਮ ਅਬੀਜ਼ਾਦ ਸਾਹਿਬ ਪ੍ਰਧਾਨ ਮੰਤਰੀ ਸਾਹਿਬ ਨੇ ਬੜੀਆਂ ਤਾਰੀਫਾਂ ਕੀਤੀਆਂ ਸੀ ਇਹਨਾਂ ਦੀਆਂ ਸਾਨੂੰ ਉਦੋਂ ਹੀ ਸਮਝ ਆ ਗਈ ਸੀ ਗੱਲ ਦੀ ਵੀ ਗੱਲ ਕੀ ਹੈ ਵਿੱਚੋਂ ਯਾਰ ਹੁਣ ਫਰੂਕ ਉਦੁੱਲਾਹ ਸਾਹਿਬ ਹਾਲਾਂਕਿ ਉਹਨਾਂ ਦੀ ਆਪਸ ਦੇ ਵਿੱਚ ਕੋਈ ਗੱਲਬਾਤ ਬਣਦੀ ਨਹੀਂ ਫਰੂਕ ਅਬਦੁੱਲਾਹ ਹਰੀ ਗੁਲਾਮ ਨਬੀ ਸਾਹਿਬ ਗੁਲਾਮ ਨਬੀ ਆਜ਼ਾਦ ਹੋਰਾਂ ਦੀ ਪਿੱਠਾ ਪੜ ਰਿਹਾ ਉਹ ਕਹਿੰਦੇ ਵੀ ਯਾਰ ਜੇ ਬੰਦਾ ਵਧੀਆ ਦੇ ਵਧੀਆ ਨੂੰ ਵਧੀਆ ਕਹਿਦਾ ਤੁਹਾਨੂੰ ਕੀ ਤਕਲੀਫ ਜੀ ਹੈ ਕਹਿੰਦੇ ਮਾੜੇ ਦੇ ਤੁਸੀਂ ਜਿਹੜਾ ਆਪਣੇ ਬੰਦੇ ਨੂੰ ਹੁਣ ਭੰਡੀਆਂ ਜਾਨੇ ਹੋ ਵੀ 35 37 ਸਾਲ ਜਿਸ ਬੰਦੇ ਨੇ ਤੁਹਾਡੀ ਪਾਰਟੀ ਦੇ ਨਾਲ ਲਾਏ ਨੇ ਅੱਜ ਤੁਸੀਂ ਦੋ ਮਿੰਟਾਂ ਜਾ ਕੇ ਉਹ ਵੀ ਬੰਦਾ ਹੀ ਬੜਾ ਮਾੜਾ ਇਹਦਾ ਮਤਲਬ ਸਾਰਾ ਕੁਝ ਅੰਦਰ ਚੰਗਾ ਰਹਿ ਗਿਆ ਤੇ ਜਿਹੜੇ ਬੰਦੇ ਮਾੜੇ ਸੀ ਉਹ ਤੁਸੀਂ ਬਾਹਰ ਕੱਢੀ ਜਾਂਦੇ ਹੋ ਜਿਉ ਉਹ ਇੰਨੇ ਹੀ ਮਾੜੇ ਸੀ ਤੇ 35 37 ਸਾਲ ਇਹਨਾਂ ਦੇ ਲਾ ਲਓ ਜਾਂ ਜਿੰਨੇ ਆਪਾਂ ਪੰਜਾਬ ਤੋਂ ਧਾਰਨ ਛ ਉਹ ਬੰਦੀ ਦਾ ਮਤਲਬ ਸਾਰੇ ਮਾੜੇ ਸੀ ਨਹੀਂ ਇਹ ਤਾਂ ਦੇਖੋ ਤੁਸੀਂ ਵੱਧ ਦੱਸ ਸਕਦੇ ਹੋ ਨਹੀਂ ਮੈਂ ਤਾਂ ਕਹਿਣ ਦਾ ਵੀ ਮੈਨੂੰ ਜੇ ਪਤਾ ਹੁੰਦਾ ਮੈਂ ਦੱਸ ਦਿੰਦਾ ਗੁਰਜੀਤ ਸਿੰਘ ਔਜਲਾ ਸਾਹਿਬ ਗਏ ਹਮ ਕਿੱਥੇ ਬਟ ਜੇਲ੍ਹ 'ਚ ਮਿਲਣਗੇ ਮੁਲਾਕਾਤ ਕਰਨਗੇ ਪੂਰੀ ਗੱਲ ਕਰਨੀ ਹੈ ਨਹੀਂ ਨਹੀਂ ਮੈਂਬਰ ਪਾਰਲੀਮੈਂਟ ਨਹੀਂ ਅਮਰitsar ਤੋਂ ਪਾਈ ਉਹ ਹਾਲਾਂਕਿ ਬਹੁਤੇ ਲੋਕਾਂ ਨੂੰ ਆਸ ਨਹੀਂ ਸੀ ਕਿ ਇਦਾਂ ਹੋ ਕਿਉਂਕਿ ਕਾਂਗਰਸ ਪਾਰਟੀ ਦੇ ਅੰਦਰ ਰਹਿੰਦੇ ਆ ਵੀ ਕੋ ਬਹੁਤੀ ਜ਼ਿਆਦਾ ਕੋਈ ਹੈ ਨਹੀਂ ਸੀ ਏਡੀ ਗੱਲ ਸਿੱਧੂ ਸਾਹਿਬ ਨਾਲ ਦੋਨੇ ਹੀ ਅਮਰitsar ਤੋਂ ਜੇ ਸੀਟ ਤੋਂ ਔਜਲਾ ਸਾਹਿਬ ਐਮਪੀ ਨੇ ਉੱਥੋਂ ਪਹਿਲਾਂ ਸਿੱਧੂ ਸਾਹਿਬ ਵੀ ਐਮਪੀ ਰਹੇ ਆ ਕਈ ਵਾਰ ਹਾਲਾਂਕਿ ਪਾਰਟੀ ਕੋਈ ਹੋਰ ਹੁੰਦੀ ਸੀ ਹੁਣ ਉਹ ਜੇਲ੍ਹ ਦੇ ਵਿੱਚ ਭੇਜਣ ਗਿਆ ਕਿਉਂਕਿ ਚਰਚਾ ਉਦੋਂ ਹੋਈ ਸੀ ਤੇ ਰਾਣਾ ਗੁਰਜੀਤ ਸਿੰਘ ਹੋਰਾਂ ਨੇ ਪਿਛਲੇ ਦਿਨੀ ਕਿਹਾ ਕਿ ਪਾਈ ਉਹ ਮਲੇ ਨਹੀਂ ਸੀ ਇੱਕ ਲੀਡਰ ਸਾਹਿਬ ਨੂੰ ਮੈਂ ਫਿਰ ਗਿਆ ਹੀ ਨਹੀਂ ਹੂੰ ਗੁਰਜੀਤ ਔਜਲਾ ਸਾਹਿਬ ਗਏ ਤੇ ਉਹਨਾਂ ਨੇ ਜਾ ਕੇ ਮੁਲਾਕਾਤ ਕੀਤੀ ਤੇ ਆਣ ਕੇ ਉਹਨਾਂ ਨੇ ਦੱਸਿਆ ਕਹਿੰਦੇ ਪਹਿਲੀ ਗੱਲ ਹੈ ਕਿ ਉਹਨਾਂ ਨੇ ਭਾਰ ਘਟਾ ਲਿਆ ਦੂਸਰੀ ਗੱਲ ਚੜਦੀ ਕਲਾ 'ਚ ਨੇ ਐਕਸਰਸਾਈਜ਼ ਜੋਰ ਵਗੈਰਾ ਕਰਦੇ ਆ ਉੱਥੇ ਸਾਰਾ ਕੁਝ ਰੀਅਲ ਜੇਲ੍ਹ ਦੇ ਨਿਯਮਾਂ ਦੇ ਮੁਤਾਬਕ ਹੋ ਰਿਹਾ ਕਹਿੰਦੇ ਜੀ ਕਾਨੂੰਨ ਨੂੰ ਮੰਨਣ ਵਾਲੇ ਬੰਦੇ ਨੇ ਸਾਡੀ ਪਾਰਟੀ ਦੇ ਕਹਿੰਦੇ ਜੀ ਪ੍ਰਧਾਨ ਰਹੇ ਆ ਮੇਰੇ ਇਲਾਕੇ ਦੇ ਆ ਮੇਰੇ ਜ਼ਿਲ੍ਹੇ ਦੇ ਆ ਮੇਰਾ ਫਰਜ਼ ਬਣਦਾ ਸੀ ਪਰ ਹੈਗੇ ਚੜਦੀ ਕਲਾ ਦੇ ਵਿੱਚ ਨੇ ਇਹਦਾ ਮਤਲਬ ਹੈ ਕਿ ਕਿਤੇ ਨਾ ਕਿਤੇ ਸਿੱਧੂ ਸਾਹਿਬ ਨੂੰ ਹੁਣ ਪਿਛਲੇ ਦਿਨੀ ਡਾਕਟਰ ਅਮਰ ਸਿੰਘ ਹੋਰੀ ਮਿਲਣ ਗਏ ਸੀ ਮਨੀਸ਼ ਤਵਾੜੀ ਸਾਹਿਬ ਮਿਲਣ ਗਏ ਸੀ ਹੁਣ ਇਧਰਲੇ ਪਾਸੇ ਗੁਰਜੀਤ ਸਿੰਘ ਔਜਲਾ ਸਾਹਿਬ ਮਿਲਣ ਗਏ ਲੋਕ ਸਭਾ ਦੀ ਇਲੈਕਸ਼ਨ ਵੀ ਨੇੜੇ ਆ ਪਰ ਸਿੱਧੂ ਸਾਹਿਬ ਨੂੰ ਲੱਗਦਾ ਤਾ ਹੋਊਗਾ ਕਿ ਨਹੀਂ ਭਾਈ ਹੈਗੇ ਆ ਕਿਤੇ ਨਹੀਂ ਨਹੀਂ ਇਹਦੇ ਹੁਣ ਪਤਾ ਕੋਈ ਨਹੀਂ ਵੀ ਕੀ ਆ ਤੇ ਕੀ ਨਹੀਂ ਆ ਕਿਉਂਕਿ ਬੰਦੇ ਜਿਹੜੇ ਬਾਹਰ ਬੈਠੇ ਨੇ ਹਮ ਹਮ ਲੁਧਿਆਣੇ ਵਾਲੇ ਜੀ ਧਰਨੇ ਵਾਲੇ ਜੀ ਉਹਨਾਂ ਦੇ ਕਈ ਬੰਦੇ ਨੇ ਜਿਉਂ ਉਹਨਾਂ ਨੂੰ ਅੱਜ ਕਹੋ ਵੀ ਉਹਨੇ ਜਾਣਾ ਦੇ ਸੀਗਾ ਯਾਰ ਪਿੰਨੂ ਜਾਣਾ ਪੈਣਾ ਏ ਥੋੜਾ ਕੰਮ ਆ ਗਿਆ ਜਲਦੀ ਮੈਂ ਨਹੀਂ ਕਹਿੰਦਾ ਵਿਉਹਦੇ ਚ ਕੋਈ ਲਾਕਡਾਡਾ ਜਾਂ ਕੀਆ ਕੀ ਨਹੀਂ ਇਹ ਲੋਕਾਂ ਦੇ ਸਾਹਮਣੇ ਅੱਛਾ ਕਹਿਣ ਤੋਂ ਪਾਵੇ ਆ ਕਿ ਵੀ ਜੇ ਕਾਂਗਰਸ ਪਾਰਟੀ ਨੂੰ ਜਾਵਦਾ ਵੀ ਅਸੀਂ ਕਿਤੇ ਨਾ ਕਿਤੇ ਦੁਬਾਰਾ ਉੱਪਰ ਨਾ ਕਿਉਂਕਿ ਮੈਨੂੰ ਫਿਰ ਉਹ ਚੇਤੇ ਆਉਂਦੇ ਹੁੰਦੇ ਨੇ ਨਾ ਵੀ ਮੋਦੀ ਸਾਹਿਬ ਮੇਰੇ ਖਾਲਜੇ ਤੋਂ ਪਹਿਲੀ ਵਾਰ ਨਹੀਂ ਕਿਤੇ ਪ੍ਰਧਾਨ ਮੰਤਰੀ ਬਣੇ ਸੀ ਉਦੋਂ ਉਹਨਾਂ ਨੇ ਸ਼ਬਦ ਵਰਤਿਆ ਸੀ ਵੀ ਕਾਂਗਰਸ ਮੁਕਤ ਭਾਰਤ ਬਣਾਉਣਾ ਜੀ ਇਹ ਮੈਂ ਨਾ ਵੀ ਮੋਦੀ ਸਾਹਿਬ ਤੇ ਉਹਦੇ ਚ ਕਾਮਯਾਬ ਹੋ ਗਏ ਨੇ ਨਾ ਚਲੋ ਦੇਖੋ ਇਥੇ ਕਈ ਕੁਛ ਸੰਧਾਲੀਆ ਸਾਹਿਬ ਹੁੰਦਾ ਰਿਹਾ ਪਿਛਲੇ ਸਮੇਂ ਚ ਕਈ ਕੁਛ ਨਹੀਂ ਜੇ ਕਾਮਜਾਬ ਸਿਆਸਤ ਹੈ ਕੁਛ ਵੀ ਹੋ ਸਕਦਾ ਬਾਕੀ ਮਨਪ੍ਰੀਤ ਸਿੰਘ ਬਾਦਲ ਕਹਿੰਦੇ ਦੱਸਾਂਗੇ ਜੀ ਐਸੀ ਕੋਈ ਗੱਲ ਨਹੀਂ ਹੈ ਜਿੱਦਾਂ ਸੀ ਸੇਲਾ ਸਾਹਿਬ ਬਾਰੇ ਕੁਝ ਹਾਂ ਜਿਹੜੇ ਨਾਲੇ ਦੋਸ਼ ਵੀ ਕਿੱਡੇ ਸੀ ਸੰਧਾਲੀਆ ਸਾਹਿਬ ਇੰਨੇ ਸਿੰਘਲਾ ਸਾਹਿਬ ਨੇ ਕਹਿ ਕੀ ਦਿੱਤਾ ਸੀ ਉਹ ਕਹਿੰਦੇ ਯਾਰ ਆਪ ਦੇ ਰਿਸ਼ਤੇਦਾਰਾਂ ਦੇ ਆਪ ਦੇ ਕੰਮ ਕਰ ਲਈ ਰੱਖੇ ਬੰਦਿਆਂ ਦੇ ਨਾਂ ਦੇ ਉੱਤੇ ਕੰਪਨੀਆਂ ਬਣਾਈਆਂ ਟੁਆ ਟੁਆਈ ਦੇ ਟੈਂਡਰ ਆਪਣੇ ਨਾਂ ਲਏ ਸਕੂਟਰਾਂ ਮੋਟਰਸਾਈਕਲਾਂ ਦੇ ਨੰਬਰ ਲਿਖਾਤੇ ਉੱਥੇ ਹੁਣ ਸਰੂਪਚੰਦ ਸਿੰਘਲਾ ਸਾਹਿਬ ਨੇ ਸ਼ਿਕਾਇਤ ਦਿੱਤੀ ਸੀ ਲਿਖਤੀ ਵਿਜੀਲੈਂਸ ਵਾਲੇ ਕਹਿੰਦੇ ਜੀ ਇਦਾਂ ਆ ਕਿ ਸਾਨੂੰ ਸਬੂਤ ਤਾਂ ਨਹੀਂ ਉਹਨਾਂ ਨੇ ਸਿੰਘਲਾ ਸਾਹਿਬ ਨੇ ਕੋਈ ਦਿੱਤਾ ਸ਼ਿਕਾਇਤ ਦਿੱਤੀ ਬਾਕੀ ਅਸੀਂ ਸੋਸ਼ਲ ਮੀਡੀਆ ਤੇ ਪੜਿਆ ਸੁਣਿਆ ਤੇ ਅਸੀਂ ਰਿਕਾਰਡ ਕਬਜ਼ੇ ਚ ਲੈ ਲਿਆ ਤੇ ਆਪਣੇ ਪੱਧਰ ਦੇ ਉੱਤੇ ਜਾਂਚ ਪੜਤਾਲ ਕਰ ਰਹੇ ਹਾਂ ਕਿ ਕੀ ਸੱਚੀ ਮੁੱਚੀ ਪਹਿਲਾਂ ਅਕਾਲੀ ਹੁਣ ਭਾਜਪਾ ਦੇ ਬੰਦੇ ਨੇ ਸਰੂਪਚੰਦ ਸਿੰਘਲਾ ਸਾਹਿਬ ਉਹਨਾਂ ਦੁਆਰਾ ਲਾਏ ਗਏ ਦੋਸ਼ਾਂ ਦੇ ਵਿੱਚ ਕੋਈ ਦਮ ਹੈ ਯਾਨੀ ਦੁੱਧ ਦੇ ਉੱਤੇ ਪਾਣੀ ਦਾ ਪਾਣੀ ਹੋਣਾ ਚਾਹੀਦਾ ਵੈਸੇ ਵੀ ਮੈਨੂੰ ਯਾਦ ਹੈ ਭਗਵੰਤ ਮਾਨ ਹੋਰੀ ਜਦੋਂ ਸਿਆਸਤ ਦੇ ਵਿੱਚ ਆਏ ਸੀ ਤੇ ਮਨਪ੍ਰੀਤ ਸਿੰਘ ਬਾਦਲ ਹੋਰਾਂ ਦੇ ਨਾਲ ਹੀ ਆਏ ਸੀ ਹੁਣ ਇਹ ਬੜਾ ਅਹਿਮ ਹੋਊਗਾ ਸਾਰਾ ਕੁਝ ਦੇਖਣਾ ਕਿਉਂਕਿ ਜਦੋਂ ਰਿਸ਼ਤੇਦਾਰਾਂ ਦਾ ਰੌਲਾ ਪਿਆ ਸੀ ਤਾਂ ਜੈਜੀਤ ਸਿੰਘ ਜੋਲ ਬੋਲੇ ਉਹਨਾਂ ਦੇ ਬ੍ਰਦਰ ਇਨ ਲਾਅ ਨੇ ਮਨਪ੍ਰੀਤ ਸਿੰਘ ਬਾਦਲ ਹੋਰਾਂ ਦੇ ਉਹ ਕਹਿੰਦੇ ਜੀ ਐਸੀ ਕੋਈ ਗੱਲ ਹੀ ਨਹੀਂ ਬੜੀ ਛੇਤੀ ਮਨਪ੍ਰੀਤ ਸਿੰਘ ਬਾਦਲ ਹੋਰੀ ਤੱਥ ਸਹਿਤ ਇਹਨਾਂ ਸਾਰੇ ਦੋਸ਼ਾਂ ਦਾ ਜਵਾਬ ਦੇਣਗੇ ਇਦਾਂ ਦਾ ਕੋਈ ਹੈ ਹੀ ਨਹੀਂ ਹੁਣ ਜੈਜੀਤ ਸਿੰਘ ਜੋਲ ਬੋਲੇ ਨੇ ਉਹ ਵੀ ਰਿਸ਼ਤੇਦਾਰ ਨੇ ਰੌਲਾ ਰੱਪਾ ਉਹਨਾਂ ਦਾ ਵੀ ਪਿਛਲੇ ਸਮੇਂ ਚ ਪੈਂਦਾ ਰਿਆ ਪਰ ਸਪਸ਼ਟ ਕਰ ਦੇਣ ਮਨਪ੍ਰੀਤ ਸਿੰਘ ਬਾਦਲ ਕੇ ਪਾਈ ਮੈਂ ਰੁਪਈਆ ਕੋਈ ਨਹੀਂ ਖਾਦਾ ਜਿੱਥੋਂ ਮਰਜ਼ੀ ਜਾਂਚ ਕਰਾ ਲਓ ਤਾਂ ਚੰਗਾ ਜੇ ਨਹੀਂ ਕਰਨਗੇ ਜੇ ਗੁਲਮੁਲ ਸਪਸ਼ਟ ਕਰਨਗੇ ਤਾਂ ਕੰਮ ਹੋਰ ਹੋਜੂ ਲੈ ਚਲੋ ਚੰਗੀ ਗੱਲ ਆ ਬਾਕੀ ਇੰਨਾ ਵੀ ਜਿੱਦਾਂ ਹੁਣ ਜੇ ਸਿੰਘਲਾ ਸਾਹਿਬ ਨੇ ਗੱਲ ਚੱਕੀ ਹੈ ਜੀ ਤੇ ਸਿੰਘਲਾ ਸਾਹਿਬ ਹੁਣ ਜਿਹੜੀ ਪਾਰਟੀ ਚੱਲ ਗਈ ਨੇ ਹਮ ਹਮ ਉਸਾ ਹੋਣਾ ਜਿੱਦਾਂ ਉਹਨਾਂ ਨੇ ਗੱਲ ਚੱਕੀ ਹੈ ਉਹਦੇ ਤੋਂ ਤੇ ਗੱਲ ਲੱਗਦਾ ਹੀ ਆ ਵੀ ਉਹ ਕਹਿੰਦੇ ਵੀ ਗੱਲ ਨੇਰੀਪੁਰੀ ਚੁਕਣੀ ਨਹੀਂ ਹੈ ਗੱਲ ਕਿਹਾਗੇ ਤਣਪਤਨ ਵੀ ਲਾਉਣੀ ਹੈ ਠੀਕ ਹੈ ਹੁਣ ਉਹ ਤਣਪਤਨ ਲੱਗੂਗੀ ਨਹੀਂ ਲੱਗੂਗੀ ਇਹ ਤਾਂ ਆਉਣ ਵਾਲੇ ਦਿਨਾਂ 'ਚ ਪਤਾ ਲੱਗਣਾ ਪਰ ਦੂਜੇ ਪਾਸੇ ਕੇਜਰੀਵਾਲ ਸਾਹਿਬ ਵਿਚਾਰੇ ਉਹ ਜੋ ਰੋਸ ਹਾਵ ਕਰ ਲੈਂਦੇ ਮੈਨੂੰ ਤਾਂ ਆਇਆ ਲੱਗਦਾ ਵੀ ਉਹ ਕਹਿੰਦੇ ਨੇ ਵੀ ਪਹਿਲਾਂ ਪੈਸੇ ਦਾ ਵਾਵਾ ਸਾਵਾ ਕਰਦੇ ਰਹੇ ਕਿਉਂਕਿ ਇਨਕਮ ਟੈਕਸ ਦੇ ਵਿੱਚ ਰਹੇ ਵੱਡੇ ਅਫਸਰ ਉਹ ਜੀ ਉਹਨਾਂ ਨੇ ਸਾਹੂਲ ਆ ਕੇ ਦੱਸਿਆ ਉਹ ਕਹਿੰਦੇ ਮਹਾਰਾਜ ਜਿੰਨੇ 100 ਕਰੋੜ ਤੇ ਜਿੰਨੇ 1000 ਕਰੋੜ ਦੀ ਰਕਮ ਪਿਛਲੇ ਸਮੇਂ ਦੇ ਵਿੱਚ ਅਲੱਗ-ਅਲੱਗ ਸਟੇਟਾਂ ਦੇ ਵਿੱਚ ਅਲੱਗ-ਅਲੱਗ ਪਾਰਟੀਆਂ ਦੇ ਐਮ.ਐਲ.ਏ ਖਰੀਦਣ ਦੇ ਲਈ ਵਰਤੀ ਗਈ ਹੈ। ਉਨੀ ਰਕਮ ਆਈ ਕਿੱਥੋਂ ਆਉਂਦੀ ਹੈ? ਉਹਨਾਂ ਨੂੰ ਇਹੀ ਝੋਰਾ ਅੰਦਰ-ਅੰਦਰ ਖਾਈ ਜਾ ਰਿਹਾ ਕਹਿੰਦੇ ਪੱਠ ਪਿਆ ਸੋਨਾ ਜਿਹੜਾ ਕੰਨਾਂ ਨੂੰ ਖਾਵੇ ਮਹਾਰਾਜ। ਜਦੋਂ ਪੇਪਰ ਦੇ ਹੀ ਤਾਂ ਨਾ ਉੱਤਰ ਕਾਪੀ ਜਿਹਨੂੰ ਕਹਿੰਦਾ ਅਨਸਰ ਸ਼ੀਟ ਆਹ ਇੱਕ ਹੋਰ ਜਿਹੜੀ ਤੁਸੀਂ ਲੈ ਲੈਂਦੇ ਸੀ ਅੜੇ ਪੜਨ ਲਿਖਣ ਵਾਲੇ ਬੰਦੇ ਨੇ ਯਾਰ ਸਾਹਿਬ ਤੂੰ ਇਹ ਤਾਂ ਗੇਰਾ ਦੋ ਵੀ ਕਹਿੰਦੇ ਵੀ ਧਾਗਾ ਥੋੜਾ ਵੱਡਾ ਦੇ ਦੇਣਾ ਮੈਂ ਕੁਝ ਜ਼ਿਆਦਾ ਲਿਖਾਂਗਾ ਖੁੱਲਾ ਖੁੱਲਾ ਕਰਕੇ ਲਿਖਣਾ ਪਈਦਾ ਨਾ ਖੁਸ਼ਕਤ ਕਰਕੇ ਲਿਖਾਈ ਨਹੀਂ ਖੁਸ਼ਕਤ ਲਿਖਾਈ ਤੈਨੂੰ ਪਤਾ ਅੱਛਾ ਮੈਂ ਅਨਸਰ ਸ਼ੀਟ ਜਦੋਂ ਲਈਦੀ ਨਾ ਉਹਦੇ ਥੱਲੇ ਕਈ ਕੁਝ ਲਿਖਿਆ ਹੁੰਦਾ ਕਿ ਹੋਰ ਉੱਤਰ ਕਾਪੀ ਮਿਲੇਗੀ ਕਿ ਨਹੀਂ ਮਿਲੇਗੀ ਉਹਦੇ ਵਿੱਚ ਇਦਾਂ ਕਰੋ ਜਾਓ ਤਾਂ ਬਹੁਤ ਕੁਝ ਲਿਖਿਆ ਹੁੰਦਾ ਨਾ ਤਾਂ ਅੱਗੇ ਨਾ ਜੰਗੀਦਰਾ ਮੰਨੋ ਜਾਂ ਇਹਦੇ ਸੱਜੇ ਪਾਸੇ ਜੇ ਖੱਬੇ ਪਾਸੇ ਦਸਖਤ ਜ਼ਰੂਰ ਕਰੋ ਜਾਂ ਉਹਦੇ ਵਿੱਚ ਖਾਨੇ ਵੀ ਬਣੇ ਹੁੰਦੇ ਆ ਪ੍ਰੀਖਿਆਰਥੀ ਜਿਹੜਾ ਉਹਦੇ ਦਸਖਤ ਜਿਹੜਾ ਇੱਕ ਹੁੰਦਾ ਉਥੇ ਜਣੀ ਅਧਿਆਪਕ ਸਾਹਿਬ ਕੋਲ ਮਦੇ ਹੁੰਦੇ ਆ ਪਤ ਨਹੀਂ ਉਹ ਆਈ ਐਨ ਵੀ ਆਈ ਜੀ ਕੀ ਹੁੰਦਾ ਇਨਵਿਜੀਲੇਟਰ ਆ ਦੇਖਿਆ ਹਾਂਜੀ ਉਹਨਾਂ ਦੀ ਜਿਹੜੀ ਐਪ ਉਹ ਵੇਖੋ ਇਹ ਮੈਨੂੰ ਕਿਉਂ ਯਾਦ ਆ ਹਾਂਜੀ ਉੱਤਰ ਕਾਪੀ ਦੇ ਕੀ ਕੋਸ਼ ਕਰਨਾ ਹੈ ਤੁਹਾਨੂੰ ਬਤਾਇਆ ਉਹਦਾ ਪੜ੍ਹ ਲਿਖਣ ਵਾਲੇ ਬੱਚੇ ਨੂੰ ਬਤਾ ਸਾਨੂੰ ਸਿਰਫ ਉਹਦਾ ਪਤਾ ਹੁੰਦਾ ਵੀ ਇਹਦੀ ਅੱਖ ਕਦੋਂ ਪਾਸੇ ਹੁੰਦੀ ਹੈ ਤੇ ਅਸੀਂ ਆਪਣਾ ਕੰਮ ਕਦੋਂ ਕਰਨਾ ਹੈ ਦੇਖੋ ਇਹ ਫਰਕ ਆ ਜੇ ਉੱਤਰ ਕਾਪੀ ਦੀ ਗੱਲ ਚੱਲੀ ਆ ਮੈਨੂੰ ਹੁੰਦਾ ਯਾਰ ਵੀ ਸਾਰੇ ਰਿਸ਼ਤੇਦਾਰ ਪਰਿਵਾਰ ਸੱਜਣ ਮਿੱਤਰਾਂ ਦੇ ਨਿਆਣੇ ਪੜਦੇ ਆ ਜਾਨੀ ਕਿ ਉਹਨਾਂ ਦੇ ਪੇਪਰ ਤਾਂ ਨਹੀਂ ਜਦੋਂ ਤੁਹਾਨੂੰ ਚੇਤਾਉਣਾ ਤੁਸੀਂ ਲੀਡਰ ਆ ਉੱਤਰ ਕਾਪੀਆਂ ਛਾਪਦੀਆਂ ਕਿੱਥੋਂ ਪ੍ਰਿੰਟ ਕਿੱਥੋਂ ਹੁੰਦੀਆਂ ਠੇਕਾ ਕਿੱਦਾਂ ਮਿਲੂਗਾ ਵੈਸੇ ਗੱਲ ਆ ਅੱਛਾ ਮੈਂ ਗੱਲ ਕਰਨ ਲੱਗਿਆ ਸੀ ਕਿ ਉਹ ਸਾਰੀ ਜਿਹੜੀ ਚੀਜ਼ ਹੈ ਕਿ ਸ਼ਰਤਾਂ ਲਿਖੀਆਂ ਹੁੰਦੀਆਂ ਸਾਰਾ ਕੁਝ ਲਿਖਿਆ ਹੁੰਦਾ ਤੁਸੀਂ ਅੱਜ ਜਦੋਂ ਹਿਸਾਬ ਕਿਤਾਬ ਕੀਤਾ ਸੀ ਮੈਂ ਕਿਹਾ ਸੀ ਕੋਈ ਸ਼ਰਤਾਂ ਹੁੰਦੀਆਂ ਨੇ ਇੱਕ ਹੁੰਦਾ ਕਿ ਕਿਸੇ ਨੇ ਚੋਣ ਰੈਲੀ ਦੇ ਵਿੱਚ ਕਿਸੇ ਦੇ ਦੋਸ਼ ਲਾਤਾ ਪ੍ਰੈਸ ਕਾਨਫਰੰਸ ਵਿੱਚ ਦੋਸ਼ ਲਾਤਾ ਦੋਸ਼ ਵੀ ਇਦਾਂ ਲਾਤਾ ਕਿ ਸਾਨੂੰ ਪਤਾ ਵਿਰੋਧੀ ਪਾਰਟੀਆਂ ਵਾਲੇ ਭ੍ਰਿਸ਼ਟ ਨੇ ਚੋਰ ਨੇ ਕੁਝ ਵੀ ਕਹਤਾ ਹਾਂ ਨਾ ਕਿਸੇ ਦਾ ਨਾਮ ਲਿਆ ਕੁਝ ਹੋਰ ਚਲਦੀ ਚਾਲ ਚ ਜੋ ਮਰਜੀ ਕਹਿ ਲੋ ਪਰ ਇਹ ਜਿਹੜੀਆਂ ਗੱਲਾਂ ਅਰਵਿੰਦ ਕੇਜਰੀਵਾਲ ਮੁੱਖ ਮੰਤਰੀ ਦਿੱਲੀ ਨੇ ਆਖੀਆਂ ਉਹ ਇਸ ਕਰਕੇ ਵੱਧ ਗੰਭੀਰ ਨੇ ਸੰਧਾਲਿਆ ਸਾਹਿਬ ਕਿਉਂਕਿ ਉਹ ਦਿੱਲੀ ਦੀ ਵਿਧਾਨ ਸਭਾ 'ਚ ਬੋਲਿਆ ਹਾਂ ਵਿਧਾਨ ਸਭਾ ਦੀ ਹਾਂ ਔਨ ਰਿਕਾਰਡ ਸਾਰਾ ਕੁਝ ਜਾਨੀ ਹੋਰ 6 ਮਹੀਨਿਆਂ ਨੂੰ ਜੇ ਤੁਸੀਂ ਕਾਪੀ ਲੈਣੀ ਚਾਹੋ ਤਾਂ ਰਿਕਾਰਡ ਦੀ ਕਾਪੀ ਲੈ ਸਕਦੇ ਹੋ ਕੱਲ ਨੂੰ ਕੋਈ ਬੰਦਾ ਮੰਨ ਲਓ ਪੀ ਐਚ ਡੀ ਕਰਦਾ ਕਿ ਭਾਰਤ ਦੀ ਰਾਜਨੀਤੀ 2020 ਤੋਂ 2023 ਤੱਕ ਕਿਹੋ ਜੀ ਸੀ ਹਮ ਇਹੋ ਜੀ ਸੀ ਕਿ ਇੱਕ ਸੂਬੇ ਦਾ ਲੋਕਾਂ ਦਾ ਲਗਾਤਾਰ ਤੀਸਰੀ ਵਾਰੀ ਚੁਣਿਆ ਹੋਇਆ ਮੁੱਖ ਮੰਤਰੀ ਵਿਧਾਨ ਸਭਾ ਦੇ ਵਿੱਚ 70 ਵਿਧਾਇਕਾਂ ਦੇ ਸਾਹਮਣੇ ਔਨ ਰਿਕਾਰਡ ਕਹਿੰਦਾ ਕਿ ਸਾਡੇ ਦੇਸ਼ ਦੇ ਵਿੱਚ 277 ਐਮ ਐਲ ਏ ਵਿਕੇ ਆ ਹਮ ਤੇ ਉਹਨਾਂ ਨੂੰ ਖਰੀਦਣ ਦੇ ਲਈ 6300 ਕਰੋੜ ਰੁਪਈਆ ਖਰਚਿਆ ਗਿਆ ਤੇ ਦੁਨੀਆ ਦੀ ਸਭ ਤੋਂ ਵੱਡੀ ਪਾਰਟੀ ਦੇ ਉੱਤੇ ਦੋਸ਼ ਲਾਤਾ ਹੁਣ ਕਈ ਬੰਦੇ ਕਹਿੰਦੇ ਆ ਯਾਰ ਵੀ ਮੰਗ ਲੈਣੀ ਉਹਨਾਂ ਨੂੰ ਮਾਫੀ ਪਹਿਲਾਂ ਮਜੀਠੀਆ ਸਾਹਿਬ ਮੰਗ ਚੁੱਕੇ ਆ ਪਰ ਮੈਂ ਕਹਿੰਨਾ ਕਿ ਇਸ ਗੱਲ ਦੇ ਵਿੱਚ ਦੇਖੋ ਇੱਕ ਪਾਰਟੀ ਉਹ ਹੈ ਜਿਹੜੀ ਦੇਸ਼ ਤੇ ਰਾਜ ਕਰਦੀ ਹੈ ਦੂਜੀ ਪਾਰਟੀ ਆਮ ਆਦਮੀ ਉਹ ਹੈ ਜਿਹੜੀ ਕਿ ਦੋ ਸੂਬਿਆਂ ਤੇ ਰਾਜ ਕਰਦੀ ਹੈ ਦੋ ਸੂਬਿਆਂ 'ਚ ਚੋਣ ਲੜਨ ਦੀ ਤਿਆਰੀ ਹੈ ਦੋਨਾਂ ਦੇ ਵਿੱਚੋਂ ਇੱਕ ਧਿਰ ਤਾਂ ਝੂਠੀ ਹੈ ਇਹ ਗਲਪਕੀ ਹੈ ਕਿ ਨਹੀਂ ਹਮ ਹੁਣ ਜਾਂ ਤਾਂ ਫਿਰ ਸੂਬੇ ਦਾ ਮੁੱਖ ਮੰਤਰੀ ਗਲਤ ਕਹਿੰਦਾ ਜਾਂ ਫਿਰ ਦੂਜੇ ਪਾਸੇ ਜਿਹੜੀ ਦੇਸ਼ ਦੀ ਜਾਂ ਦੁਨੀਆ ਦੀ ਸਭ ਤੋਂ ਵੱਧ ਮੈਂਬਰ ਵਾਲੀ ਪਾਰਟੀ ਹੈ ਉਹ ਗਲਤ ਕਹਿੰਦੀ ਤਾਂ ਉਹਦਾ ਬਹੁਤ ਸਾਰੇ ਸੂਬਿਆਂ 'ਚ ਰਾਜ ਹੈ ਯਾਨੀ ਜੇ 6300 ਕਰੋੜ ਸੱਚੀ ਮੈਂ ਕਹਿੰਨਾ 63 ਰੁਪਏ ਦੇ ਕੇ ਵੀ ਕੋਈ ਐਮ ਐਲ ਏ ਖਰੀਦਿਆ ਕਿੱਡੀ ਮਾੜੀ ਗੱਲ ਹੈ ਸਾਡੇ ਲੋਕਤੰਤਰ ਦੇ ਲਈ ਮਹੀਨਾ ਪਤਾ ਕਿਹੜਾ ਚੱਲਦਾ ਹੈ ਅਗਸਤ ਹਮ ਤੇ ਅਗਸਤ ਦੇ ਵਿੱਚ ਇੱਕ 15 ਤਰੀਕ ਆਉਂਦੀ ਹੈ ਮੈਨੂੰ ਜਦੋਂ ਖਬਰ ਪੜੀ ਨਾ 6300 ਕਰੋੜ ਦੇ ਵਿੱਚ 277 ਐਮ ਐਲ ਏ ਇਹਨਾਂ ਨੇ ਖਰੀਦੇ ਮੈਂ ਸੁੱਧਾ ਹੀ 11 12 ਦਿਨ ਪਿੱਛੇ ਚੱਲਿਆ ਹੈਗਾ 15 ਅਗਸਤ ਤਿਰੰਗਾ ਝੰਡਾ ਸਲੂਟ ਭਾਸ਼ਣ ਰਾਸ਼ਟਰ ਦਿਨ ਆ ਸੰਬੋਧਨ ਜਗ੍ਹਾ ਜਗ੍ਹਾ ਦੇ ਉੱਤੇ ਬੱਚਿਆਂ ਨੂੰ ਕਹਿਣਾ ਦੇਸ਼ ਦੇ ਨਾਲ ਪਿਆਰ ਕਰੀਦਾ ਆ ਸਾਰਾ ਕੁਝ ਇਧਰਲੇ ਪਾਸੇ ਨੂੰ ਹੋਣਾ ਚਾਹੀਦਾ ਜਦੋਂ ਉਹ ਸਾਰੀਆਂ ਗੱਲਾਂ ਹੁੰਦੀਆਂ ਕਿ ਉਹ ਸਾਰਾ ਕੁਝ ਹੋਣਾ ਚਾਹੀਦਾ ਬੜੇ ਉਦੋਂ ਭਾਸ਼ਣ ਸੀ ਦੇਸ਼ ਆਜ਼ਾਦ ਕਰਾਇਆ ਗਿਆ ਜੀ ਬੜੇ ਔਖੇ ਹੋ ਕੇ ਕੁਰਬਾਨੀਆਂ ਦੇ ਕੇ ਕਾਲੇ ਪਾਣੀ ਦੀਆਂ ਜੇਲਾਂ ਦੇ ਵਿੱਚ ਗਏ ਫਾਂਸੀਆਂ ਦੇ ਉੱਤੇ ਚੜੇ ਬਹੁਤ ਕੁਝ ਹੈ ਤੇ ਮੈਂ ਸੋਚਦਾ ਸੀ ਕਿ ਦੋਨਾਂ ਤਿਰਾਂ ਦੇ ਵਿੱਚੋਂ ਜਿਹੜੀ ਵੀ ਧਿਰ ਇੱਥੇ ਗਲਤ ਹੋਈ ਲੋਕਤੰਤਰ ਨੂੰ ਤਾਂ ਚੂਨਾ ਲਾਤਾ ਨਾ ਦੇਤਾਂ ਨਾ ਜੜੀ ਫੜ ਕੇ ਤੇਲ ਦੁੱਤਾ ਦੁੱਤੇ ਪਾਣੀ ਦਾ ਪਾਣੀ ਹੋਣਾ ਚਾਹੀਦਾ ਜੇ ਅਰਵਿੰਦ ਕੇਜਰੀਵਾਲ ਕੋ ਕੋ ਸਬੂਤ ਹੈਗਾ ਅਦਾਲਤ ਚ ਦੇ ਦਿਓ ਜੇ ਵਿਰੋਧੀ ਧਿਰਾਂ ਨੂੰ ਲੱਗਦਾ ਕਿ ਸਾਡੇ ਤੇ ਵੈਸੇ ਹੀ ਦੋਸ਼ ਲਾਇਆ ਮਾਨਹਾਨੀ ਦਾ ਕੇਸ ਕਰ ਦਿਓ ਪਰ ਇੱਕ ਧਿਰ ਕਾਨੂੰਨੀ ਤੌਰ ਤੇ ਕੁਛ ਨਾ ਕੁਛ ਕਰੇ ਜ਼ਰੂਰ ਨਹੀਂ ਨਹੀਂ ਗੱਲ ਤੁਹਾਡੀ ਠੀਕ ਹੈ ਪਰ ਮੈਨੂੰ ਲੱਗਦਾ ਹੁੰਦਾ ਵੀ ਜਿੱਦਾਂ ਤੁਸੀਂ ਇੱਕ ਤਰੀਕ ਦੀ ਗੱਲ ਕੀਤੀ ਨਾ ਵੀ ਹੋਰ ਤਰੀਕ ਦਾ ਕੀ ਬਣੂਗਾ ਉਹ ਤਰੀਕ ਵੀ ਇੱਕ ਦਿਨ ਸੋਧ ਹੁੰਦਾ ਨਾ ਜਦਾਂ ਮਾਲੋ ਹਫਤੇ 'ਚ ਕਈ ਲੋਕਾਂ ਨੇ ਵੈਸੇ ਵੀਰਵਾਰ ਜਾਂ ਮੰਗਲਵਾਰ ਦਾ ਹਿਸਾਬ ਜਰ ਰੱਖਦਾ ਵੀ ਨਹੀਂ 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 ਹੂੰ ਹੂੰ ਅੱਜ ਨਹੀਂ ਹਾਂ ਉਹ ਤੋਂ ਪਹਿਲਾਂ ਵੀ ਚੱਲਦਾ ਹੁੰਦਾ ਉਹਦੇ ਬਾਅਦ ਵੀ ਚੱਲਦਾ ਆਉਂਦਾ ਇਸ ਕਰਕੇ ਉਦਾਂ ਹੀ ਉਹ ਤਰੀਕਾ ਹੁੰਦੀ ਹੈ ਕੋ ਜੋਗਾ ਨਾ ਹੂੰ ਉਹ ਤੋਂ ਪਹਿਲਾਂ ਜਿਆਦਾ ਉਹ ਤੋਂ ਬਾਅਦ ਵੀ ਚੱਲੂਗਾ ਇੱਕ ਗੱਲ ਹੋਰ ਕੀਰੀਵਾਲ ਸਾਹਿਬ ਨੂੰ ਜਿਹੜੀ ਕਹੀ ਉਹ ਦੇਖੋ 360 ਕਰੋੜ ਤੇ ਹੋ ਗਿਆ 270 ਵੀ ਹੋ ਗਏ ਇਹਦੇ ਉਹ ਗੱਲ ਕਰਦੇ ਨੇ ਜਿਹੜਾ ਸੌਦਾ ਸਿਰੇ ਚੜ ਗਿਆ ਉਹ ਕਹਿੰਦਾ ਵੀ 40 ਹੋਰ ਨੇ 800 ਕਰੋੜ ਉਹਨਾਂ ਦਾ ਬਣ ਜਾਂਦਾ 360 400 ਹੋਰ ਪਾ ਲਈ ਇਹਦੇ ਮੈਂ 7750 ਕਰੋੜ ਹੋ ਗਿਆ 7700 ਕਰੋੜ ਕੇ ਦੇ ਰਕਮ ਭਾਈ ਸਾਹਿਬ ਤੁਸੀਂ ਆਪ ਸੋਚੋ ਕਿ ਕਿੰਨਾ ਕੁਛ ਕੀਤਾ ਜਾ ਸਕਦਾ ਕਹਿੰਦੇ ਲੋਕਾਂ ਦਾ ਜੇ ਕਰਨਾ ਹੋਵੇ ਤਾਂ ਮੈਂ ਤੇ ਮੈਂ ਵੇਖ ਕੁਦਰਤੀ ਸੋਚਦਾ ਹੈ ਯਾਰ 270 ਉਹ ਤੇ 40 ਇਹ ਕੀ ਕਰੀ ਸਾਡੀ ਸੋਚ ਖਤਮ ਹੋ ਜਾਂਦੀ 7700 ਕਰੋੜ ਤੇ ਤੁਸੀਂ ਸੋਚਦੇ ਮਹਾਰਾਜ ਧੰਨਵਾਦ ਤੁਹਾਡਾ ਮੈਂ ਤਾਂ ਹੀ ਕਿਹਾ ਵੀ ਉਹ ਲੋਕ ਨਹੀਂ ਕਿ ਯਾਰ 270 ਉਹਨਾਂ ਦੇ ਗਾਂ ਨਿਆਣੇ ਨਹੀਂ ਉਹਨਾਂ ਦਾ ਵਾਲ ਪਰਿਵਾਰ ਨਹੀਂ ਜਾਂ ਜਿਹੜੇ ਹੁਣ 40 ਸੀ ਜਿਨ੍ਹਾਂ ਨੂੰ 20-20 ਮਿਲ ਜਾਣਾ ਸੀ ਜਿਉਂ ਲੈ ਲੈਣੇ ਹੁਣ ਹੀ ਪਤਾ ਨਹੀਂ ਲੈ ਲੈਣ ਕੇ ਨਾਂ ਲੈ ਲੈਣ ਉਹਨਾਂ ਦੇ ਬੱਚੇ ਨਹੀਂ ਉਹਨਾਂ ਦੀਆਂ ਸੱਤ ਪੀੜੀਆਂ ਨਹੀਂ ਦੇ ਮੈਂ ਤਾਂ ਕਹਿਣਾ ਸਾਰੇ ਕਹਿੰਦੇ ਸੀ ਦੇਸ਼ ਦੇ ਵਿੱਚ ਸੰਵਿਧਾਨ ਲਾਗੂ ਹੋ ਗਿਆ ਜੀ ਦੇਸ਼ ਦੇ ਵਿੱਚ ਸਮਾਨਤਾ ਦੇ ਅਧਿਕਾਰ ਹੈ ਹੀ ਨਹੀਂ ਪਤਾ ਕਿਉਂ ਅਰਵਿੰਦ ਕੇਜਰੀਵਾਲ ਨੇ ਆਪਣੀ ਗੱਲ ਦੇ ਵਿੱਚ ਉੱਥੇ ਗਿਆ ਉਹ ਕਹਿੰਦੇ ਜੀ ਦੇਖੋ ਗੱਲ ਇਦਾਂ ਹੈ ਮਹਾਰਾਸ਼ਟਰ ਵਾਲਿਆਂ ਨੂੰ ਦਿੱਤਾ 50-50 ਕਰੋੜ ਆ ਦਿੱਲੀ ਵਾਲਿਆਂ ਨੂੰ 20 ਕਰੋੜ ਦਿੰਦੇ ਆ ਇਹ ਇਹਨਾਂ ਨੇ ਧੱਕਾ ਕਿਉਂ ਹਾਂ ਨਹੀਂ ਠੀਕ ਯਾਨੀ ਮੈਨੂੰ ਤਾਂ ਐਂ ਲੱਗਦਾ ਕਿ ਦਿੱਲੀ 'ਚ ਖਰਚੇ ਵੱਧ ਨੇ ਨਹੀਂ ਤੁਸੀਂ ਦੇਖੋ ਕਿ ਮਹਾਰਾਸ਼ਟਰ ਪਰ ਅਰਵਿੰਦ ਕੇਜਰੀਵਾਲ ਹੁਣਾਂ ਨੂੰ ਕਿੱਥੋਂ ਪਤਾ ਲੱਗਾ ਕਿ 50-50 ਕਰੋੜ ਰੁਪਈਆ ਉੱਥੇ ਦਿੱਤਾ ਜਾਂ 20-20 ਕਰੋੜ ਦਿੱਤਾ ਪਰ ਮੈਂ ਫੇਰ ਕਹਿਣਾ ਇੱਕ ਪਾਸੇ ਤਾਂ ਅਸੀਂ ਕਹਿੰਨੇ ਇੱਕ ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤਰ ਹੈ ਇੱਕ ਪਾਸੇ ਅਸੀਂ ਕਹਿੰਨੇ ਦੁਨੀਆ ਦੇ ਉੱਤੇ ਰਾਜ ਕਰਨਾ ਹੈ ਸਾਡੇ ਕੋਲੇ ਸਭ ਤੋਂ ਵੱਧ ਯੁਵਾਵਾਂ ਦੀ ਫੌਜ ਹੈ ਤੇ ਦੂਸਰੇ ਪਾਸੇ ਆ ਹੋਈ ਕੀ ਜਾਂਦਾ ਮੈਂ ਕਹਿਣਾ ਕਿ ਉਹ 277 ਕਿਹੜੇ ਹੋਣਗੇ ਜਿਨ੍ਹਾਂ ਨੇ ਮੰਡੀ ਦੇ ਵਿੱਚ ਹਨ ਚੌਕ ਦੇ ਵਿੱਚ ਖੜੇ ਹੋ ਕੇ ਆਪਣਾ ਮੁੱਲ ਲਵਾ ਲਿਆ ਕਿ ਭਾਈ ਕੋਈ ਗੱਲ ਨਹੀਂ ਤੁਸੀਂ ਭਾਸਰ ਲੈ ਜਾ ਲੱਗੇ ਤਾਂ ਆ ਯਾਰ ਉਹ ਕੋ ਕਰਨੇ ਆ ਵੀ ਸਵੇਰੇ ਸਵੇਰੇ ਜਿਹੜੇ ਆਮ ਆਪਣੇ ਪਿੰਡਾਂ ਦੇ ਕਿਸਾਨ ਸਬਜ਼ੀ ਲਾਉਂਦੇ ਨੇ ਕਿ ਨਹੀਂ ਜੀ ਟਮਾਟਰ ਲਾਲ ਪਟਮਾਟਰ ਤਾਂ ਜਰੂਰ ਨਹੀਂ ਉਹਨਾਂ ਚ ਟੁੱਟਦੇ ਛੋਟੀ ਸਬਜ਼ੀ ਦਾ ਕੱਦੂ ਲਾ ਲੋ ਜੀ ਥੂੜੀਆਂ ਭਿੰਡੀਆਂ ਹੂੰ ਹੂੰ ਗੋਭੀ ਲਾਲ ਨੇ ਥੋੜੀ ਆਹਾ ਵਿੱਚੋਂ ਮਲਮੜ ਕਲੇਲਾ ਕੋਈ ਜੀ ਉਹ ਜਦੋਂ ਸਾਈਕਲ ਤੇ ਲੱਦ ਕੇ ਦੇ ਉੱਥੇ ਪਤਾ ਖੜਦਣਾ ਦੋ ਕਪੰਡਾ ਹਨਾ ਉਸ ਹਾਬ ਨਾਲ ਜਦੋਂ ਕਹਿੰਦਾ ਵੀ ਅੱਜ ਫਿਰ ਆ ਵੀ ਅੱਜ ਬਹੁਤ ਅੱਤੇ ਵੀ ਕੱਦੂ ਉਪਕੇ ਦੇ ਲੱਭਦੇ ਨੇ ਆ ਤੂੰ ਚੰਗਾ ਕਿਦਾ ਦੋ ਪੰਡਾ ਲੈ ਆ ਹੂੰ ਉਹਨੂੰ ਜਦੋਂ ਰੇਟ ਮਿਲ ਜਾਂਦਾ ਨਾ ਜਿੰਨੀ ਖੁਸ਼ੀ ਉਹਨੂੰ ਹੁੰਦੀ ਆ ਵੀ ਕੱਦੂ ਵੇਚ ਗਈ ਉਨੀ ਖੁਸ਼ੀ ਉਹਨਾਂ ਬੰਦਿਆਂ ਨੂੰ ਹੋਈ ਹਣੀ ਵੀ ਲੈ ਵੇ ਕਦੂ ਵੇ ਗਏ ਨਹੀਂ ਨਹੀਂ ਹੋਸਾਤ ਬਾਕੀ ਦਾ ਦੇ ਕੀ ਕਰਨਾ ਇੱਥੇ ਬਹਿ ਗਏ ਤਨਖਾਹ ਨਾਲ ਬਣਦਾ ਹੀ ਕੁਛ ਆ ਕਰਾ ਦੇਣਾ ਮੈਂ ਗੱਲ ਮੰਨਦੇ ਆ ਮੇਰੀ ਅਜੇ ਮੈਂ ਕਿਹੜਾ ਲੈਣਾ ਵਿੱਚੋਂ ਕੁਝ 5 ਕਰੋੜ ਹੀ ਮਿਲਣਾ ਆਹੋ ਨਹੀਂ ਤੂੰ ਕਿਹੜਾ ਲੈਣਾ ਕਮਿਸ਼ਨ ਵੀ ਕਿਹੜਾ ਕੋਈ ਮਿਲਿਆ ਹੈ ਨਾ ਉਹ 'ਚ ਵੀ 2.5 ਤੇਰਾ ਆ ਦੂਜੀ ਗੱਲ ਸੁਣੋ ਚਾਰ ਮੇਰੇ ਬਣ ਜਾਣਗੇ ਚਾਰ ਤੇ ਤੁਸੀਂ ਇਹ ਸੁਣੋ ਵੀ ਬੰਦਾ ਸੋਇਦਾ ਵੀ ਯਾਰ ਕੱਦੂ ਨਾਲ ਐਮਐਲਏ ਦਾ ਕੀ ਲਿੰਕ ਹ ਹ ਹ ਹੁਣ ਦੀ ਕੱਦੂ ਨਾਲ ਹੀ ਤਾਂ ਲਿੰਕ ਮੈਂ ਉਹੀ ਕਹਿ ਰਿਹਾ ਬੀ ਕੱਦੂ ਵੇਗਿਆ ਤੇ ਵੇਗਿਆ ਹੂੰ ਹੂੰ ਉਹੋ ਜਿਹਾ ਕੱਦੂ ਹੀ ਅਗਲੇ ਦਿਨ ਫੇਰ ਹੋ ਜਾਣਾ ਜੀ ਵੱਲ ਵੀ ਉਹੋ ਹੀ ਸਾਈਕਲ ਵੀ ਉਹੋ ਪੱਲੀ ਵੀ ਉਹੋ ਹੀ ਦਾਤੀ ਵੀ ਉਹੋ ਹੀ ਜੀ ਬੰਡੀ ਵੀ ਉਹ ਹੀ ਇਹ ਮੈਂ ਤਾਂ ਕਹਿਣਾ ਵੀ ਅੱਜ ਤੇ ਉਹਨਾਂ ਨੇ ਕਿਹੜਾ ਵੀ ਪਾਰਟੀ ਛੱਡਤੀ ਆ ਉਦੋਂ ਬਾਅਦ ਉਹਨੇ ਆਖਿਆ ਵੀ ਉਹ ਵੀ ਸਾਡਾ ਬਾਪੂ ਦੇ ਨੇ ਇੰਨੇ ਪੈਸੇ ਲੈ ਕੇ ਮੁੜ ਗਏ ਫੇਰ ਉਹਨੇ ਫੇਰ ਮੂੰਹ ਦੇ ਪੱਟੀ ਬੰਨ ਲੀ ਕਹਿੰਦਾ ਨਾ ਇਹ ਤੋਂ ਬਾਅਦ ਭਾਜਣ ਦੇਣਾ ਨਾ ਰਾਜਨੀਤੀ ਜਾਣਾ ਇਹ ਤਾਂ ਦੀ ਗੱਲ ਹੀ ਕੋਈ ਨਹੀਂ ਅੱਜ ਇਸ ਪਾਰਟੀ ਨੇ 5 ਸਾਲ ਨਿਕਲ ਜਾਣਗੇ ਜਦੋਂ ਵੇਖਣਗੇ ਮਾਹੌਲ ਚਾਲਿਆ ਯਾਰ ਇਹਨਾਂ ਦਾ ਕੰਮ ਠੰਡਾ ਕਰਾ ਦੇ ਚੁੱਲਾ ਠੰਡਾ ਜਾਦਾ ਯਾਰ ਅੱਜ ਰੋਟੀ ਇਹਨੂੰ ਮਿਲਣੀ ਨਹੀਂ ਉਦੋਂ 20 ਕਰੋੜ ਵਾਲਾ ਕੋਰ ਲਾਭਣੇ ਕੀ ਫਰਕ ਪੈਦਾ ਉਦਾਂ ਦਾ ਕਦੋਂ ਫੇਗ ਲੈਣ ਤਿਆਰ ਨਹੀਂ ਗੱਲ ਤਾਂ ਤੁਹਾਡੀ ਠੀਕ ਹੈ ਜੇ ਤਾਂ ਮਹਾਰਾਸ਼ਟਰ ਤੋਂ ਉੱਪਰ ਨੂੰ ਆਉਂਦੇ ਆ ਰੇਟ ਘਟਦਾ ਹੀ ਪੰਜਾਬ ਚ ਆਉਂਦੇ ਤੇ 15 ਕੀ ਰਹਿ ਜਾਣਾ ਫਿਰ ਮਿਲਣ ਲੱਗਦਾ ਜਦ ਮਹਾਰਾਸ਼ਟਰ ਤੇ ਪੰਜਾਬ ਉੱਥੇ 20 ਫਿਰ 15 ਕਸ਼ਮੀਰ ਵਾਲਾਂ ਨੂੰ ਮਿਲਣਾ ਹੀ ਕੱਖ ਨਹੀਂ ਇਹਦਾ ਮਤਲਬ ਉਹ ਫਿਰ 10-5 ਵਾਲੇ 10-5 ਵਾਲੇ ਨਹੀਂ ਚਲੋ ਦਸੀਆਂ ਪੰਜੀਆਂ ਤੋਂ ਅੱਗੇ ਗੱਲ ਚੇਤੇ ਆਈ ਅਰਵਿੰਦ ਕੇਰਿਵਾਲ ਸਾਹਿਬ ਕਹਿੰਦੇ 14 ਘੰਟੇ ਰੇਡ ਕੀਤੀ ਸਸੋਦੀਆ ਤੇ ਕਰੇ ਚੌਣੀ ਨਹੀਂ ਲੱਭ ਅਗਲੇ ਕਹਿੰਦੇ ਸਾਰਾ ਕੁਝ ਹੀ ਤੁਹਾਡੇ ਕੋਲ ਆ। ਨਹੀਂ ਜਵਾਨੇ ਕਰਦਾ ਡੂੰਗੀ ਬੈੱਡ ਥਲੇ ਡਿੱਗਦੀ ਹੁੰਦੀ। ਇਹੋ ਨਹੀਂ ਲੱਭਦੀ। ਨਿਆਣੇ ਨੂੰ ਪੁੱਛੋ ਉਹਨੇ ਕਿੱਥੇ ਰੱਖੀ ਆ। ਅੰਦਰ ਤਾਂ ਨਹੀਂ ਨਿਕਾਲੀ ਗਏ ਤਾਂ ਗਲ ਚ ਨਾ ਫਸ ਜਾਵੇ ਥੱਲੇ ਪਿੱਛੇ ਮਾਰਨੀ ਖੜਕ। ਆ। ਅੱਛਾ ਸੰਦਾੜੀਆਂ ਸਾਫ ਹੋਣ ਚੱਲਦੇ ਆਪਾਂ ਕਿਉਂਕਿ ਪੰਜਾਬ ਦੇ ਵਿੱਚ ਨਾ ਪਿਛਲੇ ਦਿਨੀ ਇੱਕ ਮਾਰਚ ਹੋਇਆ ਸੀ ਕੈਂਡਲ ਮਾਰਚ ਉਹਦੇ ਵਿੱਚ ਤਿੰਨ ਚੀਜ਼ਾਂ ਸਿੱਧੂ ਮੂਸੇਵਾਲੇ ਦੇ ਪਿਤਾ ਜੀ ਹੋਰਾਂ ਨੇ ਕਹੀਆਂ ਸੀ। ਕਿ ਇੱਕ ਤਾਂ ਵਿਦੇਸ਼ ਤੋਂ ਜਿਹੜੇ ਬੰਦੇ ਲੁੜੀਂਦੇ ਨੇ ਮੰਗਵਾਓ। ਦੂਸਰਾ ਉਹਨਾਂ ਨੇ ਕਿਹਾ ਸੀ ਕਿ ਸਿਕਿਉਰਿਟੀ ਵਾਪਸ ਕੇ ਨੇ ਕੀਤੀ ਇੱਕ ਕਮਿਸ਼ਨ ਬਣਾ ਤੀਸਰਾ ਉਹਨੇ ਕਿਹਾ ਸੀ ਕਿ ਭਾਈ ਜਿਹੜੇ ਬੰਦੇ ਨਾ ਇੰਡਸਟਰੀ ਦੇ ਨਾਲ ਗਾਇਕੀ ਦੇ ਨਾਲ ਫਿਲਮ ਇੰਡਸਟਰੀ ਦੇ ਨਾਲ ਜੁੜੇ ਆ ਕਈ ਉਹ ਵੀ ਬੰਦੇ ਇਨਵੋਲਵ ਨੇ ਉਹਨਾਂ ਨੂੰ ਸ਼ਾਮਿਲ ਕਰੋ 1850 ਸਫਿਆਂ ਦਾ ਚਲਾਨ ਪੇਸ਼ ਕੀਤਾ ਚਾਰ ਸ਼ੀਟ ਹੂੰ ਚਾਰ ਸ਼ੀਟ ਪੇਸ਼ ਕਰ ਦਿੱਤੀ 1800 ਤੇ 50 ਸਫਿਆਂ ਦੀ ਅਦਾਲਤ ਮਾਨਸੇ ਦੀ ਚ ਤੇ ਉਹਦੇ ਵਿੱਚ ਹੁਣ ਉਹ ਕਹਿੰਦੇ ਜੀ ਅਸੀਂ 120 22 ਤਾਂ ਗਵਾ ਰੱਖੇ ਆ 20 ਬੰਦੇ ਕਹਿੰਦੇ ਜੀ ਗ੍ਰਿਫਤਾਰ ਕਰ ਲਏ ਆ 8 ਜੇ ਭਗੋੜੇ ਆ ਜਿਹਨਾਂ ਨੂੰ ਫੜਨ ਦੀ ਕੋਸ਼ਿਸ਼ ਕਰ ਰਹੇ ਆ ਚਾਰ ਵਿਦੇਸ਼ਚ ਨੇ ਦੋ ਦਾ ਇਨਕਾਊਂਟਰ ਹੋ ਗਿਆ ਤਿੰਨ ਹਥਿਆਰ ਕਹਿੰਦੇ ਜਿਹੜੇ ਵਰਤੇ ਗਏ ਸੀ ਉਹ ਬਰਾਮਦ ਨੇ ਤੇ ਬਾਕੀ ਇਹ ਵੀ ਉਹਨਾਂ ਨੇ ਕਹਿ ਦਿੱਤਾ ਕਿ ਵਿਦੇਸ਼ੋਂ ਕਿਉਂਕਿ ਉਹਨਾਂ ਚਾਰ ਸ਼ੀਟ ਪੇਸ਼ ਹੋ ਗਈ ਹੈ ਹੁਣ ਕਹਿੰਦੇ ਜੀ ਭਾਰਤ ਸਰਕਾਰ ਨਾਲ ਰਾਬਤਾ ਕਰਕੇ ਅਸੀਂ ਵਿਦੇਸ਼ੋਂ ਬੰਦੇ ਛੇਤੀ ਮੰਗਵਾ ਲਾਂਗੇ ਜਿਨ੍ਹਾਂ ਨੇ ਸਾਜ਼ਿਸ਼ ਘੜੀ ਸੀ ਸਿੱਧੂ ਮੂਸੇ ਵਾਲੇ ਦੇ ਪਰਿਵਾਰ ਦੇ ਕਹਿੰਦੇ ਅਸੀਂ ਇਨ ਟੱਚ ਆ ਤੇ ਅਜੇ ਜਿਹੜੇ 8 ਬੰਦੇ ਪਕੋੜੇ ਨੇ ਉਹਨਾਂ ਨੂੰ ਵੀ ਫੜ ਕੇ ਛੇਤੀ ਅੰਦਰ ਦੇ ਦੇਣਾ ਦੇਖੋ ਗੱਲ ਇਹ ਆ ਵੀ ਕੁਝ ਲੋਕ ਇਹਨਾਂ ਵੇਦਾਂ ਵੀ ਜੋੜ ਰਹੇ ਆ ਵੀ ਕੈਂਡਲ ਮਾਰਚ ਕੀਤਾ ਜਾਂ ਉਹਨਾਂ ਦੇ ਪਰਿਵਾਰ ਵੱਲੋਂ ਕੋਸ਼ਿਸ਼ ਹੋਈ ਵੀ ਕੁਝ ਕੀਤਾ ਜਾਵੇ ਤੇ ਇਸ ਕਰਕੇ ਪੁਲਿਸ ਡਿਪਾਰਟਮੈਂਟ ਨੇ ਪ੍ਰੈਸ ਕਾਨਫਰੰਸ ਕੀਤੀ ਤੇ ਉਹਨੇ ਕਾਹ ਆ ਬਿਆਲੋ ਜੀ ਚਾਰਜ ਪੇਸ਼ ਕਰਦੇ ਆ ਕੁਝ ਬੰਦੇ ਕਹਿੰਦੇ ਆ ਵੀ ਨਹੀਂ ਉਹ ਆਪਣੀ ਤੌਰ ਤੇ ਹੀ ਗੱਲ ਕਰੀ ਜਾਂਦੇ ਸੀ ਇਧਰੋਂ ਤੇ ਕਿਉਂਕਿ ਇੰਨੇ ਦਿਨ ਹੋ ਗਏ ਸੀ ਕਿੱਥੇ ਕਿੱਥੇ ਕਿੰਨੀਆਂ ਸਟੇਟਾਂ ਦੇ ਪੁਲਿਸ ਇਨਵੋਲਵਡ ਸੀ ਕਿੰਨੇ ਬੱਦੇ ਫੜੜੇ ਕਿੰਨੀ ਛਾਣਪੀਣ ਹੋਈ ਇਸ ਕਰਕੇ ਲਗਭਗ ਤਿਆਰੀ ਸੀਗੀ ਪਰ ਆਪਾਂ ਇਹ ਬੇਨਤੀ ਕਰਦੇ ਆ ਵੀ ਚਾਹੇ ਉਹਨਾਂ ਦੇ ਪ੍ਰੈਸ਼ਰ ਕਰਕੇ ਹੋਇਆ ਚਾਹੇ ਇਹਨਾਂ ਨੇ ਗੱਲ ਇਹ ਆ ਵੀ ਇਹ ਚੀਜ਼ ਦਾ ਜਿਹੜਾ ਐਂਡ ਆ ਉਹ ਇਹੋ ਜਿਹਾ ਹੋਵੇ ਵੀ ਇਹ ਚੀਜ਼ ਇੱਥੇ ਰੁਕੇ ਰੋਜ਼ ਆਪਾਂ ਇਹੀ ਬੇਨਤੀ ਕਰਦੇ ਆ ਕਿ ਕਿਸੇ ਵੇਲੇ ਹੁੰਦਾ ਵੀ ਇੱਕ ਘਟਨਾ ਹੋਈ ਫਿਰ ਉਹਦੇ ਵਰਗੀ ਘਟਨਾ ਫਿਰ ਬਾਅਦ ਚ ਹੋਈ ਉਹ ਦੋ ਘਟਨਾਵਾਂ ਹੋਈਆਂ ਫਿਰ ਉਹ ਤੋਂ ਇੱਕ ਵੱਡੀ ਘਟਨਾ ਹੋਈ ਉਹ ਜਿਹੜੀਆਂ ਘਟਨਾਵਾਂ ਦਾ ਲਗਾਤਾਰ ਤਾਲਾ ਕੰਮ ਹੈ ਨਾ ਉਹ ਰੁਕਣਾ ਚਾਹੀਦਾ ਉਹ ਪੁਲਿਸ ਡਿਪਾਰਟਮੈਂਟ ਰੋਕ ਲੇ ਅਦਾਲਤ ਰੋਕ ਲੇ ਸਰਕਾਰਾਂ ਰੋਕ ਲੈਣ ਜਾਂ ਕੋਈ ਸਮਾਜ ਰੋਕ ਲਵੇ ਕਿਸੇ ਤਰ੍ਹਾਂ ਵੀ ਰੁਕ ਜਵੇ ਜਾਂ ਸਾਰੇ ਰੋਕ ਲੈਣ ਨਾਲ ਮਿਲ ਕੇ ਉਹ ਜ਼ਿਆਦਾ ਜ਼ਰੂਰੀ ਹੈ ਪਿਛਲੇ ਤੇ ਨਹੀਂ ਨਾ ਇਹ ਥੋੜੇ ਰੋਕਣ ਵਾਲੀ ਗੱਲ ਦੇ ਵਿੱਚ ਹੀ ਵਾਅਦਾ ਕਰਨ ਲੱਗੇ ਆ ਕਿ ਕੇਂਦਰੀ ਏਜੰਸੀਆਂ ਨੇ ਵੀ ਕਹਿ ਦਿੱਤਾ ਸੀ ਕਿ ਗੈਂਗਸਟਰ ਗੁੰਡੇ ਜਿਹੜੇ ਆ ਉਹ ਇੱਕ ਦੂਜੇ ਤੇ ਹਮਲੇ ਕਰਨਗੇ ਥੋੜੇ ਚੇਤਾ ਨਾ ਰਿਓ ਮਨਦੀਪ ਨਾ ਦਾ ਇੱਕ ਮੁੰਡਾ ਜਿਹੜਾ ਉਹ ਫਿਲੀਪੀਨਸ ਦੇ ਵਿੱਚ ਕਤਲ ਹੋਇਆ ਪੰਜਾਬੀ ਮੁੰਡਾ ਤੇ ਸੋਸ਼ਲ ਮੀਡੀਆ ਦੇ ਉੱਤੇ ਲਾਰੈਂਸ ਗਰੁੱਪ ਨੇ ਤੇ ਦੂਜੇ ਪਾਸੇ 골ਡੀ ਬਰਾਡ ਦੇ ਗਰੁੱਪ ਨੇ ਉਹਦੀ ਜ਼ਿੰਮੇਵਾਰੀ ਲਈ ਕਹਿੰਦੇ ਜੀ ਅਸੀਂ ਮਾਰਿਆ ਉੱਥੇ ਇਹ ਬੰਬੀਹਾ ਗੈਂਗ ਚਲਾਉਂਦਾ ਸੀ ਕਹਿੰਦੇ ਉਨੇ ਇੱਕ ਪਾਸੇ ਬੰਬੀਹਾ ਗਿਆ ਹੈਗਾ ਦੂਜੇ ਪਾਸੇ ਲਾਰੈਂਸ ਗਿਆ ਹੈਗਾ ਹੁਣ ਆਪਾਂ ਨੂੰ ਲੱਗਦਾ ਸੀ ਜੇਲ੍ਹਾਂ ਦੇ ਵਿੱਚ ਵੀ ਇਹਨਾਂ ਦੇ ਜਿਹੜੇ ਬੰਦੇ ਦੋਨਾਂ ਧਿਰਾਂ ਦੇ ਪੰਦ ਨੇ ਤੇ ਆਪਸ ਵਿੱਚ ਲੜਦੇ ਪਿੱਟਦੇ ਰਹਿੰਦੇ ਆ ਹੁਣ ਤੁਸੀਂ ਦੇਖੋ ਕਿ ਜਿਹੜੇ ਬੰਦੇ ਦੇ ਉੱਤੇ ਉਹਨਾਂ ਨੇ ਸਾਨੂੰ ਨਹੀਂ ਪਤਾ ਕਿ ਇਹ ਕੰਮ ਇਦਾਂ ਚੱਲਦਾ ਸੀ ਤੇ ਸੋਸ਼ਲ ਮੀਡੀਆ ਦੀ ਪੋਸਟ ਹੈ ਜੇ ਵਿਦੇਸ਼ਾਂ ਤੱਕ ਇਹ ਅੱਗ ਪਹੁੰਚ ਗਈ ਹੈ ਸਾਡਾ ਅਕਸ ਕਿੱਧਰਲੇ ਪਾਸੇ ਨੂੰ ਜਾਂਦਾ ਹੈ ਜ਼ਰੂਰੀ ਹੈ ਕਿ ਅਸੀਂ ਇਸ ਮੁੱਦੇ ਦੇ ਉੱਤੇ ਬੜੀ ਗੰਭੀਰਤਾ ਦੇ ਨਾਲ ਵਿਚਾਰ ਕਰੀਏ ਇੱਕ ਗੱਲ ਇੱਥੇ ਹੋਰ ਪਿਛਲੇ ਦਿਨੀ ਇੱਕ ਸੰਗੀਤਕਾਰ ਕਹਿ ਲਓ ਸੰਗੀਤ ਜਗਤ ਦੇ ਨਾਲ ਜੁੜਿਆ ਬੰਦਾ ਕਹਿ ਲਓ ਉਨੇ ਕਿਆ ਸੀ ਕਿ ਮੈਂ ਸਿੱਧੂ ਮੂਸੇ ਵਾਲੇ ਦਾ ਦੋਸਤ ਅmber ਨੂੰ ਇੱਕ ਗੀਤ ਰਿਲੀਜ਼ ਕਰਨਾ ਜਾਂਦੀ ਵਾਰ ਹੂੰ ਤੇ ਗੀਤ ਦੇ ਵਿੱਚ ਉਹ ਕਹਿੰਦੇ ਅਫਸਾਨਾ ਖਾਂਦੇ ਵੀ ਬੋਲਨੇ ਹੁਣ ਸਿੱਧੂ ਮੂਸੇ ਵਾਲੇ ਦੇ ਪਰਿਵਾਰ ਨੇ ਕਿਹਾ ਕਿ ਨਹੀਂ ਜੀ ਸਾਡੀ ਸਹਿਮਤੀ ਨਹੀਂ ਇਹ ਵਪਾਰਕ ਕਾਨੂੰਨ ਦੀ ਉਲੰਘਣਾ ਵੀ ਹੈ ਤੂੰ ਗੀਤ ਨਾ ਰਿਲੀਜ਼ ਕਰੀ ਕਹਿੰਦੇ ਉਹਦੇ ਕਤਲ ਤੋਂ ਤਿੰਨ ਚਾਰ ਦਿਨ ਬਾਅਦ ਵੀ ਉਹ ਰਿਲੀਜ਼ ਕਰਨ ਲੱਗੇ ਸੀ ਉਦੋਂ ਵਾਇਸ ਨੋਟ ਭੇਜਿਆ ਸੀ ਸਿੱਧੂ ਮੂਸੇ ਵਾਲੇ ਦੇ ਪਿਤਾ ਬਲਕੌਰ ਸਿੰਘ ਨੇ ਕਿ ਭਾਈ ਇਹ ਕੰਮ ਨਾ ਕਰੀ ਹੁਣ ਵੀ ਉਹਨਾਂ ਨੇ ਕਿਹਾ ਕਿ ਜੇ ਸਾਡੀ ਸਹਿਮਤੀ ਤੋਂ ਬਿਨਾ ਪ੍ਰਬੰਧਕੀ ਤੋਂ ਬਿਨਾ ਸਿੱਧੂ ਮੂਸੇਵਾਲਾ ਦਾ ਗੀਤ ਰਿਲੀਜ਼ ਕੀਤਾ ਤੇ ਅਸੀਂ ਬਿਲਕੁਲ ਕਾਨੂੰਨੀ ਤੌਰ ਦੇ ਉੱਤੇ ਤੇਰੇ ਤੇ ਭਾਈ ਕਾਰਵਾਈ ਕਰਾਂਗੇ ਹੁਣ ਪਿੱਛੇ ਕਹਾਣੀ ਕੀ ਉਹਨੇ ਵੀ ਕਿਹਾ ਸੀ ਕਿ ਇਸ ਗੀਤ ਦੇ ਵਿੱਚੋਂ ਜਿੰਨੇ ਪੈਸੇ ਵਟੇ ਜਾਣਗੇ ਉਹਦਾ ਇੰਨਾ ਹਿੱਸਾ ਸਿੱਧੂ ਮੂਸੇਵਾਲਾ ਦੇ ਪਰਿਵਾਰ ਨੂੰ ਵੀ ਜਾਊਗਾ ਪਰ ਹੁਣ ਰੌਲਾ ਪੈ ਗਿਆ ਨਾਲ ਹੀ ਸਿੱਧੂ ਮੂਸੇਵਾਲਾ ਦੇ ਪਿਤਾ ਜੀ ਨੇ ਪਿਛਲੇ ਦਿਨੀ ਕਿਹਾ ਸੀ ਕਿ ਕੁਝ ਲੋਕ ਇਨਵੋਲਵ ਨੇ ਇੰਡਸਟਰੀ ਦੇ ਨਾਲ ਸੰਬੰਧਿਤ ਹੁਣ ਇਹ ਵੀ ਪਤਾ ਲੱਗਿਆ ਕਿ ਅਜੇ ਨਾਮ ਤਾਂ ਨਹੀਂ ਪੁਲਿਸ ਨੇ ਨਸ਼ਰ ਕੀਤੇ ਪਰ ਦੋਕ ਬੰਦੇ ਉਹਨਾਂ ਨੇ ਥੋੜੇ ਜਿਹਾ ਮਾਰਕ ਕਰ ਲਏ ਆ ਕਿਉਂਕਿ ਸਿੱਧੂ ਮੂਸੇ ਵਾਲੇ ਦੇ ਪਤਾ ਦਾ ਵੀ ਕਹਣਾ ਹੈ ਕਿ ਸ਼ੁਰੂ ਦੇ ਵਿੱਚ ਸਿੱਧੂ ਜਿਹਦੇ ਨਾਲ ਰਲਿਆ ਰਲ ਕੇ ਸਟੇਜ ਸ਼ੋਅ ਕੀਤੇ ਗੀਤ ਕੀਤੇ ਕਿ ਉਹਨਾਂ ਨਾਲ ਬਾਅਦ ਵਿੱਚ ਖਟਪੜੀ ਹੋ ਗਈ ਸੀ ਕਿਉਂਕਿ ਕਮਾਈ ਦਾ ਬਹੁਤਾ ਹਿੱਸਾ ਉਹ ਲੈ ਜਾਂਦੇ ਸੀ ਤੇ ਉਹਨਾਂ ਨੇ ਬਾਅਦ ਵਿੱਚ ਧਮਕੀਆਂ ਧੁਮਕੀਆਂ ਦੇਣੀਆਂ ਦੌਣੀਆਂ ਸ਼ੁਰੂ ਕੀਤੀਆਂ ਇਹ ਵੀ ਦੱਸਿਆ ਜਾਂਦਾ ਕਿ ਚੈਲੰਜ ਵੀ ਕਰਿਆ ਹੋਇਆ ਸੀ ਕਿ ਭਾਈ ਕੈਨੇਡਾ ਸ਼ੋਅ ਕਰਕੇ ਦਿਖਾ ਹੁਣ ਜੇ ਸੱਚੀ ਮੁੱਚੀ ਇੰਡਸਟਰੀ ਦੇ ਇੱਕ ਦੋ ਬੰਦੇ ਇਹਦੇ ਵਿੱਚ ਕਿਉਂਕਿ ਇੱਕ ਤਾਂ ਪਿਛਲੇ ਦਿਨੀ ਉਹਨਾਂ ਨੇ ਇੰਡੀਕੇਸ਼ਨ ਵੀ ਦਿੱਤੀ ਸੀ ਕਿ ਆਪਣੇ ਆਪ ਨੂੰ ਕਲਾਕਾਰ ਆ ਘਾਉਂਦਾ ਹੀ ਤੇ ਉਹ ਜਿਹੜਾ ਆ ਕਹੌਣ ਵਾਲਾ ਬੰਦਾ ਹੁਣ ਕਹਿੰਦੇ ਆ ਜੀ ਉਧਰਲੇ ਪਾਸੇ ਨੂੰ ਵੀ ਜਾਂਚ ਪੜਤਾਲ ਦਾ ਕੰਮ ਚੱਲ ਪਿਆ ਸਿੱਧੂ ਮੂਸੇਵਾਲੇ ਦੇ ਪਤਾਂ ਨੇ ਸ਼ਿਕਾਇਤ ਦੇ ਦਿੱਤੀ ਸੀ ਕਿ ਭਾਈ ਸਾਨੂੰ ਆ ਲੱਗਦਾ ਹੁਣ ਜੇ ਗੱਲ ਉਧਰਲੇ ਪਾਸੇ ਨੂੰ ਤੁਰਪੀ ਤਾਂ ਸੰਧਾਲੀਆ ਸਭ ਇਹ ਤਾਂ ਬੜੀ ਅਜੀਬੋ ਗਰੀਬ ਗੱਲ ਹਾਂ ਜੇ ਕੋਈ ਬੰਦਾ ਠੀਕ ਨਹੀਂ ਕਾਨੂੰਨ ਦੀ ਉਲੰਘਣਾ ਉਹਨੇ ਕੀਤੀ ਆ ਠੋਕ ਵਜਾ ਕੇ ਸਜ਼ਾਵਾ ਚਾਹੀਦੀਆਂ ਚਾਹੀਦੀਆਂ ਕਿਉਂ ਨਹੀਂ ਪਰ ਜਿਨ੍ਹਾਂ ਨੂੰ ਲੋਕ ਆਦਰਸ਼ ਮੰਨਦੇ ਆ ਜਿਨ੍ਹਾਂ ਦੇ ਨਾਂ ਬਾਹਾਂ ਤੇ ਲਿਖਾਈ ਫਿਰਦੇ ਆ ਜਿਨ੍ਹਾਂ ਨੂੰ ਸੁਣਨ ਦੇ ਲਈ ਟਿਕਟਾਂ ਖਰਚਦੇ ਆ ਜੋ ਇਦਾਂ ਦੇ ਕੰਮਾਂ ਦੇ ਵਿੱਚ ਇਨਵੋਲ ਹੋਣਗੇ ਤਾਂ ਫਿਰ ਤਾਂ ਕੰਮ ਖਰਾਬ ਹੋ ਜਾਊਗਾ ਇੱਕ ਇੱਕ ਗੱਲ ਆਪਾਂ ਇਹ ਵੀ ਬੇਨਤੀ ਕਰਦੇ ਆ ਮੇਰਾ ਖਿਆਲ ਉਹ ਤਾਂ ਚਲੋ ਉਸ ਮੁੱੱਚੀ ਦੁਨੀਆ 'ਚ ਵਾਸਤੇ ਪੰਜਾਬੀਆਂ ਨੂੰ ਬੇਨਤੀ ਆ ਵੀ ਜਦੋਂ ਆਪਾਂ ਸੰਗੀਤ ਜਗਤ ਦੀ ਗੱਲ ਕਰਦੇ ਆ ਜੀ ਸੰਗੀਤ ਕਹਿੰਦੇ ਵੀ ਰੂਹ ਦੀ ਖੁਰਾਕ ਆ ਹੁਣ ਜਿਹੜੀ ਚੀਜ਼ ਰੂਹ ਦੀ ਖੁਰਾਕ ਆ ਉਸ ਰੂਹ ਦੀ ਖੁਰਾਕ ਦੇ ਵਿੱਚ ਕੰਮ ਕਰਨ ਵਾਲੇ ਬੰਦੇ ਜਾਂ ਉਹਨੂੰ ਸੁਣਾਉਣ ਵਾਲੇ ਜਾਂ ਪਚਾਉਣ ਵਾਲੇ ਬੰਦੇ ਉਹ ਜਿਹੇ ਇਸ ਤਰ੍ਹਾਂ ਦੇ ਕਮਾਂਕਾਰਾਂ ਦੇ ਵਿੱਚ ਇਨਵੋਲ ਜਨੇ ਜਾਂ ਇਹੋ ਜੇ ਕਮਾਂ ਨੂੰ ਅੰਜਾਮ ਦੇਣ ਵਾਲੇ ਬੰਦਿਆਂ ਦੇ ਨਾਲ ਇਨਵੋਲ ਨੇ ਤੇ ਫਿਰ ਕਿੰਨੀ ਕੁ ਉਹਨਾਂ ਦੀ ਰੂਹ ਦੇ ਵਿੱਚੋਂ ਰੂਹ ਦੀ ਖੁਰਾਕ ਨਿਕਲਦੀ ਹੋਊਗੀ ਸੋਚਣ ਵਾਲੀ ਗੱਲ ਐ ਸੋ ਅਸੀਂ ਇਹੋ ਬੇਨਤੀ ਕਰਦੇ ਵੀ ਜਿੰਨੇ ਛੇਤੀ ਮੇਰੇ ਖਿਆਲ ਸਿਆਣੇ ਸਿਰ ਉਹਨਾਂ ਦੇ ਵਿੱਚ ਵੀ ਹੈਗੇ ਨੇ ਕਲਾਕਾਰ ਭਾਈਚਾਰੇ 'ਚ ਬਹੁਤ ਸੀਨੀਅਰ ਲੋਕ ਬੈਠੇ ਨੇ ਮੇਰੇ ਖਿਆਲ ਉਹਨਾਂ ਦੀ ਜ਼ਿੰਮੇਵਾਰੀ ਬਣਦੀ ਐ ਕਿਉਂਕਿ ਉਹ ਸੰਗੀਤ ਜਗਤ ਦੇ ਵੱਡੇ ਲੋਕ ਨੇ ਉਹਨਾਂ ਤੋਂ ਵੀ ਮੇਰੇ ਖਿਆਲ ਅੱਗੇ ਆਉਣਾ ਚਾਹੀਦਾ ਵੀ ਤਾਂ ਜੋ ਜਿਹੜੀ ਨਵੀਂ ਪੀੜ੍ਹੀ ਐ ਉਹ ਉਸ ਪਾਸੇ ਫਸ ਕੇ ਜਿਹੜਾ ਅਸਲ ਦੇ ਵਿੱਚ ਵਾਕਿਆ ਪੰਜਾਬੀ ਸੰਗੀਤ ਐ ਉਹਦੇ ਨਾਲ ਜੁੜ ਤੇ ਲੋਕਾਂ ਨੂੰ ਵੀ ਆਉਣ ਵਾਲੇ ਟਾਈਮ ਦੇ ਵਿੱਚ ਵਾਕਿਆ ਰੂਹ ਦੀ ਖੁਰਾਕ ਮਿਲੇ ਉਹਨਾਂ ਨੂੰ ਉਹ ਨਾ ਮਿਲੇ ਵੀ ਭਾਈ ਸਾਹਿਬ ਇੱਥੇ ਪਟਾਕੇ ਪੈ ਗਏ ਤੇ ਉੱਥੇ ਪੈ ਗਏ ਤੇ ਇਹਨਾਂ ਨੂੰ ਕਿਹਾ ਹੀ ਤੇ ਉਹਨੇ ਉਹਨੂੰ ਕਿਹਾ ਹੀ ਜੇ ਤੇ ਇਹੋ ਕੋ ਚੱਲੀ ਜਾਣਾ ਉਹਦੇ ਵਿੱਚ ਅੱਜ ਕਹਿ ਲੋ ਕੱਲ ਕਹਿ ਲੋ ਪਰਸੋਂ ਕਹਿ ਲੋ ਉਹ ਅੱਗ ਹਰੀਖ ਦੇ ਘਰ ਤੱਕ ਪਹੁੰਚਣੀ ਨੁਕਸਾਨ ਹੀ ਹੈ ਸੰਧਾਲੀਆ ਸਾਹਿਬ ਸਿੱਧਾ ਜਾਨੀ ਕਿ 100% ਦੀ ਜਿਹਨੂੰ ਕਹੀਦਾ ਹੁੰਦਾ ਨਾ ਕਿ ਨਿਰਾਈ ਨੁਕਸਾਨ ਹੈ ਹੂੰ ਦੂਸਰੇ ਪਾਸੇ ਸੁਖਬੀਰ ਸਿੰਘ ਬਾਦਲ ਸਾਹਿਬ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਉਹਨਾਂ ਨੇ 500 ਕਰੋੜ ਦੇ ਕਪੜੇ ਦਾ ਦੋਸ਼ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਲਾਇਆ ਸੀ ਐਕਸਾਈਜ਼ ਪਾਲਿਸੀ ਦੇ ਵਿੱਚ ਨਾਲ ਹੀ ਉਹਨਾਂ ਨੇ ਕਹਿ ਸੀ ਕਿ ਕੋਟਕਪੂਰਾ ਕਾਂਡ ਦੇ ਵਿੱਚ ਕੋਈ ਲੈਣ ਦੇਣ ਵਾਲੀ ਗੱਲ ਨਹੀਂ ਇਦਾਂ ਦੀ ਕੋਈ ਅਸੀਂ ਗੋਲੀ ਦਾ ਆਰਡਰ ਨਹੀਂ ਦਿੱਤਾ ਐਸ ਡੀ ਐਮ ਸਾਹਿਬ ਨੇ ਖੁਦ ਮੰਨਿਆ ਕਿ ਉਹਨਾਂ ਨੇ ਆਰਡਰ ਦਿੱਤਾ ਬਾਕੀ ਮੈਨੂੰ ਸੱਧਿਆ ਸਮਨ ਜੇ ਮਿਲ ਨਹੀਂ ਜਦੋਂ ਮਿਲ ਜਾਣਗੇ ਤਾਂ ਚਲੇ ਜਾਵਾਂਗੇ ਕੋਈ ਗੱਲ ਹੀ ਨਹੀਂ ਕਹਿੰਦੇ ਇਦਾਂ ਦੀ ਤੇ ਜਦੋਂ ਉਹਨਾਂ ਨੇ 500 ਕਰੋੜ ਵਾਲਾ ਰੌਲਾ ਪਾ ਦਿੱਤਾ ਸੀ ਤੇ ਹੁਣ ਮੂਰਿਓ ਪਲਟਵਾਰ ਹੋ ਗਿਆ ਵੈਸੇ ਆਪਾਂ ਬਾਰ ਬਾਰ ਕਹਿੰਨੇ ਹੁਣ ਕਿ ਠੀਕ ਹੈ ਪ੍ਰੈਸ ਕਾਨਫਰੰਸਾਂ ਕਰਨੀਆਂ ਜੀ ਸਦਕੇ ਕਰੋ ਸਾਨੂੰ ਤਾਂ ਖਬਰਾਂ ਹੀ ਫੇ ਮਿਲਦੀਆਂ ਤੇ ਪਰ ਕਾਨੂੰਨੀ ਤੌਰ ਦੇ ਉੱਤੇ ਜਿਹੜਾ ਦੋਸ਼ ਨਾ ਨਹੀਂ ਉਹਨੂੰ ਕਾਨੂੰਨੀ ਰੂਪ ਦਿਓ ਹੁਣ ਕੁਲਦੀਪ ਸਿੰਘ ਢਾਲੀਵਾਲ ਮਨਿਸਟਰ ਨੇ ਉਹ ਕਹਿੰਦੇ ਜੀ ਦੇਖੋ 7.5 ਸਾਲ ਹੋ ਗਿਆ ਵਿੱਚੋਂ 2.5 ਸਾਲ ਅਕਾਲੀਆਂ ਦੀ ਸਰਕਾਰ ਰਹੀ 5 ਸਾਲ ਕਾਂਗਰਸੀਆਂ ਦੀ ਸਰਕਾਰ ਰਹੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਤੇ ਉਹਦੇ ਤੋਂ ਬਾਅਦ ਗੋਲੀ ਕਾਂਡ ਦੇ ਨਾਲ ਸੰਬੰਧਿਤ ਜਿਹੜੇ ਮੁੱਦੇ ਜੁੜੇ ਨੇ ਇਨਸਾਫ ਨਹੀਂ ਮਿਲਿਆ ਹੁਣ ਕਹਿੰਦੇ ਮੈਂ ਦੂਜੇ ਪਾਸੇ ਆਉਣਾ ਉਹ ਕਹਿੰਦੇ ਜੀ ਦੇਖੋ ਪਹਿਲੀ ਗੱਲ ਤਾਂ ਇਹ ਹੈ ਕਿ ਜਿੱਥੇ ਬੇਅਦਬੀ ਹੋਈ ਸੀ ਗੋਲੀ ਕਾਂਡ ਹੋਇਆ ਸੀ ਪੰਥ ਦੇ ਨਾਂ ਤੇ ਅਕਾਲੀ ਦਲ ਨੇ ਸਾਰੀ ਉਮਰ ਵੋਟਾਂ ਮੰਗੀਆਂ ਉਥੇ ਕਿਉਂ ਨਾ ਗਏ ਥੋਡੀ ਸਰਕਾਰ ਸੀ ਮੁੱਖ ਮੰਤਰੀ ਉਪ ਮੁੱਖ ਮੰਤਰੀ ਤੁਸੀਂ ਸੀ ਦੂਸਰਾ ਉਹ ਕਹਿੰਦੇ ਜੀ ਗ੍ਰਹਿ ਮੰਤਰੀ ਸੀਗੇ ਤੁਸੀਂ ਪੁਲਿਸ ਤੁਹਾਡੇ ਦੀ ਹਿੰਸੀ ਤੁਸੀਂ ਦੱਸੋ ਗੋਲੀ ਦਾ ਹੁਕਮ ਕਿਨੇ ਦਿੱਤਾ ਕਿਨੇ ਚਲਾਈ ਹੈ ਗੋਲੀ ਥੋਡੀ ਡਿਊਟੀ ਬਣਦੀ ਸੀ ਜ਼ਿੰਮੇਵਾਰੀ ਬਣਦੀ ਸੀ ਤੁਸੀਂ ਦੱਸੋ ਤੇ ਨਾਲ ਹੀ ਉਹ ਕਹਿੰਦੇ ਜੀ ਸੰਮਨ ਹੀ ਨਹੀਂ ਅਜੇ ਤਾਂ ਅਸੀਂ ਤਾਂ ਕੇਸ ਹੁਣ ਧੁਰ ਲਾਉਣਾ ਅਸੀਂ ਤਾਂ ਪੰਜਾਬ ਦੇ ਲੋਕਾਂ ਨਾਲ ਵਾਅਦਾ ਕੀਤਾ ਹੈ ਅਸੀਂ ਵਿਸ਼ਵਾਸ ਘਾਤ ਨਹੀਂ ਕਰਦੇ ਇਹ ਸੰਮਨ ਤਾਂ ਦੀ ਸ਼ੁਰੂਆਤ ਹੈ ਜਿਸ ਤਰੀਕੇ ਦੇ ਨਾਲ ਉਹਨਾਂ ਨੇ ਸਵਾਲ ਕੀਤੇ ਵਹਿ ਭਾਸ਼ਾ ਚੰਗੀ ਰੱਖੀ ਉਹਨਾਂ ਨੇ ਕੁਲਦੀਪ ਸਿੰਘ ਢਾਲੀ ਵਾਲ ਹੋਰਾਂ ਨੇ ਪਰ ਗੱਲ ਹੋਰ ਪਾਸੇ ਨੂੰ ਵਗਦੀ ਜਾਂਦੀ ਹੈ ਅਸੀਂ ਜ਼ਰੂਰ ਚਾਹੁੰਦੇ ਹਾਂ ਕਿ ਇਹਨੂੰ ਕਾਨੂੰਨੀ ਰੂਪ ਦਿਓ ਭਾਈ ਇਹੋ ਜਿਆਦਾ ਵਧੀਆ ਕਿਉਂਕਿ ਦੇਖੋ ਜੇ ਤੇ ਸ਼ਬਦੀ ਲੜਾਈ ਲੜਨੀ ਹੈ ਤੇ ਉਹ ਤੇ ਲੜੀ ਜਾ ਰਹੀ ਹੈ ਜੀ ਪਹਿਲਾਂ ਸੁਖਵੀਰ ਸਿੰਘ ਬਾਦਲ ਸਾਹਿਬ ਨੇ ਕਿਹਾ ਉਸ ਤੋਂ ਬਾਅਦ ਪਹਿਲਾਂ ਉਧਰੋਂ ਉਹਨਾਂ ਦੇ ਸਪੋਕਸਪਰਸਨ ਦਾ ਬਿਆਨ ਆਇਆ ਫਿਰ ਹੁਣ ਢਾਲੀਵਾਲ ਸਾਹਿਬ ਨੇ ਪ੍ਰੈਸ ਕਾਨਫਰੰਸ ਕਰਤੀ ਢਾਲੀਵਾਲ ਸਾਹਿਬ ਨੇ ਜਿਹੜੀ ਗੱਲ ਕਹੀ ਵੀ ਯਾਰ ਐਸ ਡੀ ਐਮ ਜਾਂ ਲੋਕਲ ਐਸ ਪੀ ਥੋੜਾ ਉੱਥੇ ਕਹਿਦਾ ਹੁੰਦਾ ਗੋਲੀ ਚਲਾਉਣ ਬਾਰੇ ਉਹ ਤਾਂ ਮੁੱਖ ਮੰਤਰੀ ਉਪ ਮੁੱਖ ਮੰਤਰੀ ਦਾ ਹੁਕਮ ਹੁੰਦਾ ਉਧਰੋਂ ਵਿਰਸਾ ਸਿੰਘ ਵਲਟੋਆ ਸਾ ਕਿ ਉਹ ਜਦੋਂ ਮੰਦਰ ਦੇ ਬਾਹਰ-ਬਾਰ ਝੜਪ ਹੁੰਦੀ ਹੈ ਜੀ ਉਹ ਕਹਿੰਦੇ ਵੀ ਉੱਥੇ ਕਿੰਨੇ ਨਹੀਂ ਵੇਖੀ ਏਕੇ 47 ਚੱਲਦੀ ਤਾਂ ਨੂੰ ਹੂੰ ਹੂੰ ਉਹ ਏਕੇ 47 ਤਾਂ ਨੂੰ ਕਰਕੇ ਚਲਾਉਣ ਦਾ ਹੁਕਮ ਫਿਰ ਉਹਨ ਮੱਖ ਮੰਤਰੀ ਸਾਹਿਬ ਨੇ ਦਿੱਤਾ ਸੀ ਉਹ ਭਗਵੰਤ ਸਾਹਿਬ ਦੀ ਵਾਰੀ ਸਵਾਲ ਕਰੀ ਜਾਂਦੇ ਹੁਣ ਗੱਲ ਉੱਥੇ ਹੀ ਹੋਈ ਆ ਗਈ ਵੀ ਜੇ ਤੇ ਸਵਾਲੋ ਸਵਾਲੀ ਭੜਨਾ ਉਹ ਵੀ ਪ੍ਰੈਸ ਦੇ ਵਿੱਚ ਜਾਂ ਵੀਡੀਓ ਦੇ ਵਿੱਚ ਤੇ ਫਿਰ ਉਹਦੇ 'ਚ ਤੇ ਆਪਾਂ ਇਹ ਕਹਿ ਸਕਦੇ ਆਂ ਵੀ ਉਹ ਬਿਆਨ ਵੀ ਕਦੀ ਮੁੱਕਦੇ ਹੁੰਦੇ ਜਾਂ ਜਿਰਾ ਵੀ ਕਦੀ ਮੁੱਕਦੀ ਹੁੰਦੀ ਗੱਲ ਤੇ ਆ ਵੀ ਜਿਹੜੀ ਚੀਜ਼ ਸੱਚ ਆ ਜਿਹੜੀ ਚੀਜ਼ ਸਹੀ ਆ ਉਹ ਲੋਕਾਂ ਦੇ ਸਾਹਮਣੇ ਆਵੇ ਜੀ ਜੇ ਉਹਨੂੰ ਲਟਕਾਈ ਜਾਣਾ ਆਪਾਂ ਲਟਕਾਈ ਜਾਣਾ ਕੌਣ ਸੱਚਾ ਕੌਣ ਝੂਠਾ ਮੈਂ ਝੂਠਾ ਉਹ ਸੱਚਾ ਆ ਉਹ ਝੂਠਾ ਮੈਂ ਸੱਚਾ ਇਹ ਪੀ ਤੇ ਕਈ ਸਾਲ ਲੰਘ ਜਾਂਦੇ ਅੱਗੇ ਕਈ ਕੇਸਾਂ ਚ ਲੰਘੇ ਹੀ ਆ ਦੇਖੋ ਜੀ ਸੱਚ ਤਾਂ ਇੱਕੋ ਹੀ ਚੀਜ਼ ਆ ਸਾਨੂੰ ਨਹੀਂ ਪਤਾ ਕਿਹਨੇ ਕਰਾਈ ਕਿਹਨੇ ਚਲਾਈ ਕਿਹਨੇ ਹੁਕਮ ਦਿੱਤਾ ਉਹ ਤਾਂ ਜਾਂਚ ਪੜਤਾਲ ਦਾ ਵਿਸ਼ਾ ਹੈ ਅਦਾਲਤਾਂ ਨੇ ਫਿਰ ਤੈਅ ਕਰਨਾ ਪਰ ਇੱਕ ਗੱਲ ਸੱਚੀ ਆ ਕਿ ਬਦਬੀ ਹੋਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਇਹ ਵੀ ਗੱਲ ਸੱਚੀ ਆ ਕਿ ਸ਼ਾਂਤ ਬੈਠੀਆਂ ਸੰਗਤਾਂ ਦੇ ਉੱਤੇ ਲਾਠੀ ਚਾਰਜ ਗੋਲੀ ਚੱਲੀ ਤੇ ਜਿਹੜਾ ਵੀ ਦੋਸ਼ੀ ਹੈ ਜਿੱਥੇਕ ਵੀ ਹੈ ਥੱਲੇ ਹੈ ਉੱਪਰ ਹੈ ਜਿੱਧਰਲੇ ਪਾਸੇ ਮਰਜੀ ਹੈ ਉਹ ਸਾਰਾ ਕੁਝ ਨਿਕਲ ਕੇ ਸਾਹਮਣੇ ਆਉਣਾ ਚਾਹੀਦਾ ਸੰਗਤ ਨੂੰ ਇਸ ਗੱਲ ਦੇ ਨਾਲ ਦੁਨੀਆ ਪਰਚ ਬੈਠੀ ਸੰਗਤ ਨੂੰ ਕੋਈ ਲੈਣਾ ਦੇਣਾ ਨਹੀਂ ਕਿ ਕਿਹੜਾ ਬੰਦਾ ਅੰਦਰ ਜਾਵੇ ਕਿਹੜਾ ਬੰਦਾ ਬੇਦੋਸ਼ਾ ਸਾਬਤ ਹੋਵੇ ਇਸ ਗੱਲ ਦੇ ਨਾਲ ਲੈਣਾ ਦੇਣਾ ਕਿ ਇਨਸਾਫ ਮਿਲੇ ਸਾਜ਼ਿਸ਼ ਘੜੇ ਸਾਹਮਣੇ ਆਉਣੇ ਚਾਹੀਦੇ ਆ ਬਿਲਕੁਲ ਜੀ ਚਲੋ ਆਪਾਂ ਬੇਨਤੀ ਕਰਦੇ ਆਂ ਵੀ ਇਸ ਚੀਜ਼ ਦਾ ਕੋਈ ਨਾ ਕੋਈ ਸਵਿਰਤਦਾ ਨਾ ਹੱਲ ਹੋ ਜੂਗਾ ਜਾਂਦੇ ਜਾਂਦੇ ਬੀਬੀ ਸੁਨਾਲੀ ਫੋਕੜ ਦੀ ਗੱਲ ਕਰਨੀ ਉਹਨਾਂ ਦੀ ਵੀ ਕਰਨੀ ਹੈ ਇੱਕ ਮੈਨੂੰ ਲੱਗਦਾ ਸੀ ਕਿ ਉਹ ਸਮਝੌਤਾ ਉਹ ਉਹਦੀ ਵੀ ਗੱਲ ਜਿਹੜੀ ਜ਼ਰੂਰ ਦੇਖੋ ਇੰਡਸਟਰੀ ਲੜਿੰਦੀ ਹੈ ਸਰਕਾਰ ਬਾਦਲ ਸਾਹਿਬ ਦੀ ਸਰਕਾਰ ਵੀ ਨਿਵੇਸ਼ਕ ਸੰਮੇਲਨ ਕਰਦੀ ਸੀ ਕੈਪਟਨ ਸਾਹਿਬ ਦੀ ਸਰਕਾਰ ਵੀ ਕਰਦੀ ਸੀ ਚੰਨੀ ਸਾਹਿਬ ਦੀ ਸਰਕਾਰ ਵੀ ਭਗਵੰਤ ਮਾਨ ਸਾਹਿਬ ਦੀ ਸਰਕਾਰ ਕਰਨ ਲੱਗੀ ਹੈ ਬਹੁਤ ਵਧੀਆ ਹਮ ਇੰਡਸਟਰੀ ਪੰਜਾਬ ਚ ਆਵੇ ਬਸ ਇੱਕੋ ਗੱਲ ਦਾ ਖਿਆਲ ਰੱਖਿਆ ਕਿ ਪੋਲਿਊਸ਼ਨ ਨਾ ਫੈਲੇ ਸਾਡੇ ਬੱਚਿਆਂ ਨੂੰ ਰੋਜ਼ਗਾਰ ਵੀ ਚਾਹੀਦਾ ਹੈ ਸਾਡਾ ਇੱਥੇ ਜਿਹੜਾ ਰਾਮਟੀਰੀਅਲ ਹੈ ਉਹ ਪ੍ਰੋਸੈਸ ਪੰਜਾਬ ਦੇ ਵਿੱਚ ਹੀ ਹੋਵੇ ਕਿਸੇ ਨਾ ਕਿਸੇ ਤਰੀਕੇ ਸਾਡੇ ਕਾਰੀਗਰਾਂ ਨੂੰ ਕੰਮ ਮਿਲੇ ਸਾਡੇ ਨੌਜਵਾਨ ਜਿਹੜੇ ਵਧੀਆ ਵਧੀਆ ਡਿਗਰੀਆਂ ਕਰਕੇ ਬੈਠੇ ਆ ਮਜਬੂਰੀ ਦੇ ਵਿੱਚ ਕੋ ਬਾਹਰ ਵਿਦੇਸ਼ ਨਾ ਜਾਵੇ ਭਾਰਤ ਦੇ ਬਾਕੀ ਸੋਣੇ ਹੋਰ ਕੀ ਚਾਹੀਦਾ ਵਧੀਆ ਪੈ ਅਕਾਦਮੀ ਆ ਪ੍ਰੈਕਟੀਕਲੀ ਹੋਵੇ ਹਾਂ ਬਹੁਤੀ ਵਾਰੀ ਐਮਓਯੂ ਐਮਓਯੂ ਰਹਿ ਜਾਂਦਾ ਉਹ ਯੂ ਮੁੜ ਕੇ ਕਿਸੇ ਹੋਰ ਜ਼ੈਡ ਤੱਕ ਪਹੁੰਚਦਾ ਹੀ ਨਹੀਂ ਇਦਾਂ ਨਾ ਹੋਵੇ ਬਾਕੀ ਚਲੋ ਸਮਾਂ ਹੁਣ ਹੋ ਗਿਆ ਜੀ ਆਪਣੇ ਜਾਣ ਦਾ ਬਹੁਤ ਸ਼ੁਕਰੀਆ ਜੀ ਮਿਹਰਬਾਨੀ ਲਓ ਜੀ ਫਿਰ ਇਹਦੇ ਨਾਲ ਹੀ ਇਸ ਪ੍ਰੋਗਰਾਮ ਨੂੰ ਇੱਥੇ ਸਮਾਪਤ ਕਰਦੇ ਆ ਤੁਸੀਂ ਉਹ ਲਾਈਕ ਵਾਲਾ ਬਟਨ ਦਬਣਾ ਨਾ ਭੁੱਲਣਾ ਦੇਖਦੇ ਰਹਿਣਾ ਪ੍ਰਾਈਮ ਮਿਸ਼ਰ ਟੀਵੀ ਤੁਹਾਡਾ ਆਪਣਾ ਤੁਹਾਡੇ ਲਈ